कि तुसी सारे मेहरबानी करके ते म्यूट कर दियो अपने अपना माइक ते ताकि असी गल शुरू कर सकिए। अच्छा जी, हुण अज जिहड़ी क्लास है इहदे विच असी गल करनी है कि जदों पंजाब दे उत्ते बाहरों हमले आउणे शुरू होए, मतलब एक ते हमला नहीं कहना चाहीदा जिहड़ा कि कबीलियां दी शकल दे विच एरियंस आए सन 1300 to 1500 BC दे विच, ते लेकिन बाकायदा जिहड़ी फौजां दे नाल हमले शुरू होए ਉਹ ਤਕਰੀਬਨ 7th BC ਚ ਹੋਏ, ਯਾਨੀ ਏਰੀਅਨਸ ਦੇ ਆਉਣ ਦੇ ਕੋਈ 600-800 ਸਾਲ ਬਾਅਦ। ਲੱਗਦਾ ਮੈਨੂੰ ਇਹ ਹੈ ਕਿ ਜਿਹੜੀ ਇਹਨਾਂ 600-700 ਸਾਲਾਂ ਵਿੱਚ ਇਸ ਇਲਾਕੇ 'ਚ ਯਾਨੀ ਪੰਜਾਬ ਦੇ ਵਿੱਚ ਜਿਹੜੀ ਪੈਦਾਵਾਰੀ ਤਰੱਕੀ ਹੈ ਉਹ ਕਾਫੀ ਹੋ ਚੁੱਕੀ ਸੀ। ਉਸ ਪੈਦਾਵਾਰੀ ਤਰੱਕੀ ਦੇ ਨਾਲ ਵਾਫਰ ਜਿਹੜੀ ਹੈ ਉਹ ਪੈਦਾਵਾਰ ਹੋਣੀ ਸ਼ੁਰੂ ਹੋ ਗਈ ਸੀ, ਅਤੇ ਉਹ ਜਿਹੜੀ ਵਾਫਰ ਪੈਦਾਵਾਰ ਹੋਣੀ ਇੱਥੇ ਸ਼ੁਰੂ ਹੋਈ ਅਤੇ ਲੋਕਾਂ ਦੇ ਵਿੱਚ ਸੌਖ ਆਈ ਅਤੇ ਕੁਛ ਦੌਲਤ ਵੌਲਤ ਇਕੱਠੀ ਹੋਈ, ਅਤੇ ਉਹਦੀ ਵਜ੍ਹਾ ਤੋਂ ਜਿਹੜੇ ਨੇ ਉਹ ਹਮਲੇ ਸ਼ੁਰੂ ਹੋਏ। ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੋਈ ਵੀ ਹਮਲਾਵਰ ਜਿਹੜਾ ਉਹ ਆਪਣਾ ਡੈਜ਼ਰਟ ਦੇ ਉੱਤੇ ਜਾ ਕੇ ਕਬਜ਼ਾ ਨਹੀਂ ਕਰਦਾ, ਰੇਗਿਸਤਾਨਾਂ 'ਤੇ ਕਬਜ਼ਾ ਨਹੀਂ ਕਰਦਾ, ਉਹ ਵੀਰਾਨ ਜਗ੍ਹਾ 'ਤੇ ਕਬਜ਼ਾ ਨਹੀਂ ਕਰਦਾ, ਕਿਉਂਕਿ ਉਹਨੇ ਉੱਥੋਂ ਲੈਣਾ ਕੀ ਹੈ। ਉਹ ਐਸੀਆਂ ਜਗ੍ਹਾ 'ਤੇ ਕਬਜ਼ਾ ਹਮਲੇ ਕਰਦੇ ਨੇ ਅਤੇ ਕਬਜ਼ਾ ਕਰਦੇ ਨੇ ਜਿੱਥੋਂ ਕੁਛ ਉਹਨਾਂ ਨੂੰ ਲੱਭ ਸਕੇ, ਉਹਨਾਂ ਦੀ ਦੌਲਤ ਦੇ ਵਿੱਚ ਵਾਧਾ ਹੋ ਸਕੇ। ਸੋ ਲਿਹਾਜ਼ਾ ਅਗਰ 6th-7th ਸਦੀ ਦੇ ਵਿੱਚ ਇੱਥੇ ਪੰਜਾਬ ਦੇ ਉੱਤੇ ਹਮਲੇ ਸ਼ੁਰੂ ਹੋਏ ਤੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ 6th-7th ਸਦੀ ਦੇ ਵਿੱਚ ਪੰਜਾਬ 'ਚ ਕਾਫੀ ਜ਼ਿਆਦਾ ਪੈਦਾਵਾਰ ਹੋਣੀ ਸ਼ੁਰੂ ਹੋ ਗਈ ਸੀ। ਇਹਦੇ ਹੋਰ ਵੀ ਕਈ ਇੰਡੀਕੇਟਰ ਨੇ ਜਿਨ੍ਹਾਂ ਦੀ ਮੈਂ ਗੱਲ ਕਰਾਂਗਾ ਕਿ ਇੱਥੇ ਪੈਦਾਵਾਰ ਕਾਫੀ ਵਾਫਰ ਹੋਣਾ ਸ਼ੁਰੂ ਹੋ ਚੁੱਕੀ ਸੀ। ਬਹਰਹਾਲ, ਸਭ ਤੋਂ ਪਹਿਲੇ ਤੇ ਜਿਹੜੇ ਯੂਨਾਨੀ ਤਾਰੀਖਦਾਨ ਹੈ ਉਹਦਾ ਕਹਿਣਾ ਹੈ ਕਿ 900 ਕਬਲ ਮਸੀਹ ਦੇ ਵਿੱਚ 900 BC ਦੇ ਵਿੱਚ ਸ਼ਾਮ ਦੀ ਰਾਣੀ ਸੈਮੀ ਰੋਮਸ ਨੇ ਪੰਜਾਬ 'ਤੇ ਹਮਲਾ, ਮਤਲਬ ਪੰਜਾਬ 'ਤੇ ਤਾਂ ਨਹੀਂ ਲੇਕਿਨ ਸਿੰਧ ਦੇ ਪਾਸੇ ਉਹਨੇ ਹਮਲਾ ਕੀਤਾ। ਅੱਛਾ, ਉਹਦਾ ਜਿਹੜਾ ਆਪਣਾ ਉਹਨੂੰ ਸਿੰਧ ਦਰਿਆ ਪਾਰ ਕਰਕੇ ਮੁਕਾਬਲਾ ਕਰਨਾ ਸੀ ਅਤੇ ਉਹਦੇ ਵਾਸਤੇ ਉਹਨੇ ਫਨੇਸ਼ੀਆ ਤੋਂ ਜਹਾਜ਼ ਬਣਾਉਣ ਵਾਲੇ ਕਾਰੀਗਰ ਸੱਦੇ ਅਤੇ ਬਲਖ ਦਾ ਸਾਰਾ ਜੰਗਲ, ਯਾਨੀ ਬਲਖ ਤੋਂ ਜੰਗਲ ਹੋਏਗਾ, ਬਲਖ ਦਾ ਸਾਰਾ ਜੰਗਲ ਵੱਢ ਕੇ ਅਤੇ ਉਹਨੇ ਆਪਣਾ ਉਹਨਾਂ ਦੇ ਨਾਲ ਕਿਸ਼ਤੀਆਂ ਅਤੇ ਪੁਲ ਬਣਾਏ ਅਤੇ ਉਹਨਾਂ ਦੇ ਨਾਲ ਉਹ ਅੱਗੇ ਗਈ ਅਤੇ ਉੱਥੇ ਜਿਹੜਾ ਮੁਕਾਬਲਾ ਉਹਦਾ ਹੋਇਆ ਉਹ ਸਤਾਦਰਪਤੀ ਇੱਥੋਂ ਦਾ ਹਾਕਮ ਸੀ, ਰਾਜਾ ਸੀ, ਉਹਦੇ ਨਾਲ ਹੋਇਆ। ਉਹ ਉਹਦਾ ਰਸਤਾ ਤਾਂ ਨਹੀਂ ਰੋਕ ਸਕਿਆ ਸਤਾਦਰਪਤੀ, ਲੇਕਿਨ ਸਤਿਆਦਰਪਤੀ, ਲੇਕਿਨ ਇਹ ਹੈ ਕਿ ਜਦੋਂ ਮਲਕਾਂ ਨੇ ਦੇਖਿਆ ਕਿ ਉਹਦੇ ਮੁਕਾਬਲੇ 'ਚ ਹਾਥੀਆਂ ਦੀ ਫੌਜ ਹੈ ਅਤੇ ਉਹਨੇ ਆਪਣੇ ਜਿਹੜੇ ਊਠ ਸਨ ਉਹਨਾਂ ਦੇ ਉੱਤੇ ਐਸੀਆਂ ਚੀਜ਼ਾਂ ਪਾਈਆਂ ਕਿ ਉਹ ਹਾਥੀ ਲੱਗਣ, ਲੇਕਿਨ ਇਹ ਹੈ ਕਿ ਸਤਿਆ ਪ੍ਰਦਤੀ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਆਪਣਾ ਫਰਾਡ ਹੋ ਰਿਹਾ ਅਤੇ ਉਹਨਾਂ ਨੇ ਉਹਨੂੰ ਸ਼ਿਕਸਤ ਦੇ ਦਿੱਤੀ ਅਤੇ ਕਹਿੰਦੇ ਨੇ ਜੀ ਰਾਣੀ ਜਿਹੜੀ ਹੈ ਉਹ ਉਹਦੇ ਵਿੱਚ ਜਿਹੜੀ ਸੈਮੀ ਰੋਮਸ ਸੀਗੀ ਉਹਦੇ 'ਚ ਮਾਰੀ ਗਈ। ਅੱਛਾ, ਇਹ ਹੁਣ ਇਹ ਹੈ ਕਿ ਜਿਹੜਾ ਇੱਕ ਯੂਨਾਨ ਦਾ ਇੱਕ ਹੋਰ ਤਾਰੀਖਦਾਨ ਹੈ ਉਹਦਾ ਨਾਂ ਏਰੀਅਨ ਹੈ, ਕਾਫੀ ਮਸ਼ਹੂਰ ਤਾਰੀਖਦਾਨ ਹੈ। ਏਰੀਅਨ ਦਾ ਕਹਿਣਾ ਇਹ ਹੈ ਕਿ ਇਹ ਜਿਹੜੀ ਕਹਾਣੀ ਜਿਸ ਤਾਰੀਖਦਾਨ ਨੇ ਲਿਖੀ ਉਹਦਾ ਨਾਂ ਸੀ ਕਟਿਆਸਿਸ, ਕਿ ਕਟਿਆਸਿਸ ਜਿਹੜਾ ਹੈ ਉਹ ਬੇਸਿਕਲੀ ਗੱਪੀ ਹੈ, ਬਿਲਕੁਲ ਉਹਨੇ ਐਵੇਂ ਇੱਕ ਕਹਾਣੀ ਘੜ ਕੇ ਅਤੇ ਉਹਨੇ ਲਾਤੀ, ਨਾ ਕੋਈ ਸੈਮੀ ਰੋਮਸ ਨੇ ਹਮਲਾ ਕੀਤਾ ਸੀ ਅਤੇ ਨਾ ਅੱਗੋਂ ਕੁਛ ਹੋਇਆ ਸੀ। ਔਰ ਮੇਰਾ ਵੀ ਖਿਆਲ ਇਹੋ ਹੀ ਹੈ ਕਿ ਇਹ ਬਿਲਕੁਲ ਇੱਕ ਖਿਆਲਾਤੀ ਕਹਾਣੀ ਹੈ,
क्योंकि गालबन अजे उस जमाने च सिंध दे विच हाथी जड़ा है वो जंगी हथियार दे तौर दे उते अजे वरतीजना शुरू नहीं सी होया, ते इसलिए ये कहानी ते लगती है झूठी। और देखो ना, उदो तुसी यूनान च बैठे हो एडी दूर और तुहाडा कोई कनेक्शन भी नहीं अजे बनया, ते तुसी इन्नियां तफसीली कहानियां लिख रहे हो, ते उह गाह लगे वो फर्दी कहानियां होनगियां ना। अच्छा, लेकिन ये है कि ये क्या ये इदे इन इन इन्नू तकरीबन मनिया जाता है कि 650 कबल मसीह विच जिहड़ा है ततारियां ने पंजाब ते हमला किया। ततारियां दा बादशाह उगास सी, ये तारीखी इहदी तारीखी आइडेंटिटी है। उगास सी जिन्हें कश्मीर दे राजे जगमा जगमा जगमादा नू शिकस्त दिती। अच्छा, ये जिहड़े ततारी सन इन्हां इन्हां ने सिंध उत्ते भी मुकबला कर लिया। अच्छा, संस्कृत विच ततारियां नू हुन कहा जाता है, ते जिहड़े मशहूर तारीखदान टॉलमी और पली ने पलियन ने वो उन्हां नू जेटी कहिंदे ने, ते कहिंदे ने जी उत्थों ही कहिंदे ने कि इहो जट्टां दे जट्टां दा मुढ सी इत्थे। ते लेकिन इसे तरह स्टारबियो जिहड़ा एक होर बड़ा मशहूर तारीखदान है यूनान दा, वो कहिंदा है कि ये लोग जिहड़े ने ये रावलपिंडी दे लकाया तक्षिया नसल दे सन, लकाया तक्षिया नसल दे, ते इन्हां ने ही टैक्सरा इन्हां दे नां ते ही टैक्सरा बनिया सी, यानी ये कबीला लकाया टसकिया सी ते ये अपना इन्हां ने टैक्सरा कायम कीता सी। अच्छा, फिर तुसी देखो कि ये हुण अगे ये जिहड़ी अगे तारीख है वो थोड़ी थोड़ी जिहड़ी इतवार वाली है, कुछ बहुत झूठ ते हैगा पर बहुता शायद नहीं हैगा कि अपना 6 BC दे विच छेवीं कबल मसीह या BC दे विच जिहड़ा ईरान दे विच सल्तनत बनी सी अर्जमंद दी, उन्हें हमला करके ते इसते कब्ज टैक्सले ते कब्जा कर लिया सी। फिर उदा पुत्र आया अपना, उदा वारस सायरस आया, ते सायरस जिहड़ा है उन्हें भी सायरस ने भी जिहड़ा है वो कंधारा ते कराची तिकर कहिंदे ने जी कब्जा कीता। लेकिन असल दे विच जिहड़ा जिहड़ा ज्यादा मजबूत कब्जा कीता ईरानियां विचों वो दारा बादशाह ने कीता, बादशाह दारा ने। तुसीं दारा दी रेफरेंस जिहड़े ने वो तुसीं पढ़ते रहिंदे हो, शायरी विच भी आउंदे ने। ते ये कहा जाता है कि ईरानियां दी हुकूमत तकरीबन 300 या 350 कबल मसीह यानी BC तक इस इलाके दे उत्ते रही। ते बाज़ तारीखदान ये भी दावा करते हैं कि ईरानी यानी अपना दारा दे दौर दे विच वो लोहा लैके आए, वो लोहा जिहड़ा है वो पहली बारी पंजाब दे विच वरतना शुरू होया और फिर पंजाब तो अगे बाकी हिंदुस्तान दे विच गया। ये मैनू जिहड़ा है ये मैनू लगता है कि ये थोड़ी जी मैनू लगता है कि ये गल दुरुस्त हो सकती है, क्योंकि जे पहले ये कहा गया सी कि एरियंस लैके आए, ते जे एरियन लैके आए होंगे ते फिर उहदे कोई निशान दिसदे, लेकिन वो नहीं दिसदे, उन्हां दी पैदावारी सिस्टम दे विच सानू दिसदा नहीं है कि लोहा है सी। ते मैनूं लगदा है कि ये शायद ईरानियां कोलों ही जिहड़ा लोहा है वो पंजाब च आया होवे और इत्थे वो पहले उहनूं वरत्या गया होवे ते फिर इत्थों अगे गंगा जमुना वैली दे विच। अच्छा, जिहड़े ये तां गल पक्की है कि जिहड़े ईरानी बादशाह सन और खास तौर ते जिहड़ा दारा सी उन्हें एक अपना अरामिक यानी हजरत यसू अलैहि सलाम दे दे वाला जिहड़ा जिहड़ा उत्तवख कीता गया सी रस्मुल खत यानी स्क्रिप्ट, उन्हों खरोश्ती कहिंदे ने।
वो खरोश्ती जड़ा है उन्हें पंजाब दे विच जारी कीता। ये जड़ा खरोश्ती सीगा इन्हू सज्जे तो खबे पासे लिखा जाता है जिवें अरबी ते फारसी लिखी जाती है। ते ये तुसी शायद थोड़ा हैरान भी है, मैं भी है कि ये जड़ा खरोश्ती स्क्रिप्ट सीगा ये कोई चौथी सदी तक यानी 400 AD तक जड़ा है वो पंजाब दे विच डोमिनेंट स्क्रिप्ट सीगा। उदो जड़ा ब्राह्मणी स्क्रिप्ट सीगा वो सिर्फ गंगा जमुना वैली विच लिखा जाता सी, पंजाब विच वो नहीं सी लिखा जाता। ते जड़े अपने अशोक दे राजा अशोक दे जड़े जड़े उदे मिले ने कतबे उन्होंने दे विच भी खरोश्ती दे विच ही लिखा गया है। ब्राह्मणी च भी ब्राह्मणी च भी लिखा गया लेकिन खरोश्ती दे विच बहुते ने। अच्छा जी, ते इहदी एक होर मिसाल दिंदे ने कि जी जिहड़ा ईरानियां दे असर दी इस इलाके दे उत्ते वो कहिंदे ने जी जिहड़ा चंद्रगुप्त मौर्या जिन्हें मौर्या सल्तनत की बुनियाद रखी सी उस वेले कहिंदे ने कि जी वो उन्हें उहदियां तीन जिहड़ियां चीज़ां ने तीन जिहड़ियां रस्मां नूं उत्ते चलदा सी उन्हां तों लगदा है कि उहदे ते ईरानी असर बहुत सी। एक ते सिर दे वाल धोणा, एक दूजी अपनी हिफाजत लई औरतां नूं रखना मर्दां नूं ना रखना, और तीजी ये है कि आप जिहड़ा है वो छुप के रहना पर्दे दे पिछे रहना ते ज्यादा विखाली नहीं देनी। ये जिहड़ा है कहिंदे ने कि इस तों लगदा है कि ये पूरा ईरानियां ईरानी बादशाहों का तरीका सी ते इहो इन्हें भी अपनाया। लेकिन सिकंदर जदों उन्हें 323 विच दे करीब जदों उन्हें इस इलाके ते हमला कीता ते सिकंदर दा कहना है कि उस वेले इत्थे ईरानियां दा कोई असर नहीं सी हैगा। इहदा मतलब यह है कि सिकंदर दे जमाने तो पहले ही ईरानियां दा असर जिहड़ा मुक चुकिया सी, लेकिन यह गल पक्की है कि ईरानियां दा असर जिहड़ा है कोई 300 साल दे तक तकरीबन इस इलाके से उस वेले रहा है। मतलब ये जड़ा हूँ लेटर पीरियड के जो 11वीं 12वीं सदी तो बाद जिमें अफगान तो ईरान जोड़े ने हिंदुस्तान च आए ये बहुत बाद का पीरियड है, लेकिन ये असी BC के पीरियड की गल कर रहे हैं। अच्छा, हूँ दूजा सवाल ये है कि जो सिकंदर ने हमला किया पंजाब दे उत्ते ते सिकंदर नूं दा इलम की सी पंजाब दे बारे च। अच्छा, इहदे बारे च जिहड़ा कहा जांदा है कि जिहड़ा हिस्टोरियन सी हिस्टोरियन हिस्टरी जिस तों शुरू हुई है लिखणी ओह सी हैराडोटस, ते हैराडोटस जिहड़ा है ओह ओहदियां लिखतां दे विच इह है कि जिहड़ा पंजाब है वो दुनिया का आखिरी किनारा है, उस तो अगे कुछ नहीं है, उस तो अगे दुनिया खत्म हो जाती है। तो उदा कुछ गल्ला मतलब यह है कि वह भी मेरा ख्याल है काफ़ी टेवे ही लाता सी, लेकिन यह है कि वोदिया कुछ गल्ला सही भी साबित हुई। मिसाल के तौर पर उन्हें कहा जी इस इलाके दे विच दो रंगा दे लोग रहिंदे ने, एक तो इथोपिया के लोगों वगरे काले ते दूजे जड़े ने ओ मिस्र दे लोगों वगरे पीले रंग दे गंदमी रंग दे लोग ने, ते इन्हां दे विच बहुत ये बहुत वैशी लोग भी ने, ते ये कच्चा गोश्त ते कच्चियां सब्जियां कच्ची मच्छियां खांदे ने, ते अपने जड़े जड़ा मर जांदा है उन्हूं भी खा जांदे। अच्छा, फिर उन्हें हेराडोटस ने भी कहा कि उन्होंने सच्ची गल सची सी कि इतों के लोग सूती कपड़ा पाते ने, तो जी उन्होंने तस्वर यह सी कि जी कपाह है जी दरख्तों की उन्न है, दरख्तों की उन्न उन्होंने वो कहते सन, तो ये उन्हों का ख्याल सी। अच्छा, लेकिन यह है कि वो कुछ जड़े ख्याल ने या विचार ने या वो जरा तस्वर सी वो बिल्कुल मतलब
ਐਵੇਂ ਹੀ ਵੀ ਸੀਗਾ। ਮਿਸਾਲ ਦੇ ਤੌਰ ਦੇ ਉੱਤੇ ਉਹ ਕਹਿੰਦਾ ਸੀ ਕਿ ਜੀ ਆਪਣਾ ਲੂਮੜ ਨਾਲੋਂ, ਲੂਮੜ ਤੋਂ ਵੱਡਾ ਤੇ ਕੁੱਤੇ ਤੋਂ ਥੋੜਾ ਜਿਹਾ ਛੋਟਾ ਜਿਹੜਾ ਇੱਕ 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 ਕੋਈ ਜਾਨਵਰ ਹੈ ਜਿਹੜਾ ਕਿ ਜ਼ਮੀਨ ਤੋਂ ਮਿੱਟੀ ਪੁੱਟਦਾ ਹੈ ਆਪਣੀ ਸੁਰੰਗ ਬਣਾਉਣ ਲਈ, ਤੇ ਉਹ ਜਿਹੜੀ ਮਿੱਟੀ ਪੁੱਟੀ ਜਾਂਦੀ ਹੈ ਉਹਦੇ ਵਿੱਚ ਸੋਨਾ ਹੁੰਦਾ ਹੈ। ਤੇ ਜਿਹੜੇ ਇਹ ਵੈਸ਼ੀ ਜਾਂ ਮੁਕਾਮੀ ਲੋਕ ਨੇ ਇਹ ਊਠ ਲਿਜਾ ਕੇ, ਤੇ ਉਹ ਫਿਰ ਊਠਾਂ ਦੀ ਵੀ ਲਿਖਦਾ ਹੈ ਕਿ ਊਠ ਕਿਵੇਂ ਜਾਂਦੇ ਨੇ, ਨਰ ਕਿਸ ਪਾਸੇ ਹੁੰਦਾ, ਮਾਦਾ ਕਿਸ ਪਾਸੇ ਹੁੰਦਾ, ਉਹ ਖਾਸ ਰਿਚੁਅਲਿਸਟਿਕ ਤਰੀਕੇ ਨਾਲ ਦੱਸਦਾ ਹੈ ਕਿ ਉਹ ਉੱਥੋਂ ਜਾ ਕੇ ਉਹ ਜਿਹੜੀ ਮਿੱਟੀ ਉਹ ਕੱਢਦੇ ਨੇ, ਉਹ ਲੈ ਆਉਂਦੇ ਨੇ ਤੇ ਉੱਥੋਂ ਸੋਨਾ ਬਣਾਉਂਦੇ ਨੇ। ਬਾਹਰ ਉਹਨਾਂ ਦਾ ਇਹ ਖਿਆਲ ਪੱਕਾ ਸੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਯੂਨਾਨੀਆਂ ਦੇ ਖਿਆਲ ਦੇ ਵਿੱਚ ਜਿਹੜਾ ਪੰਜਾਬ ਸੀ ਉਸ ਵੇਲੇ ਉਹ ਬਹੁਤ ਅਮੀਰ ਸੀ ਤੇ ਇੱਥੇ ਸੋਨੇ ਦੇ ਢੇਰ ਲੱਗੇ ਹੋਏ ਸਨ। ਪਰ ਇਹ ਉਹਨਾਂ ਦਾ ਖਿਆਲ ਸੀ ਕਿ ਪੰਜਾਬ ਤੇ ਦੁਨੀਆਂ ਮੁੱਕ ਜਾਂਦੀ ਹੈ ਤੇ ਅੱਗੇ ਇਨਫਿਨਿਟ ਇੱਕ ਡੈਜ਼ਰਟ ਹੈ, ਉਸ ਤੋਂ ਅੱਗੇ ਕੁਛ ਨਹੀਂ ਸੀ। ਇਸ ਵਾਸਤੇ ਜਦੋਂ ਆਪਣਾ ਸਿਕੰਦਰ ਦਰਿਆ ਬਿਆਸ ਤੱਕ ਪਹੁੰਚਿਆ ਤੇ ਉਹਦਾ ਇਹ ਖਿਆਲ ਸੀ ਕਿ ਮੈਂ ਦੁਨੀਆਂ ਤਕਰੀਬਨ ਫਤਿਹ ਕਰ ਲਈ ਹੈ, ਥੋੜ੍ਹੀ ਜਿਹੀ ਰਹਿ ਗਈ ਹੈ ਤੇ ਉਹ ਵੀ ਮੈਂ ਜਲਦੀ ਫਤਿਹ ਕਰ ਸਕਦਾ ਹੈ। ਲੇਕਿਨ ਤੁਸੀਂ ਜਾਣਦੇ ਹੀ ਹੋ ਕਿ ਉਹਦੀਆਂ ਫੌਜਾਂ ਨੇ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਵਾਸਤੇ ਉਹ ਉਸ ਤੋਂ ਅੱਗੇ ਨਾ ਜਾ ਸਕਿਆ ਤੇ ਉੱਥੋਂ ਉਹਨੂੰ ਪਿਛਾਂ ਬੋਲਣਾ ਪਿਆ। ਅੱਛਾ, ਹੁਣ ਸਿਕੰਦਰ ਦੇ ਜਿਹੜੇ ਹਮਲਾ ਹੈ ਉਹਦੇ ਕਿਵੇਂ ਕਿਵੇਂ ਉਹਦਾ ਉਹ ਆਇਆ ਇੱਥੇ ਆਪਣਾ, ਕਿਵੇਂ ਕਿਵੇਂ ਉਹ ਹਮਲਾ ਹੋਇਆ ਔਰ ਕਿਹੜੇ ਕਿਹੜੇ ਕਬੀਲਿਆਂ ਨਾਲ ਉਹਦਾ ਮੁਕਾਬਲਾ ਹੋਇਆ, ਇਹਦੇ ਬਾਰੇ ਵਿੱਚ ਬਹੁਤ ਕੁਝ ਡਿਟੇਲ ਨਹੀਂ ਮਿਲਦੀ। ਲੇਕਿਨ ਭਾਈ ਪਰਮਾਨੰਦ ਜੀ ਨੇ, ਜਿਹਨਾਂ ਦੀ ਮੈਂ ਤਾਰੀਖ ਦੀ ਪਹਿਲੇ ਵੀ ਗੱਲ ਕੀਤੀ ਹੈ, ਉਹਨਾਂ ਨੇ ਕੁਛ ਇਹਦੀਆਂ ਡਿਟੇਲਸ ਜਿਹੜੀਆਂ ਨੇ ਉਹ ਦਿੱਤੀਆਂ ਨੇ। ਹੁਣ ਮੈਨੂੰ ਨਹੀਂ ਇਹ ਪਤਾ ਕਿ ਉਹਨਾਂ ਨੇ ਕੋਈ ਰੈਫਰੈਂਸ ਨਹੀਂ ਦਿੱਤਾ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਹ ਉਹਨਾਂ ਨੇ ਕਿੱਥੋਂ ਲਈਆਂ ਨੇ ਡਿਟੇਲਸ। ਲੇਕਿਨ ਉਹਨਾਂ ਦੀਆਂ ਡਿਟੇਲਸ ਦੇ ਮੁਤਾਬਕ ਸਿਕੰਦਰ ਦਾ ਸਭ ਤੋਂ ਪਹਿਲਾ ਮੁਕਾਬਲਾ ਇਹਨੇ ਅਫਗਾਨਿਸਤਾਨ ਦੇ ਇਲਾਕੇ 'ਚ ਆਬਾਸ਼ੀ ਕਬੀਲੇ ਨਾਲ ਹੋਇਆ, ਜਿਹਦੇ ਵਿੱਚ ਉਹਦੇ 40 ਫਰਤ ਉਹਦੇ 40 ਬੰਦੇ ਮਾਰੇ ਗਏ। ਤੇ ਹੁਣ ਦੇਖੋ ਇਹ ਹੁਣ ਇਹ ਕੂਟ ਦੀ ਵੀ ਇੱਕ ਹੱਦ ਹੁੰਦੀ ਹੈ। ਤੇ ਇੱਥੋਂ ਸਿਕੰਦਰ ਨੂੰ 2,30,000 ਢੱਗੇ ਲੱਭੇ ਬੈਲ। ਮੇਰਾ ਖਿਆਲ ਹੈ ਕਿ ਇਹ ਐਡੀ ਵੱਡੀ ਤਾਦਾਦ ਜਿਹੜੀ ਹੈ ਇਹ ਐਵੇਂ ਮਤਲਬ ਐਗਜ਼ਜਰੇਟਡ ਹੈ, ਇਹ ਲੱਗਦਾ ਨਹੀਂ ਕਿ ਇੰਨਾ ਹੋ ਸਕਦਾ। ਫਿਰ ਉਹ ਕਹਿੰਦੇ ਨੇ ਕਿ ਉਸ ਤੋਂ ਬਾਅਦ ਸਿਕੰਦਰ ਜਿਹੜਾ ਹੈ ਉਹ ਗੁਆਰੀ ਦੀ ਤਰਫ ਆਇਆ, ਗਜ਼ਨੀ ਨੂੰ ਉਸ ਵੇਲੇ ਗੁਆਰੀ ਕਹਿੰਦੇ ਸਨ, ਗੁਆਰੀ ਵੱਲ ਆਇਆ। ਇੱਥੇ ਗਜ਼ਨੀ ਕਬੀਲੇ ਨੇ ਪਹਿਲੇ ਹੀ ਹਾਰ ਮੰਨ ਲਈ ਸੀ, ਇਸ ਲਈ ਲੜਾਈ ਨਹੀਂ ਹੋਈ। ਤੇ ਇਸ ਤੋਂ ਬਾਅਦ ਉਹ ਸ਼ੀ ਨਾਮ ਦੇ ਕਬੀਲੇ ਤੋਂ ਉਹਨੇ ਹਮਲਾ ਕੀਤਾ, ਜਿਹਦਾ ਕੈਪੀਟਲ ਮੈਗਾਸਾ ਥਾ। ਇੱਥੋਂ ਦੀ ਰਾਣੀ, ਇੱਥੋਂ ਦੀ ਹਕੂਮਤ ਇੱਕ ਰਾਣੀ ਦੇ ਹੱਥ 'ਚ ਸੀ, ਉਹਨੇ ਬੜੀ ਲੜਾਈ ਲੜੀ ਸਿਕੰਦਰ ਦੇ ਨਾਲ, ਲੇਕਿਨ ਉਹ ਹਾਰ ਗਈ। ਤੇ ਫਿਰ ਹਾਰ ਕੇ ਉਹ ਆਪਣੀਆਂ ਦਰਬਾਰੀ ਔਰਤਾਂ ਦੇ ਨਾਲ ਆਈ ਔਰ ਉਹਨੇ ਸੋਨੇ ਦੇ ਕੱਪ ਵਿੱਚ ਸਿਕੰਦਰ ਨੂੰ ਸ਼ਰਾਬ ਪਿਲਾਈ। ਲੇਕਿਨ ਇਹ ਕਹਿੰਦੇ ਨੇ ਕਿ ਜੀ ਸਿਕੰਦਰ ਨੇ ਉੱਥੇ ਉਹਨਾਂ ਦੇ ਨਾਲ ਧੋਖਾ ਕੀਤਾ ਔਰ ਉਹਨਾਂ ਦੇ ਜੇ 30,000 ਜਿਹੜੇ ਬੰਦੇ ਸਨ ਉਹਨਾਂ ਨੂੰ ਮਾਰ ਦਿੱਤਾ। ਅੱਛਾ, ਸਿਕੰਦਰ ਨੇ ਅੱਗੇ ਵੱਧ ਓਰੀਨਸ ਕਿਲੇ 'ਤੇ ਗਿਆ, ਜਿਹੜਾ ਹਿੰਦੂਆਂ ਦਾ ਇੱਕ ਬੜਾ ਜਿਹੜਾ ਪਵਿੱਤਰ ਮੁਕਾਮ ਸੀ। ਅਤੇ ਇਹ ਇਲਾਕਾ ਯੂਸਫ ਜ਼ਈਆਂ ਦੇ ਜਿਹੜੇ ਯੂਸਫ ਜ਼ਈ ਪਠਾਨ ਨੇ ਉਹਨਾਂ ਦੇ ਲਾਗੇ ਹੈਗਾ ਸੀ। ਇਸ ਤਰ੍ਹਾਂ ਕੁਛ ਹੋਰ ਲੜਾਈਆਂ, ਮਤਲਬ ਇਹ ਹੈ ਕਿ ਇਹ ਤੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਛੋਟੇ ਜਿਹੇ ਇਲਾਕੇ ਦੇ ਵਿੱਚ, ਮਤਲਬ ਇਹ ਹੈ ਕਿ ਕਈ ਰਾਜਧਾਨੀਆਂ ਸਨ, ਦਰਜਨਾਂ ਦੇ ਹਿਸਾਬ ਨਾਲ ਰਾਜਧਾਨੀਆਂ ਸਨ। ਜਿਸ ਤੋਂ ਮੈਂ ਇਹ ਨਤੀਜਾ ਕੱਢਣਾ ਹੈ ਕਿ ਇਹ ਜਿਹੜੀਆਂ ਇਹ ਰਾਜਧਾਨੀਆਂ ਸਨ, ਇਹ ਇੱਕ ਕਬੀਲੇ ਦੀ ਜਾਂ ਦੋ ਚਾਰ ਕਬੀਲਿਆਂ ਦੀ ਆਪਸ ਦੇ ਨਾਲ ਮਿਲ ਕੇ ਰਾਜਧਾਨੀਆਂ ਬਣੀਆਂ ਸਨ।
ਔਰ ਅਜੇ ਕੋਈ ਵੱਡੀ ਸਟੇਟ ਦਾ ਮੁੱਢਲਾ ਕੋਈ ਥਾਂ ਬਣਿਆ ਨਹੀਂ ਸੀ। ਅੱਛਾ, ਪੰਜਾਬ ਵਿੱਚ ਜਦੋਂ ਪੰਜਾਬ ਬਾਕਾਇਦਾ ਅਫਗਾਨਿਸਤਾਨ ਤੋਂ ਜਦੋਂ ਪੰਜਾਬ ਵਿੱਚ ਵੜ ਗਿਆ ਤੇ ਉਹਦਾ ਪਹਿਲਾ ਮੁਕਾਬਲਾ ਜਿਹੜਾ ਹੈ ਉਹ ਰਾਜਾ ਅੰਬੀ ਨਾਲ ਹੋਣਾ ਸੀ। ਰਾਜਾ ਅੰਬੀ ਜਿਹੜਾ ਸੀ ਉਹ ਟੈਕਸਲਾ ਦਾ ਹਾਕਮ ਸੀਗਾ ਤੇ ਰਾਜਾ ਅੰਬੀ ਜਿਹੜਾ ਹੈ ਉਹਨੇ ਉਹਦੇ ਨਾਲ ਆਪਣਾ ਸ਼ਰਾਕਤਦਾਰੀ ਕਰ ਲਈ। ਉਹ ਉਹਦੇ ਨਾਲ ਮਿਲ ਗਿਆ, ਉਹ ਉਹਦੇ ਨਾਲ ਇਸ ਵਾਸਤੇ ਮਿਲ ਗਿਆ ਕਿ ਉਹਦੀ ਰਾਜਾ ਪੁਰਸ ਦੇ ਨਾਲ ਜਿਹੜਾ ਕਿ ਜੇਹਲਮ ਔਰ ਝਨਾਹ ਦੇ ਦਰਮਿਆਨ ਜਿਹਦੀ ਹਕੂਮਤ ਸੀਗੀ ਉਹਦੇ ਨਾਲ ਉਹਦੀ ਜਿਹੜੀ ਹੈ ਉਹ ਜੰਗ ਸੀਗੀ ਔਰ ਉਹਨੇ ਉਹਨੂੰ ਥੱਲੇ ਲਾਉਣ ਲਈ ਉਹ ਸਿਕੰਦਰ ਦੇ ਨਾਲ ਮਿਲ ਗਿਆ। ਅੱਛਾ, ਸਿਕੰਦਰ ਜਿਹੜਾ ਸੀ ਉਹ ਸਿਕੰਦਰ ਜਿਹੜਾ ਹੈ ਉਹ 326 BC ਦੇ ਵਿੱਚ ਫਰਵਰੀ 'ਚ ਉਹ ਵਧਿਆ ਅੱਗੇ ਅਤੇ ਉਹ ਉੱਥੋਂ ਟੈਕਸਲਾ ਤੋਂ ਚੱਲਿਆ ਅਤੇ ਮਈ 'ਚ ਉਹ ਜਲਾਲਪੁਰ, ਇਹ ਜਿਹੜਾ ਮੈਂ ਕਿਹਾ ਜਲਾਲਪੁਰ ਜੱਟਾ ਹੈ, ਇੱਥੇ ਪਹੁੰਚ ਗਿਆ। ਅੱਛਾ, ਸਿਕੰਦਰ ਦੀ ਫੌਜ ਦੇ ਬਾਰੇ 'ਚ ਤਾਰੀਖ ਲਿਖਣ ਵਾਲਿਆਂ ਨੇ ਬਹੁਤ ਹੀ ਮੁਬਾਲਗੇ ਵੀ ਕੀਤੇ ਨੇ ਅਤੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਤੁਸੀਂ ਦੇਖੋ ਕਿੰਨੇ ਕਿੰਨੇ ਦੱਸਦੇ ਨੇ। ਉਹ ਕਹਿੰਦੇ ਨੇ ਜੀ, ਉਹਨਾਂ ਫਿਰ ਕੁਛ ਕਹਿੰਦੇ ਨੇ ਜੀ 30-40 ਹਜ਼ਾਰ ਸੀ, ਫਿਰ ਕੁਝ ਕਹਿੰਦੇ ਨੇ ਜੀ 1,35,000 ਸਿਪਾਹੀਆਂ ਦੀ ਉਹਦੀ ਤਾਦਾਦ ਸੀ ਤੇ 15,000 ਘੋੜੇ ਸਨ ਉਹਦੇ ਕੋਲ। ਪਰ ਇਹ ਸਾਨੂੰ ਸਭ ਵਾਧਾ ਲੱਗ ਸਾਨੂੰ ਐਵੇਂ ਜਿਹੜਾ ਨਾ ਇਹ ਸਹੀ ਨਹੀਂ ਹੋ ਸਕਦਾ, ਲੇਕਿਨ ਜਿਹਦਾ ਪਹਿਲੇ ਵੀ ਮੈਂ ਜ਼ਿਕਰ ਕਰ ਆਇਆ ਤਾਰੀਖਦਾਨ ਏਰੀਅਨ, ਉਹ ਕਹਿੰਦਾ ਹੈ ਕਿ ਪਹਿਲੇ ਤੋਂ ਇੱਕ ਜਗ੍ਹਾ ਤੇ ਕਹਿੰਦਾ ਹੈ ਕਿ ਸਿਕੰਦਰ ਦੇ ਨਾਲ 8,000 ਸਿਪਾਹੀ ਤੇ 5,000 ਘੋੜਸਵਾਰ ਸਨ। ਅੱਛਾ, ਫਿਰ ਉਹ ਕਹਿੰਦਾ ਹੈ ਕਿ 6,000 ਸਿਪਾਹੀ ਸਨ ਤੇ ਇਸ ਤਰ੍ਹਾਂ ਉਹ ਵੀ 2-3 ਜਗ੍ਹਾ ਤੇ ਮੁਖਤਲਿਫ ਜਿਹੜੀਆਂ ਨੰਬਰਸ ਨੇ ਉਹ ਦਿੰਦਾ ਹੈ ਤੇ ਲੇਕਿਨ ਇਹ ਹੈ ਕਿ ਇਹ ਲੱਗਦਾ ਹੈ ਕਿ 5-6 ਹਜ਼ਾਰ ਸਿਪਾਹੀ ਸ਼ਾਇਦ ਉਹਦੇ ਨਾਲ ਹੋਣਗੇ। ਇਸ ਤੋਂ ਜ਼ਿਆਦਾ ਮੈਨੂੰ ਮੇਰਾ ਖਿਆਲ ਹੈ ਕਿ ਨਹੀਂ ਹੋ ਸਕਦੇ। ਅੱਛਾ, ਜਿਹੜਾ ਰਾਜਾ ਪੁਰਸ ਸੀ, ਅੱਛਾ ਉਹਨੇ ਸਿਕੰਦਰ ਨੇ ਕਿਹਾ, ਸਿਕੰਦਰ ਨੇ ਮਸ਼ਹੂਰ ਕਰ ਦਿੱਤਾ, ਇਹ ਅਫਵਾਹ ਉਡਵਾ ਦਿੱਤੀ ਕਿ ਮੈਂ ਆਪਣਾ ਬਾਰਿਸ਼ਾਂ ਦੇ ਮੌਸਮ 'ਚ ਸਾਉਣ ਭਾਦੋਂ ਵਿੱਚ ਹਮਲਾ ਨਹੀਂ ਕਰਨਾ ਅਤੇ ਜਿਹੜਾ ਰਾਜਾ ਪੁਰਸ ਸੀ ਉਹ ਆਰਾਮ ਨਾਲ ਉਹ ਬੇਫਿਕਰ ਹੋ ਗਿਆ ਤੇ ਉਹਨੇ ਕੋਈ ਤਿਆਰੀ ਸ਼ਿਆਰੀ ਨਾ ਕੀਤੀ। ਲੇਕਿਨ ਸਿਕੰਦਰ ਨੇ ਧੋਖਾ ਦੇ ਕੇ ਤੇ ਉਹਨੇ ਜੇਹਲਮ ਸ਼ਹਿਰ ਤੋਂ 30 ਮੀਲ ਦੂਰ ਮੁਕਾਮ ਤੇ ਉਹਨੇ ਪਾਰ ਕਰ ਲਿਆ ਦਰਿਆ। ਆਪਣਾ ਰਾਜਾ ਪੁਰਸ ਨੇ ਆਪਣੇ ਪੁੱਤਰ ਨੂੰ ਜਿਹੜਾ ਉਹ 50,000 ਸਿਪਾਹੀ ਜਿਹੜੀ ਲਿਖਿਆ 50,000, ਲੇਕਿਨ ਇਹ ਹੈ ਕਿ ਅਗੇਨ ਇਟ ਇਜ਼ ਐਗਜ਼ੀਕਿਊਟਿਵ ਨੰਬਰ, 50,000 ਸਿਪਾਹੀ ਲੈ ਕੇ ਭੇਜਿਆ ਤੇ ਉਹ ਜੰਗ 'ਚ ਮਾਰਿਆ ਗਿਆ ਤੇ ਫਿਰ ਜਿਹੜਾ ਰਾਜਾ ਪੁਰਸ ਸੀ ਉਹ ਆਪ 19 ਵੱਡੀ ਫੌਜ ਲੈ ਕੇ ਤੇ ਰੱਥਾਂ ਲੈ ਕੇ ਤੇ ਉਹ ਸਿਕੰਦਰ ਦੇ ਮੁਕਾਬਲੇ ਵਿੱਚ ਆਇਆ, ਲੇਕਿਨ ਉਹਨੂੰ ਵੀ ਹਾਰ ਹੋ ਗਈ। ਸੋ ਹੁਣ ਇੱਕ ਤੇ ਮੈਂ ਦੁਬਾਰਾ ਇੰਨੀ ਵਾਰੀ ਨਹੀਂ ਕਹਿਣਾ ਚਾਹੁੰਦਾ ਕਿ ਵੀ ਇਹ ਜਿਹੜੀ ਨੰਬਰਸ ਨੇ ਨਾ ਕਿ ਉਹਦੀ ਸਿਕੰਦਰ ਦੀ 1,00,000 ਫੌਜ ਸੀ ਤੇ ਇਹਦੀ ਆਪਣਾ ਪੁਰਸ ਦੀ ਵੀ ਇੰਨੀ ਵੱਡੀ ਫੌਜ ਸੀ, ਇਹ ਬਿਲਕੁਲ ਗੱਪ ਹੈਗੀ ਹੈ। ਉਹਦੀ ਵਜ੍ਹਾ ਹੈ ਕਿ ਉਸ ਵੇਲੇ BC ਦੇ ਵਿੱਚ ਤੁਸੀਂ ਦੇਖੋ ਕਿ ਜੇਹਲਮ ਤੇ ਚਨਾਬ ਦੇ ਦਰਮਿਆਨ ਛੋਟੇ ਜਿਹੇ ਇਲਾਕੇ ਵਿੱਚ ਉਹਦੀ ਹਕੂਮਤ ਸੀ, ਉਹਦੇ ਵਿੱਚ ਕੋਈ 1,00,000-1.5 ਲੱਖ ਦੀ ਆਬਾਦੀ ਵੀ ਹੋਵੇ ਤੇ ਬਹੁਤ ਹੈ, ਮੇਰਾ ਨਹੀਂ ਖਿਆਲ ਇੰਨੀ ਵੀ ਆਬਾਦੀ ਉੱਥੇ ਹੋਏਗੀ। ਤੇ ਉਹਦੇ ਵਿੱਚ ਜੇ ਇੰਨੀ ਆਬਾਦੀ ਹੋਏਗੀ ਤੇ ਇੰਨੀਆਂ ਲੱਖ ਫੌਜਾਂ ਦਾ ਜਿਹੜਾ ਖਰਚਾ ਹੈ ਉਹ ਕਿੱਥੋਂ ਪੂਰਾ ਕਰ ਸਕਦੇ ਸਨ ਲੋਕੀ। ਮਤਲਬ ਇਹ ਹੈ ਕਿ ਘੋੜਿਆਂ ਨੇ ਘਾਹ ਖਾਣੀ ਹੈ, ਹਾਥੀਆਂ ਨੇ ਘਾਹ ਖਾਣੀ ਹੈ, ਹਾਥੀ ਤੇ ਖੈਰ ਨਹੀਂ ਸਨ ਉਹਦੇ 'ਚ, ਘੋੜਿਆਂ ਨੇ ਘਾਹ ਖਾਣੀ ਹੈ, ਬੰਦਿਆਂ ਨੇ ਰੋਟੀ ਖਾਣੀ ਹੈ ਵਗੈਰਾ ਵਗੈਰਾ, ਤੇ ਇੰਨਿਆਂ ਬੰਦਿਆਂ ਨੂੰ ਪਾਲਿਆ ਨਹੀਂ ਸੀ ਜਾ ਸਕਦਾ। ਤੇ ਉਹ ਜਿਹੜਾ ਹੈ ਨਾ ਇਹ ਜਿਹੜੀ ਗਿਣਤੀ ਦੱਸੀ ਜਾਂਦੀ ਹੈ ਇਹ ਬਿਲਕੁਲ ਗਲਤ ਹੈ।
और ये तो पता लगता है कि ये जिहड़ियां तारीखां लिखियां गईयां ने इन्हां तारीखां दे लिखण वाले लोग किन्ने बेसुरते सन। उन्हां नूं ये नहीं समझ आई कि भी 2 लख फौज उदों पाली जा सकदी सी, इन्ना ही चैक कर लैंदे, लेकिन उन्होंने चैक नहीं किया। अच्छा जी, वो जदों अपना वो तो मशहूर तुहानूं पता ही है कि जदों पौरुष उहदे हाजिर होया उहदे सामने सिकंदर दे, ते सिकंदर ने उन्हें पूछा कि तेरे नाल की सलूक किया जाए, तो उन्हें कहा जिहड़े बादशाह बादशाहों नाल करते ने, ते उन्हें उन्हों उहदी जिहड़ी शाही सी जिहड़ी उहदी सल्तनत सी वह वापस दे दित्ती। ते अच्छा इत्थे एक होर गल भी दसदा जावां कि वह जिहड़ा पौरुष सी उन्हें सिकंदर नूं यह दस्या कि जिहड़ा मगध दा राजा है, जिहड़ा गंगा जमुना वैली दी हकूमत सी, जिहड़ा उहदा राजा है वह नाई है। ते वो होर भी कईयां कहानियां विच आया कि जिहड़ा एक नाई जात दा बंदा सी उन्हें राणी ते पटू पा लिया, ते उन्होंने बादशाह नूं मार दिता, ते जिहड़ा उस राणी दे विचों मुंडा पैदा होया उसने फिर बहुत वड्डी अग्गे जा के सल्तनत बनाई। ते इहदा मतलब ये भी है कि जे उस वेले मगध दा राजा जिहड़ा है वह नाई दा पुत्र हो सकदा है, तो इहदा मतलब तो ये भी लिया जा सकदा ना जी कि वो जिहड़ा उस वेले जिहड़ा जात पात दा जिहड़ा सिस्टम है, जिहड़ा ब्राह्मणा दा जिहड़ी वरना है, वो उहनूं अजे इन्नी पक्की या इन इवें मौजूद नहीं सी ऐसी, और लोकी जिहड़े ने वो ज्यादातर पेशियां दे नाल नाल ही जांदे जांदे सन। अच्छा, वो सिकंदर ने उन्हों अपना पुरुष नूं शिकस्त दे के ते वो अगे वध्या, ते रावी दे चनाब दे विचकार उहदा भतीजा सी हुकूमत करदा जिहदा नाम ही पुरुष सीगा। वो जदों पुरुष नूं पता लगा यानी भतीजे नूं पता लगा कि सिकंदर आ रहा है, ते वो नठ के लाहौर वल चला गया। अच्छा, लेकिन यह है कि सिकंदर जिहड़ा है उन्हें लाहौर दे लागे तो उन्हें रावी नूं पार कीता, ते उत्थे उहदा मुकाबला कैथी कबीले दे नाल होया जिहदा दारुल हुकूमत या कैपिटल जिहड़ा वो सांगला सी, जिहड़ा सांगला हिल जिहनूं असीं कहिंदे आ। अच्छा, कैथी कबीले दा जिहड़ा साथ सी वो होर भी अपना मुल्तान ते होर दूजे उच्च दे कबीलियां ने दिता, लेकिन ओ रोक नहीं सके क्योंकि केथी जिहड़े कबीले दे लोग सन उहनां कोल तीर कमान सन, ते जिहड़ा सिकंदर सी उहदे कोल तलवार ते ढालां सन, इस लई ओ हार गए। अच्छा, इस तों बाद सिकंदर दा जिहड़ा सारा इस पूरे इलाके दे उत्ते मतलब रावी ते ब्यास दे दरम्यान उहदा पूरा जिहड़ा है वो कब्जा हो गया, ते लेकिन यह है कि ब्यास दे उत्ते जा के तो उहदियां फौजां ने कहा कि जी हुण असीं अग्गे कोई नहीं लड़न नहीं जाणा, ते हुण तुसीं इत्थे बस आराम करो, जित्थों वापस चलीए, ते उहनूं वापस जाणा पिया। वापसी दे विच उहदा मुकाबला जिहड़ा है मुल्तान दे ते उच्च दे मुल्तान और उच्च दे माली ब्राह्मणा नाल होया, वह माली ब्राह्मण उत्थों दे सन। इस लड़ाई दे विच जिहड़ी इह लड़ाई हुई ब्राह्मणा दे नाल, उहदे विच सिकंदर वी फटड़ हो गया, जख्मी हो गया, पर उहने उहनां नूं ब्राह्मणा नूं शिकस्त हरा दित्ता। ते उत्थे उहने फिलिप नां दा एक गवर्नर जिहड़ा है वह मुकर्र कीता। इस दा जिक्र पहले भी लोकी करदे ने जी, फिलिप ने 1.5 लख की फौज बनाई, लेकिन मेरा ख्याल है ये 1.5 लख जिहड़ियां ने सारियां गप्पां ने। अच्छा जी, उन्हें अपना मुकर्र कीता, ते उत्थे एक जिहड़ा हैगा सी सोडगी, सोडगी कबीले दा राजा सी मेवी कैनस, ते वो सोडगियां दी हुकूमत जिहड़ी सी उस वेले जिहड़ा अजकल भखर है ना उहदे तों 4 मील दूर सी, ते अपना सिकंदर जिहड़ा सी वो अपना उस वेले उत्थों फिर वो जदों माली ब्राह्मणा दे नाल मुकाबला ते सोड़दियां दे नाल करके ते वो फिर वापस मुड़ गया।
अच्छा हुण इस तो यह पता लगता है कि जे फर्ज करो 5-7 हज़ार की फौज भी सी उहदी, ते लेकिन यह तो पता लगता है कि जिवें पहले कहा कि इत्थे इन्नी वाफर पैदावार हुंदी सी ते तां ही वो इत्थे आए, और फिर यह है कि इस इलाके च आ के ते उन्नू उहदे जिहड़े सिपाही सन उन्हां खाने पीने दीआं चीज़ां मिलियां मिलदियां रहियां, ते अपना फिर उन्होंने सूती कपड़े भी पाए। जिन सूती कपड़े पाने का मतलब यह है कि इत्थे लोकां दी पैदावारी जिहड़ी अपना रूई की जिहड़ी रूं की जिहड़ी पैदावार सी कपाह की जिहड़ी पैदावार सी वो इन्नी ज़्यादा सी कि उहदे तों लोकी उहदे तों सूत बना के ते लोकी जिहड़े ने वह यूनानियां लई कपड़े बना सकदे सन। ते मतलब इह तों पता लगदा है कि जिहड़ा जिहड़ी उस वेले पंजाब दे विच काफ़ी पैदावारी निज़ाम अगे बढ़ चुकिया सी और काफ़ी वाफर पैदावार जिहड़ी सी वो होई सी। अच्छा जी, सिकंदर ने वापस जा के ते उन्हें उन्हें टैक्सला जितों जदों जिथों का राजा उहदे नाल मिल गया सी, ते पोरस की जिहड़ी शाहियां सन ये दोवें कायम ये दोवें इन्हां नूं रख दित्तियां। इत्थे फिर दोबारा एक मुआहदा होया जिन्हों जिन्हों टपार ड्योस कहिंदे ने, यह एवं तफसीलां ही ने। तो सिकंदर दे जान जाण वेले उन्हें दो बंदियां नूं इओडोमस ते पैंथन इओडोमस ते पैंथन नूं इत्थों दा इंचार्ज लाया। इओडोमस जिहड़ा सी उन्हें पोरस नूं भी मार दिता, तो उन्हें टैक्सला दे राजे नूं भी मारता, ते जदों उहदे खिलाफ बगावत हुई वो लुट लुटा के जिहड़ा है उतो नस गया वापस चला गया। ते अच्छा, लेकिन ये जदों नस नसा के वापस जा रहा सी सिकंदर दे आउण और नस नसा के करिंदियां दे जान दे दरम्यान जिहड़ा जिहड़ी डिवेलपमेंट ये हुई कि चंद्रगुप्त बोरिया जिहड़ा उन्हें फौजां इकट्ठियां करके जिहड़ियां वह इस इलाके दे उत्ते मोरिया सल्तनत कायम करना शुरू कर दित्ती हुई सी। अच्छा, चंद्रगुप्त मोरिया दे बारे च बड़ियां कहानियां ने। एक कहानी तो यह है कि चंद्रगुप्त मोरिया जिहड़ा महात्मा बुद्ध दे कबीले साका दी एक शाख विचों सी, ते बुद्धा की किताब विच लिखा गया है कि वह खत्री शजादा खिस्तरी शजादा सी, ते उहदे जिहड़े वड्डे वड़के सन वह ऐसे इलाके विच वसदे सन जिथे मोर बहुत हुंदे सन, ते इस वास्ते उहनूं मोरिया कहा गया। दूजे पासे रूमी तारीखदान जसन दा यह कहना है कि वह बहुत ही मामूली खानदान चों सी, लेकिन जिहड़े संस्कृत दे नामे उत्ते लिखे गए ने उन्हां दे विच उन्हूं वरशाला ते कुलैणा कहा गया। वरशाला दा मतलब है शूद्र चों पैदा होण वाली औलाद, यानी उहदी मां शूद्र सी। ते कुलैणा दा मतलब ये है कि जिहड़ा जिहड़ा दूसरियां लई बदकिस्मती दूसरियां लई भैड़े भाग बन के आउंदा है। कुलैणे दा मतलब है कुलैणा पंजाबी दा लफ़्ज़ तुहानूं बहुत सारिआं नूं पता भी होएगा। उहदी वैसे जिहड़ी अपना तारीख पैदाइश है उहदा वी कोई पता नहीं लगदा चंद्रगुप्त मौर्या दा, लेकिन जिहड़ा तारीखदान एक तारीखदान है उहदा नां है प्लूटार्क। प्लूटार्क दा कहना यह है कि चंद्रगुप्त मौर्या ने जवानी विच सिकंदर नूं वेख्या सी टैक्सला। अच्छा, बहरहाल इत्थों तक तो गल इन्नी है, लेकिन यह गल पक्की सारे मानते हैं कि जिहड़ा चंद्रगुप्त मौर्या सी उन्हूं कुटलिया जिहड़ा है वह लैके आया सी। कुटलिया तुहानूं पता है कि कुटलिया नूं चांकिया भी कहा जाता है। कुटलिया जिहड़ा है उहदी जिहड़ी किताब है अर्थ शास्त्र वह अजे भी बहुत अथेंटिक मनी जाती है। ते जिहड़ा चंद सॉरी जिहड़ा ए सी कुटलिया
ਇਹ ਜਿਹੜਾ ਸੀ ਇਹ ਇਹ ਟੈਕਸ ਰਾਜ ਰਹਿਣ ਵਾਲਾ ਸੀ ਤੇ ਇਹ ਆਪਣਾ ਇਹ ਆਪਣਾ ਬਣ ਗਿਆ ਉੱਥੇ ਜਿਹਨੂੰ ਹੁਣ ਕਹਿੰਦੇ ਆ ਜਿਹਨੂੰ ਅਸੀਂ ਹੁਣ ਪਟਨਾ ਕਹਿੰਦੇ ਹਾਂ ਉਹਨੂੰ ਪਾਲੀਪੱਤਰ ਕਹਿੰਦੇ ਸਨ ਪਾਲੀਪੱਤਰ ਇਹ ਉੱਥੇ ਗਿਆ ਤੇ ਉੱਥੋਂ ਦਾ ਜਿਹੜਾ ਰਾਜਾ ਸੀ ਡਾਣਾ ਨੰਦਾ ਡਾਣਾ ਨੰਦ ਨੇ ਉਹਨੂੰ ਬਹੁਤ ਹੀ ਮਖੌਲ ਕੀਤੇ ਔਰ ਉਹਨੂੰ ਉਹਦੀ ਬਦਸੂਰਤੀ ਦੇ ਉੱਤੇ ਉਹਨੂੰ ਬੜਾ ਬੁਰਾ ਭਲਾ ਕਿਹਾ ਤੇ ਜਿਹੜਾ ਕੋਟਲੀਆ ਸੀ ਉਹਨੇ ਇਹ ਕਸਮ ਖਾਧੀ ਉੱਥੇ ਕਿ ਉਹ ਇਸ ਰਾਜੇ ਨੂੰ ਮੁਕਾ ਕੇ ਰਹੇਗਾ ਤੇ ਇਹ ਕਹਿੰਦੇ ਨੇ ਜੀ ਉਹਨੇ ਉਸ ਨੂੰ ਮੁਕਾਉਣ ਲਈ ਜਿਹੜੀ ਜਿਹੜੀ ਪਲਾਨ ਕੀਤਾ ਸੀ ਉਹਦੇ ਵਿੱਚ ਉਹਨੇ ਜਿਹੜਾ ਇਹ ਚੰਦਰਗੁਪਤ ਮੌਰੀਆ ਸੀ ਇਹਨੂੰ ਲਿਆ ਕੇ ਤੇ ਟੈਕਸਲਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਹੁਣ ਮਤਲਬ ਇਹ ਹੈ ਕਿ ਪਤਾ ਨਹੀਂ ਸ਼ੂਦਰ ਘਰਾਣੇ ਚੋਂ ਸੀ ਜਾਂ ਨਹੀਂ ਪਰ ਉਹ ਗਰੀਬ ਸੀ ਇਹਦੀ ਇਹਦੇ ਬਾਰੇ 'ਚ ਤੇ ਜਿਹੜਾ ਹੈ ਉਹ ਸਾਨੂੰ ਪੱਕਾ ਪਤਾ ਲੱਗਦਾ ਕਿ ਉਹ ਗਰੀਬ ਘਰਾਣੇ ਚੋਂ ਹੈ ਸੀ ਅੱਛਾ ਇਹ ਜਿਹੜਾ ਕੋਟਲੀਆ ਜਾਂ ਚਾਂਕੀਆ ਹੈ ਇਹਦੇ ਹੋਰ ਕਹਾਣੀਆਂ ਵੀ ਨੇ ਜਿਹੜੀ ਮੈਂ ਕਿਤਾਬ 'ਚ ਨਹੀਂ ਲਿਖੀਆਂ ਕਿ ਕਹਿੰਦੇ ਨੇ ਜੀ ਉਹ ਕਿਤੋਂ ਪਿੰਡ 'ਚੋਂ ਲੰਘ ਰਿਹਾ ਸੀ ਅਤੇ ਉੱਥੇ ਚੰਦਰਗੁਪਤ ਮੌਰੀਆ ਜਿਹੜਾ ਮੁੰਡਿਆਂ ਨਾਲ ਖੇਡ ਰਿਹਾ ਸੀ ਅਤੇ ਮੁੰਡਿਆਂ ਦੇ ਵਿੱਚ ਉਹ ਬਾਦਸ਼ਾਹ ਬਣਿਆ ਸੀ ਅਤੇ ਬਾਕੀਆਂ ਨੂੰ ਉਹ ਕੰਟਰੋਲ ਕਰ ਰਿਹਾ ਸੀ ਅਤੇ ਇਹਨੇ ਉਹਨੂੰ ਕੰਟਰੋਲ ਕਰਦਿਆਂ ਵੇਖਿਆ ਅਤੇ ਇਹਨੇ ਉਹਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਘੁੜਾਵਾਂਗਾ ਵਗੈਰਾ ਵਗੈਰਾ ਅਤੇ ਉਹਦੇ ਨਾਲ ਇਹਦੇ 'ਚ ਇਹ ਬਸ ਮਤਲਬ ਕਹਾਣੀਆਂ ਹੀ ਨੇ ਲੇਕਿਨ ਇਹ ਹੈ ਕਿ ਜਿੰਨੀ ਤੇਜ਼ੀ ਨਾਲ ਆਪਣਾ ਚੰਦਰਗੁਪਤ ਮੌਰੀਆ ਨੇ ਪੰਜਾਬ ਦੇ ਵਿੱਚ ਆਪਣੀ ਸਲਤਨਤ ਬਣਾ ਕੇ ਅਤੇ ਗੰਗਾ ਜਮਨਾ ਨੂੰ ਫਤਿਹ ਕੀਤਾ ਉਹ ਵੀ ਰਿਕਾਰਡ ਹੈ ਉਹ ਬਹੁਤ ਮਤਲਬ ਬਹੁਤ ਥੋੜ੍ਹੇ ਚਿਰ ਦੇ ਵਿੱਚ ਹੀ ਉਹਨੇ ਪੂਰੀ ਸਲਤਨਤ ਜਿਹੜੀ ਆ ਉਹ ਬਣਾ ਲਈ ਅੱਛਾ ਮੈਨੂੰ ਉਹਦੀ ਵਜ੍ਹਾ ਸਮਝ ਇਹ ਆਉਂਦੀ ਹੈ ਜਿਹੜੀ ਵੈਸੇ ਵਜ੍ਹਾ ਹੈ ਵੀ ਹੈ ਕਿ ਇਹ ਉਸ ਵੇਲੇ ਤੱਕ ਜਿਹੜੀਆਂ ਰਾਜਧਾਨੀਆਂ ਸਨ ਜਿਵੇਂ ਮੈਂ ਦੱਸਿਆ ਕਿ ਅਫਗਾਨਿਸਤਾਨ ਦੇ ਉਸ ਇਲਾਕੇ ਪਾਕਿਸਤਾਨ ਦੇ ਲਾਗੇ ਵਾਲੇ ਇਲਾਕੇ ਤੋਂ ਲੈ ਕੇ ਅਤੇ ਪੋਰਸ ਤੱਕ ਕੋਈ 12-14 ਡੇਢ ਦਰਜਨ ਰਾਜੇ ਸਨ ਇਸੇ ਤਰ੍ਹਾਂ ਮੇਰਾ ਖਿਆਲ ਹੈ ਕਿ ਪੂਰਾ ਪੰਜਾਬ ਜਿਹੜਾ ਉਹ ਛੋਟਿਆਂ ਛੋਟੇ ਰਾਜੇ ਜਿਹੜੇ ਸਨ ਉਹ ਹਕੂਮਤ ਕਰਦੇ ਸਨ ਅਤੇ ਉਹ ਜਿਹੜੇ ਇੱਕ ਕਬੀਲੇ ਦੇ ਦੋ ਕਬੀਲੇ ਦੇ ਇੱਕ ਕੁਝ ਹਜ਼ਾਰ ਦੇ ਕਬੀਲਿਆਂ ਦੇ ਉਹ ਸਨ ਅਤੇ ਉਹ ਲੇਕਿਨ ਇੱਥੇ ਤੁਸੀਂ ਇਹ ਗੱਲ ਯਾਦ ਰੱਖੋ ਕਿ ਇਹ ਆਰਿਆਵਾਂ ਦੇ ਕਬਾਇਲੀ ਸਿਸਟਮ ਦੇ ਟੁੱਟਣ ਨਾਲ ਬਣੇ ਸਨ ਇਹ ਮੈਂ ਅਸੀਂ ਪਿਛਲੀ ਵਾਰੀ ਗੱਲ ਕਰ ਚੁੱਕੇ ਹਾਂ ਅਤੇ ਜਿਹੜਾ ਇਹਨੇ ਆਪਣਾ ਚੰਦਰਗੁਪਤ ਮੌਰੀਆ ਇਹਨੇ ਉੱਥੋਂ ਬੰਦੇ ਕਿਰਾਏ ਦੇ ਬੰਦੇ ਜਿਹੜੇ ਨੇ ਭਰਤੀ ਕੀਤੇ ਉਸ ਇਲਾਕੇ 'ਚੋਂ ਨਾਰਦਰਨ ਪੰਜਾਬ 'ਚੋਂ ਜਿਹੜੇ ਕਿ ਕਿਰਾਏ ਦੇ ਸਿਪਾਹੀਆਂ ਲਈ ਮਸ਼ਹੂਰ ਸਨ ਅਤੇ ਉਹਨਾਂ ਦੀ ਮਦਦ ਦੇ ਨਾਲ ਇਹਨੇ ਪੰਜਾਬ ਦੇ ਛੋਟੀਆਂ ਛੋਟੀਆਂ ਰਾਜਧਾਨੀਆਂ ਨੂੰ ਤੋੜ ਕੇ ਅਤੇ ਇੱਕ ਸਲਤਨਤ ਬਣਾਈ ਅਤੇ ਫਿਰ ਉਹਦੇ ਤੋਂ ਜਾ ਕੇ ਅੱਗੇ ਜਿਹੜਾ ਹੈ ਉਹ ਗੰਗਾ ਜਮਨਾ ਜਿਹੜਾ ਹੈ ਉਹ ਉਹਦੇ ਵਿੱਚ ਵੀ ਇਹਨੇ ਆਪਣੀ ਸਲਤਨਤ ਬਣਾਈ ਅੱਛਾ ਇੱਕ ਤੁਹਾਨੂੰ ਮੈਂ ਦਿਲਚਸਪ ਗੱਲ ਦੱਸਾਂ ਕਿ ਜਿਹੜੇ ਕਬੀਲਿਆਂ ਦੀ ਯਾਨੀ ਜਿਹੜੇ ਛੋਟੀਆਂ ਛੋਟੀਆਂ ਰਾਜਧਾਨੀਆਂ ਅਤੇ ਕਬੀਲਿਆਂ ਨੂੰ ਜਿਹੜਾ ਤੋੜਨ ਦਾ ਚਾਂਕੀਆ ਨੇ ਜਿਹੜਾ ਸਿਸਟਮ ਬਣਾਇਆ ਸੀ ਉਹ ਬੜਾ ਹੀ ਉਹ ਆਪਣਾ ਸੋਫਿਸਟੀਕੇਟਡ ਸੀ ਉਹਦੀ ਕਿਤਾਬ ਜਿਹੜੀ ਅਰਥ ਸ਼ਾਸਤਰ ਹੈ ਉਹਦੇ ਵਿੱਚ ਮੈਂ ਬਹੁਤ ਹੀ ਮਜ਼ਾ ਲਿਆ ਉਸ ਹਿੱਸੇ ਦੇ ਉੱਤੇ ਜਿਹਦੇ ਉੱਤੇ ਉਹ ਜਾਸੂਸੀ ਜਿਹੜੇ ਉਹਦੇ ਜਾਸੂਸ ਸਨ ਚੰਦਰਗੁਪਤ ਮੌਰੀਆ ਦੀ ਤਖ਼ਤ ਦੇ ਜਿਹੜੇ ਜਾਸੂਸ ਸਨ ਉਹਨਾਂ ਦੇ ਬਾਰੇ 'ਚ ਉਹਨੇ ਤਫਸੀਲ ਲਿਖੀ ਹੈ ਅਤੇ ਉਹਨੇ ਹਰ ਕਿਸਮ ਦੇ ਜਾਸੂਸ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਜਾਸੂਸ ਜਿਹੜਾ ਉਹ ਵਧੀਆ ਹੁੰਦਾ ਹੈ ਕਿਸ ਤਰ੍ਹਾਂ ਦਾ ਘੱਟ ਹੁੰਦਾ ਹੈ ਮਤਲਬ ਮੁਖਤਲਿਫ ਸ਼ਕਲਾਂ ਜਾਂਦਾ ਹੈ ਫਕੀਰ ਬਣ ਕੇ ਜਾਂਦਾ ਹੈ ਰੰਡੀ ਬਣ ਕੇ ਜਾਂਦਾ ਹੈ ਤਵਾਇਬ ਬਣ ਕੇ ਜਾਂਦਾ ਹੈ ਵਗੈਰਾ ਵਗੈਰਾ ਅਤੇ ਉਹ ਇੱਕ ਕਹਿੰਦਾ ਹੈ ਕਿ ਮਤਲਬ ਉਹਦੀ ਵਰਤ ਇਹ ਸੀਗੀ ਜਾਸੂਸਾਂ ਦੀ
कि वो जाके राजधानियां छोटिया राजधानियां तो कबीलियां दे विच नफाक पैदा करन, उन्हां दे विच लड़ाई पैदा करन, ते जो आपस च लड़ लड़ के पागल हो जाए माड़े हो जाए तो फिर उन्हां उत्ते कब्जा कर लिया जाए। ये है उहदा जिहड़ा है जिहड़ा फलसफा सी चाणकिया दा, जसूस रख के तो उन्हां दे जरिए अगलियां जिहड़ियां हुकूमतां छोटियां हुकूमतां ने उन्हां नूं तोड़वाउणा, ये गल उन्हें की। अच्छा जिहड़ी एक होर गल है कि जिहड़े जिहड़ा चंद्र गुप्त मौर्या सी वो उन्हें एक होर भी तरीका जिहड़ा अडॉप्ट कीता जिहदे बारे च सानू बहुत जानना चाहिए है। वो बहुत एक मुढ़ली गल है। चंद्र गुप्त मौर्या जिहड़ा सी उन्हें वेख्या कि ये जेडे कबीलिया नू मैं शिकस्त दे दिना है हरा दिना है ये हार जाते ने, इन्हों का वो टुट जाता है, फिर ये दोबारा कट्ठे हो जाते हैं, दोबारा कट्ठे हो गए फिर मुकाबला शुरू कर देंगे, तो इन्हों का कोई पक्का बंदोबस्त किया जाए। तो उन्हें फिर चांकिया ने यह तरीका उन्होंने दसिया कि बजाय इस दे कि इन्हों हरा के खुला छड़ दिता जाए, इन्हां दे छोटे छोटे ग्रुप बना के ते इन्हां दे पिंड वसाए जाण, ते पिंड ऐसे होण जिहड़े के सेल्फ सफिशिएंट हो। चुनाचे मौर्या चंद्रगुप्त मौर्या दे जमाने तों वो जिहड़े अपना सेल्फ सफिशिएंट पिंड सन वो उन्होंने बनाने शुरू कर दिते। यानी जिहड़ा भी पिंड नवा वसाया जांदा सी उहदे विच ये लाजम किया जाता सी कि वो जेडे मुढ़ले दस्तकार ने लोहार तरखान वगैरह वगैरह जेडे ने वो सारे उत्थे होन। वो उन्होंने इस वास्ते भी बनाए सन के जेडे पिंड दे लोग है इन्हों पिंड तो बाहर ना जाना पवे, ते चूंकि पिंड तो बाहर नहीं जाणगे तो लाजा इन्हों का एक पिंड का दूसरे पिंड नाल तल्लक भी कोई नहीं होएगा, कोई वास्ता भी नहीं होएगा, ते ये आपस दे विच कट्ठे हो के साढ़े तो साढ़े खिलाफ बगावत भी नहीं कर सकते। मेरा ख्याल है कि ये जड़ा आप पालू पिंड है, यानी जड़ा सेल्फ सफिशिएंट पिंड है पंजाब का और फिर पूरे सब कॉन्टीनेंट का, ये साढ़े वेलिया तक ये तकरीबन कायम रहा है। और जड़ा अपना मौरिया ने बनाया सी पिंड उहो ही बाद वाले आने वाले जिहड़े हाकम सन उन्होंने उन्नू ही वरत्या। अच्छा जिहड़ा चंद्र गुप्त मौर्या सी उन्हें अगे जा के गंगा जमुना दे वादी जिहड़ी सी गंगा जमुना दा जिहड़ा इलाका सी मगध दा उन्नू फतह करन लई उन्हें यूनानी ईरानी साकी ते होर बाहर दियां नसलां दे बहुत सारे लोग अपनी फौज च भर्ती कीते। अच्छा पंजाब जिहड़ा है वो पंजाब विच इह जिहड़ा इलाका सी शिमाल दा इह किराए दे फौजियां लई मशहूर सी, ते उहनां नूं कहा जांदा सी योधा जीविका संघा, जिहड़े किराए दे सिपाही सन योधा जीविका संघा उहनां नूं कहा जांदा सी, ते बहुत सारे जिहड़े तारीख लिखण वाले ने उहनां नूं डाकू वी दसदे सन। अच्छा जाहिर गल है कि चंद्र गुप्त मौर्या जदों एक इलाके ते कब्जा कर लैंदा सी एक कबीले ते या एक राजधानी ते, उत्थे जिहड़े लोग फौजां दे हुंदे सन फौजी जिहड़े थोड़े बहुत हुंदे सन उहनां कोल वी कोई चारा नहीं सी सवाए इस ते कि चंद्र गुप्त मौर्या दे दी फौज विच आ जाण। तुसीं लादा उहदी फौज वड्डी हुंदी गई, अते इत्थे जिहड़ा है वो कहा जाता है कि चंद्र गुप्त मौर्या दी फौज जिहड़ी है 1 लख बंदियां दी सी चंद्र गुप्त मौर्या दी फौज। लेकिन जिहड़ा यूनानी तारीखदान स्टारबो है उहदा कहना है कि उहदी फौज विच 4 लख बंदा सी, लेकिन जिहड़ा मेगाथीन्स है वह कहिंदा है कि उहदी फौज विच 6 लख फौजी सन जिन्हां विच 30,000 घोड़सवार ते 9,000 हाथी जंगी हाथी उहदे कोल सन। अच्छा ये मैनूं तां लगदा कि ये सारे जिहड़ी तादाद है झूठी है,
लेकिन मेगा थीम्स जेड़ा है उदी गल तुसी सोच भी नहीं सकते, उदियां बहुत गल्लां सही भी ने, क्योंकि वो चंद्रगुप्त मौर्या दे दरबार दे विच वो 2-3004 BC तो लैके ते वो बड़ी चिर तक वो उत्थे यूनानिया दा जेड़ा उस वो अम्बेसडर रहा सीगा, बड़ा चिर उत्थे हो रहा। ते जेड़ा चंद्रगुप्त मौर्या ने फौजा फौजा जमा करके ते उत्थों दे राजा जेड़ा सीगा मगध दा नंदा राजा उन्हों हरा दिता। ते हाँ उहदे विच भी होया कि 3306 BC दे विच एक होर यूनानी बादशाह जिहदा नाम हेलोकस नकाटोर निकाटोर सी, उन्हें पंजाब ते हमला किया। लेकिन जेडे मशहूर दोस्त तारीखदार ने डीडी कुसाम्बी ते आर सी मौजूमदार, उन्हों का यह कहना है कि वो जंग हार गया और उन्हें अपनी कुड़ी जी है वो चंद्रगुप्त मौर्या विह दी, इस तरह उन्हें अपनी जान चलाई। चंद्रगुप्त मौर्या जड़ा है उदे ते जड़ियां ज्यादा गल्लां लोगों को पता लगिया ने वो असल दे विच मैगाथीन जड़ा है उहदी किताब इंडिका तो मिली, ते ये 2-3002 QM दे विच चार च नहीं दो च विच ये यूनानी सफीर दे तौर ते यूनानी अम्बेसडर दे तौर ते टैक्सला आया सी। ते उन्हें जब देखी कि टैक्सला तो लैके ते पटना तक शाहराह जड़ी है वो मौर्यावां ने बनाई हुई है, ते वो बड़ा उहदे तों प्रभावित होया सी। वो कहिंदा है कि जिहड़ा पटना है उस वेले बहुत वड्डा शहर सी, उहदे चार चुफेरे 600 फुट गहरी जिहड़ी आ डिच सी बनाई हुई तां कि हमला ना हो सके। शहर दे आले दुआले जिहड़ी दीवार बनाई हुई सी उहदे विच 570 बुरज ते 64 दरवाजे सन। ते उन्हें ये भी कहता कि उन्हें अपनी हिफाजत लई औरतां रखियां सन जिहड़ियां उहदे सारे जरूरतां बुढ़िया जरूरतां जिहड़ियां नहाउण धोउण दा वी बंदोबस्त करदियां सन। ते जदों वो उत्थों बाहर जांदा सी किसी काम लई या शिकार करन लई या किसी भी काम लई, ते वो औरतां जिहड़ियां ने वो हाथियां ते घोड़ियां ते चढ़ के रस्ते रोकदियां सन तां कि बादशाह नू कोई दे सामने कोई ना आए। अच्छा लेकिन यह है कि वह कहता है कि उहदी एक गल गलत साबित हुई है कि पंजाब विच वह कहता है कि 118 कबीले सन हिंदुस्तान दे, सॉरी हिंदुस्तान पंजाब नहीं हिंदुस्तान दे, ये मेरा ख्याल है कि सारे ने मनिया कि वो गलत है। लेकिन वह कहता है कि पूरी आबादी जिहड़ी है वह 7 तबकियां च वंडी हुई सी, मतलब ये 7 जातां नहीं है, ये तबके नहीं पेशियां दे लिहाज नाल। ते वह कहता है कि जिहड़ा है वो जिहड़ा सब तो मुआशरे का सब तो वड्डा उच्चा तबका है वह ब्राह्मणा का है, जिहड़े कि जंगलों में रहिंदे ने ते अपना उत्थे नंगे रहिंदे ने या फत्ते फत्ते पा के ते अपना टाप ढकदे ने, ते वो सब तो वड्डे मन्ने जाते हैं। अच्छा दूसरा जिहड़ा वड्डा तबका है वो खेतीबाड़ी करने वाला है, यानी एग्रीकल्चर करने वाला है। तीसरा जिहड़ा डंगर पालन वाले का। चौथा तबका जिहड़ा वो आर्टिजन का है। पंजवा तबका जिहड़ा वो है जिहड़े जंग फौजी होंदे ने, फौजी होंदे ने। छेवां तबका जिहड़ा है ਉਹ ਹਕੂਮਤ ਦੇ ਜਿਹੜੇ ਸੁਪਰਵਾਈਜ਼ਰਸ ਨੇ ਉਹਨਾਂ ਦਾ ਹੁੰਦਾ ਹੈ, ਤੇ ਸੱਤਵਾਂ ਜਿਹੜਾ ਬਾਕੀ ਜਿਹੜੇ ਕੰਮਕਾਰ ਹੁੰਦੇ ਨੇ ਸਟੇਟ ਦੇ ਉਹਨਾਂ ਨੂੰ ਚਲਾਉਣ ਲਈ ਹੁੰਦਾ ਹੈ। ਤੀਸਰੇ ਤੇ ਚੌਥੇ ਤਬਕੇ ਦੇ ਦਾ ਤਲਕ ਛੋਟੀਆਂ ਜ਼ਾਤਾਂ ਤੇ ਸ਼ੂਦਰ ਲੋਕਾਂ ਦੇ ਨਾਲ ਸੀ। ਅੱਛਾ ਇੱਥੇ ਉਹ ਵੀ ਦੱਸਦਾ ਕਿ ਜਿਹੜੇ ਹਾਥੀ ਫੜਨ ਦਾ ਜਿਹੜਾ ਕੰਮ ਸੀ ਉਹ ਇਹੋ ਹੀ ਸ਼ੂਦਰ ਲੋਕ ਕਰਦੇ ਸਨ, ਤੇ
ਜਿਹੜਾ ਚੰਦਰਗੁਪਤ ਮੌਰੀਆ ਦਾ ਹੁਕਮ ਸੀ ਕਿ ਕੋਈ ਆਮ ਸ਼ਹਿਰੀ ਜਿਹੜਾ ਹੈ ਉਹ ਹਾਥੀ ਨਹੀਂ ਰੱਖ ਸਕਦਾ, ਤੇ ਜਿਹੜਾ ਉਹਦਾ ਟੈਕਸ ਸੀਗਾ ਉਹ ਕੋਈ ਇੱਕ ਚੌਥਾਈ ਤੋਂ ਲੈ ਕੇ ਤਿੰਨ ਚੌਥਾਈ ਤੱਕ, 3/4 ਤੱਕ ਉਹ ਟੈਕਸ 'ਚ ਲੈ ਲੈਂਦਾ ਸੀ। ਅੱਛਾ, ਉਹ ਵੀ ਕਹਿੰਦਾ ਕਿ ਜਿਹੜੇ ਉਸ ਵੇਲੇ ਅਮੀਰ ਆਦਮੀ ਸਨ ਉਹ ਕਈ ਕਈ ਬੀਵੀਆਂ ਰੱਖ ਸਕਦੇ ਸਨ, ਪਰ ਔਰਤਾਂ ਨੂੰ ਪੜ੍ਹਾਈ ਲਿਖਾਈ ਦੀ ਇਜਾਜ਼ਤ ਸੀ। ਮੁਲਕ ਵਿੱਚ ਸ਼ਰਾਬ ਜਿਹੜੀ ਹੈ ਉਹ ਸਿਰਫ ਕੁਰਬਾਨੀ ਦੇ ਵੇਲੇ ਪੀਤੀ ਜਾਂਦੀ ਸੀ, ਤੇ ਔਰਤਾਂ ਦਾ ਸਤੀ ਹੋਣ ਦਾ ਰਿਵਾਜ ਹਰ ਪਾਸੇ ਨਹੀਂ ਸੀ, ਸਿਰਫ ਇੱਕ ਰਾਜਪੂਤ ਕਬੀਲਾ ਕਥਾਈ ਸੀ ਜਿਹੜਾ ਕਿ ਅੰਮ੍ਰਿਤਸਰ ਤੋਂ ਕਾਠੀਆਵਾੜ ਚਲਾ ਗਿਆ ਸੀ ਉਹਦੇ ਵਿੱਚ ਸੀ, ਤੇ ਜਾਂ ਟੈਕਸਲਾ ਦੇ ਬ੍ਰਾਹਮਣ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਜਿਹੜਾ ਸਤੀ ਦਾ ਨਿਜ਼ਾਮ ਹੋਇਆ ਸੀ। ਅੱਛਾ, ਆਪਣਾ ਇਹ ਮੰਨਿਆ, ਇਹ ਕਿਹਾ ਜਾਂਦਾ ਕਿ ਜਿਹੜਾ ਆਪਣਾ ਇਹ ਮੈਗਾਥੀਨਸ ਹੈ ਇਹਨੇ ਕਾਫੀ ਜਿਹੜੀ ਐਗਜ਼ਾਜਰੇਸ਼ਨ ਨੇ ਕੀਤੀਆਂ ਨੇ, ਲੇਕਿਨ ਇਹ ਹੈ ਕਿ ਲੇਕਿਨ ਮੋਸਟਲੀ ਤਾਰੀਖਦਾਨ ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਉਹਦੀ 118 ਕਬੀਲਿਆਂ ਵਾਲੀ ਗੱਲ ਨੂੰ ਛੱਡ ਕੇ ਉਹਦੀਆਂ ਬਾਕੀ ਜਿਹੜੀਆਂ ਗੱਲਾਂ ਸਨ ਉਹ ਸਹੀ ਸਾਬਿਤ ਹੋਈਆਂ ਨੇ। ਤੇ ਇਹ ਵੀ ਗੱਲ ਉਹਨੇ ਹੀ ਦੱਸੀ ਹੈ ਜਿਹੜੀ ਕਿ ਤਾਰੀਖਦਾਨਾਂ ਦੇ ਵਿੱਚ ਮਸ਼ਹੂਰ ਹੋਈ ਹੈ ਅਤੇ ਅਸੀਂ ਮੰਨਦੇ ਹਾਂ ਕਿ ਉਸ ਵੇਲੇ ਜਿਹੜੀ ਲੜਾਕਾ ਫੌਜ ਹੁੰਦੀ ਸੀ ਜਿਹੜੀ ਲੜਾਈ ਕਰਦੀ ਸੀ ਉਹ ਖੇਤੀ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਕੰਮ ਵਿੱਚ ਦਖਲ ਨਹੀਂ ਸੀ ਦਿੰਦੀ। ਮਤਲਬ ਇਹ ਹੈ ਕਿ ਕਹਿੰਦੇ ਨੇ ਕਿ ਇੱਕ ਹੀ ਕਈ ਸੌ ਇੱਕ 100 ਗਜ਼ ਦੇ ਫਾਸਲੇ 'ਤੇ ਲੜਾਈ ਹੋ ਰਹੀ ਹੁੰਦੀ ਸੀ ਅਤੇ 100 ਗਜ਼ ਦੇ ਫਾਸਲੇ ਤੋਂ ਛੱਡ ਕੇ ਤਬਾਹੀ ਹੋ ਰਹੀ ਹੁੰਦੀ ਸੀ। ਮਤਲਬ ਇਹ ਇਸ ਤਰ੍ਹਾਂ ਦਾ ਹੋਏਗਾ ਤਾਂ ਸਹੀ, ਪਰ ਇੰਨਾ ਨਹੀਂ ਹੋਏਗਾ। ਵਜ੍ਹਾ ਉਹਦੀ ਇਹ ਕਿ ਖੇਤੀ ਕਰਨ ਵਾਲਿਆਂ ਨੂੰ ਇਸ ਲਈ ਨਹੀਂ ਮਾਰਦੇ ਹੋਣਗੇ ਕਿ ਜਿਹੜਾ ਵੀ ਜਿੱਤ ਗਿਆ ਲੜਾਈ 'ਚੋਂ ਉਹਨੇ ਰੋਟੀ ਤਾਂ ਖਾਣੀ ਹੈ, ਤਾਂ ਰੋਟੀ ਤਾਂ ਖੇਤੀ ਕਰਨ ਵਾਲਿਆਂ ਨੇ ਹੀ ਪੈਦਾ ਕਰਕੇ ਦੇਣੀ ਹੈ, ਅਤੇ ਇਸ ਵਾਸਤੇ ਖੇਤੀ ਕਰਨ ਵਾਲਿਆਂ ਨੂੰ ਜਿਹੜਾ ਹੈ ਉਹ ਖੇਤੀ ਕਰਨ ਵਾਲਿਆਂ ਨੂੰ ਕੁਛ ਕਹਿੰਦੇ ਨਹੀਂ ਸੀ ਹੈਗੇ। ਜਿਹੜਾ ਚੰਦਰਗੁਪਤ ਮੌਰੀਆ ਸੀ ਇਹ ਤਾਂ ਪਹਿਲੇ ਤੁਹਾਨੂੰ ਸ਼ਾਇਦ ਮੈਂ ਦੱਸਿਆ ਹੈ ਕਿ ਉਹਦਾ ਤਲਕ ਜੈਨ ਮਤ ਮਜ਼ਮਨਾ ਸੀ, ਅਤੇ ਜੈਨ ਮਤ ਮਜ਼ਮਨਾ ਸੀ ਅਤੇ ਆਖਰੀ ਉਮਰ ਦੇ ਵਿੱਚ ਉਹ ਸ਼ਾਹੀ ਛੱਡ ਕੇ ਅਤੇ ਉਹ ਜੈਨ ਮਤ ਦਾ ਦਰਵੇਸ਼ ਹੋ ਗਿਆ ਸੀ, ਅਤੇ ਉਹਨੇ ਆਪਣੇ ਪੁੱਤਰ ਜਿਹੜਾ ਹੈ ਭੰਡਾ ਸਾਰਾ ਉਹਨੂੰ ਹੁਕੂਮਤ ਦੇ ਦਿੱਤੀ ਸੀ। ਮੇਰਾ ਖਿਆਲ ਹੈ ਕਿ ਇੱਥੇ ਅਸੀਂ ਇਹਨੂੰ ਰੋਕੀਏ ਅਤੇ 15 ਮਿੰਟ ਬਾਅਦ ਫਿਰ ਇਕੱਠੇ ਹੋਈਏ। ਹੁਣ ਸਮਝੋ ਕਿ 11:53 ਅਤੇ 53 ਮਿੰਟ ਹੋਏ ਨੇ ਅਤੇ ਅਸੀਂ 12:10 ਤੇ ਵਾਪਸ ਆਈਏ। ਅੱਛਾ, ਇੱਕ ਛੋਟੀ ਜੀ, ਕਿਉਂਕਿ ਇਹ ਰਿਕਾਰਡਿੰਗ ਹੋ ਰਹੀ ਹੈ ਤੇ ਛੋਟੀ ਜੀ ਕਰੈਕਸ਼ਨ ਕਰ ਲਓ, ਤੁਸੀਂ ਨਾ 300 ਦੀ ਬਜਾਏ ਨਾ 3-4 ਦਫਾ 3000 ਕਿਹਾ। ਹਾਂਜੀ, ਤੁਸੀਂ ਗਲਤੀ ਨਾਲ 300 ਦੀ ਬਜਾਏ 3000 BC ਕਹਿੰਦੇ ਰਹੇ ਹੋ। ਸੌਰੀ ਸੌਰੀ ਸੌਰੀ, ਉਹਨੂੰ ਜ਼ਰਾ, ਕਿਉਂਕਿ ਰਿਕਾਰਡਿੰਗ ਹੁੰਦੀ ਰਹੀ ਹੈ ਤੇ ਇਹ ਕਰੈਕਸ਼ਨ ਹੋ ਜਾਣੀ ਚਾਹੀਦੀ। ਹਾਂ ਬਿਲਕੁਲ ਬਿਲਕੁਲ, ਕਰੈਕਸ਼ਨ ਹੋ ਜਾਏਗੀ, ਸੌਰੀ। ਉਹ ਮੈਨੂੰ ਹਜ਼ਾਰਾਂ ਦੇ ਸਮਾਂ ਦਾ ਕੋਈ ਫਰਕ ਨਹੀਂ ਨਾ ਲੱਗਦਾ, ਤੇ ਕੋਈ ਮਸਲਾ ਨਹੀਂ, ਉਹ ਠੀਕ। ਓਕੇ, ਚਲੋ ਠੀਕ ਹੈ। ਜੈਨ ਦਰਵੇਸ਼ ਹੋ ਗਿਆ ਸੀ ਤੇ ਉਹਨੇ ਬਾਦਸ਼ਾਹੀ ਛੱਡ ਦਿੱਤੀ ਸੀ, ਤੇ ਉਸ ਤੋਂ ਬਾਅਦ ਉਹਦਾ ਜਦੋਂ ਉਹਨੇ ਛੱਡ ਦਿੱਤੀ ਤੇ ਉਹਦਾ ਪੁੱਤਰ ਬਿੰਡਾ ਸਾਰਾ ਜਿਹੜਾ ਸੀ ਉਹ ਬਣਿਆ ਬਾਦਸ਼ਾਹ, ਜਿਹਨੇ 297 ਤੋਂ 273 ਤੱਕ BC ਤੱਕ ਹਕੂਮਤ ਕੀਤੀ, ਅਤੇ ਉਹਨੇ ਆਪਣੀ ਜਿਹੜੀ ਸ਼ਾਹੀ ਸੀ ਉਹਨੂੰ ਕਾਫੀ ਅੱਗੇ ਵਧਾ ਲਿਆ ਸੀ। ਲੇਕਿਨ ਉਹਦਾ ਪੁੱਤਰ ਜਿਹੜਾ ਸੀ ਉਹ ਅਸ਼ੋਕ ਸੀਗਾ, ਅਤੇ ਅਸ਼ੋਕ ਜਿਹੜਾ ਉਹਨੇ ਉਹਦੀ ਜਿਹੜੀ 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 ਮੌਰੀਆ ਸਲਤਨਤ ਸੀ ਉਹਨੂੰ ਜ਼ਿਆਦਾ ਵਧਾਇਆ ਸੀ ਉਹਨੇ,
ਤੇ ਜਦੋਂ ਉਹਨੂੰ ਉਹਦੇ ਪਿਓ ਦੇ ਬਾਅਦ ਉਹ ਬਾਦਸ਼ਾਹ ਬਣਿਆ ਤੇ ਉਸ ਤੋਂ ਪਹਿਲੇ ਉਹ ਟੈਕਸਲਾ ਦਾ ਗਵਰਨਰ ਸੀ। ਇਹ ਜਿਹੜਾ ਸਾਰਾ ਆਪਣਾ ਪੰਜਾਬ ਦਾ ਬਹੁਤ ਸਾਰਾ ਇਲਾਕਾ ਹੈ, ਮਤਲਬ ਪੰਜਾਬ, ਕਸ਼ਮੀਰ, ਪੰਜਾਬ ਤੇ ਅਫਗਾਨਿਸਤਾਨ ਦੇ ਇਲਾਕੇ ਜਿਹੜੇ ਨੇ ਉਹਨਾਂ ਉੱਤੇ ਉਹ ਹਕੂਮਤ ਕਰਦਾ ਸੀਗਾ ਅਸ਼ੋਕ, ਮਤਲਬ ਉਹ ਇੱਥੋਂ ਦਾ ਬਾਦਸ਼ਾਹ ਸੀਗਾ। ਤੇ ਇਹਦੇ ਵਿੱਚ ਇੱਕ ਹੈ ਕਿ ਇਹਦੇ ਵਿੱਚ ਪੰਜਾਲ ਇੱਕ ਇਲਾਕਾ ਜਿਹੜਾ ਉਹਦਾ ਦੱਸਿਆ ਜਾਂਦਾ ਕਿ ਜਿਹੜੀ ਟੈਕਸਲਾ ਦੀ ਹਕੂਮਤ ਦੇ ਥੱਲੇ ਸੀ। ਤੇ ਪੰਜਾਲ ਇਸ ਵਾਸਤੇ ਮਸ਼ਹੂਰ ਹੈ ਕਿ ਉੱਥੋਂ ਦੀ ਦ੍ਰੋਪਦੀ ਸੀ ਜਿਹੜੀ 5 ਪਾਂਡਵਾਂ ਦੇ ਨਾਲ ਵਿਆਹੀ ਗਈ ਸੀ। ਅੱਛਾ, ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਜਿਹੜੇ ਕੱਲਰ ਸਈਦਾਂ ਦੇ ਲੋਕ ਨੇ, ਕੱਲਰ ਸਈਦਾਂ ਜਿੱਥੇ ਹੁਣ ਕੱਲਰ ਸਈਦਾਂ ਦੇ ਲੋਕ ਕਹਿੰਦੇ ਨੇ ਕਿ ਇਹੋ ਹੀ ਪੰਜਾਲ ਸੀ। ਔਰ ਮੈਨੂੰ ਲੱਗਦਾ ਹੈ ਕਿ ਇਹ ਗੱਲ ਸੱਚੀ ਹੈ ਕਿ ਪੰਜਾਲ ਅਸਲ ਦੇ ਵਿੱਚ ਇਸੇ ਇਲਾਕੇ ਦੇ ਵਿੱਚ ਹੋਏਗਾ ਤੇ ਦ੍ਰੋਪਦੀ ਦਾ ਪਿਓ ਜਿਹੜਾ ਸੀ ਉਹ ਇੱਥੇ ਹੀ ਹਕੂਮਤ ਕਰਦਾ ਹੋਏਗਾ ਤੇ ਦ੍ਰੋਪਦੀ ਜਿਹੜੀ ਹੈ ਉਹਨੂੰ ਵਿਆਹ ਕੇ ਇੱਥੋਂ ਹੀ ਲੈ ਕੇ ਗਏ ਹੋਣਗੇ, ਮੇਰਾ ਇਹ ਖਿਆਲ ਹੈ। ਤੇ ਇਹ ਇਹਦੇ ਤੇ ਹੋਰ ਤਹਿਕੀਕ ਹੋਣੀ ਚਾਹੀਦੀ ਹੈ। ਲੇਕਿਨ ਗੱਲ ਇਹ ਹੈਗੀ ਹੈ ਕਿ ਜਿਹੜੀ ਵੀ ਕੋਈ ਇੰਪੋਰਟੈਂਟ ਪਲੇਸ ਹੁੰਦੀ ਹੈ ਉਹਨੂੰ ਇੰਡੀਅਨ ਹਿਸਟੋਰੀਅਨ ਜਿਹੜੇ ਨੇ ਉਹ ਗੰਗਾ ਜਮਨਾ ਸ਼ਾਮਿਲ ਕਰ ਲੈਂਦੇ ਨੇ, ਫਰਜ਼ ਕਰ ਲੈਂਦੇ ਨੇ ਤੇ ਉੱਥੋਂ ਅੱਗੇ ਕੰਮ ਚਲਾਉਂਦੇ ਨੇ। ਉਹਨਾਂ ਦਾ ਖਿਆਲ ਹੈ ਕਿ ਕੋਈ ਇੰਪੋਰਟੈਂਟ ਜਗ੍ਹਾ ਪੰਜਾਬ ਦੇ ਵਿੱਚ ਤਾਂ ਹੋ ਨਹੀਂ ਸਕਦੀ। ਤੇ ਖੈਰ ਇਹ ਆਪਣੀ ਜਗ੍ਹਾ ਤੇ ਗੱਲ ਹੈ। ਅਸ਼ੋਕਾ ਜਿਹੜਾ ਹੈ ਉਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹਦੀਆਂ 5 ਰਾਣੀਆਂ ਸਨ ਤੇ ਉਹ ਬਹੁਤ ਹੀ ਜ਼ਾਲਮ ਕਰੂਅਲ ਕਿਸਮ ਦਾ ਰੂਲਰ ਸੀ। ਕਹਿੰਦੇ ਨੇ ਕਿ ਉਹਨੇ ਆਪਣੇ 90 ਮਤਰੇ ਸੁਤੇਲੇ ਭਰਾ ਜਿਹੜੇ ਨੇ ਉਹਨਾਂ ਨੂੰ ਮਰਵਾਇਆ ਸੀ ਤੇ ਉਹਨਾਂ ਇਹਨਾਂ ਹੀ ਹਵਾਲਿਆਂ ਦੇ ਮੁਤਾਬਕ ਉਹਨੇ ਆਪਣਾ ਜਿਹੜਾ ਇੱਕ ਇਲਾਕਾ ਸੀ ਕਾ ਗੰਗਾ, ਜਿਹਨੂੰ ਹੁਣ ਉੜੀਸਾ ਕਹਿੰਦੇ ਆ, ਕਾ ਗੰਗਾ ਜਿਹੜਾ ਹੈ ਉਹਦੇ ਉੱਤੇ ਜਿਹੜਾ ਮੇਨ ਸ਼ਹਿਰ ਸੀ ਉੱਤੇ ਹਮਲਾ ਕੀਤਾ ਤੇ ਉਹਦੇ ਵਿੱਚ ਬਹੁਤ ਮਾਰ ਹੋਈ। ਕਹਿੰਦੇ ਤਿੰਨੇ ਕਿ 1 ਲੱਖ ਬੰਦਾ ਮਾਰਿਆ ਗਿਆ, ਪਰ ਮੇਰਾ ਖਿਆਲ ਹੈ 1 ਲੱਖ ਨਾ ਵੀ ਹੋਵੇ, ਅਗਰ 20,000 ਵੀ ਮਾਰੇ ਗਏ ਹੋਣ ਤਾਂ ਪੂਰਾ ਸ਼ਹਿਰ ਮਾਰਿਆ ਗਿਆ ਹੋਵੇਗਾ। ਤੇ ਉਹ ਕਹਿੰਦੇ ਨੇ ਜੀ ਅਸ਼ੋਕ ਜਿਹੜਾ ਉਹ ਅਗਲੇ ਦਿਨ ਉਹ ਦੇਖਣ ਗਿਆ ਉਹਨੂੰ ਉਸ ਇਲਾਕੇ ਨੂੰ ਜਿਹੜਾ ਫਤਿਹ ਕੀਤਾ ਸੀਗਾ ਤੇ ਉੱਥੇ ਇੰਨੀ ਮਾਰਾਮਾਰੀ ਹੋਈ ਸੀ ਤੇ ਉਹ ਕਹਿੰਦੇ ਨੇ ਜੀ ਉਹ ਉਹਨੂੰ ਤਬਾਹੀ ਨੂੰ ਵੇਖ ਕੇ ਤੇ ਉਹ ਇੰਨਾ ਦੁਖੀ ਹੋਇਆ, ਇੰਨਾ ਪਰੇਸ਼ਾਨ ਹੋਇਆ ਕਿ ਉਹਨੇ ਬੁੱਧ ਮਤ ਦਾ ਮਜ਼ਹਬ ਜਿਹੜਾ ਸੀ ਉਹ ਅਪਣਾ ਲਿਆ। ਅੱਛਾ, ਹੁਣ ਇਹ ਹੈ ਕਿ ਇਹ ਤੇ ਆਪਣੀ ਜਗ੍ਹਾ ਤੇ ਗੱਲ ਹੈ ਕਿ ਜਿਹੜੀ ਇਹਦੇ ਜ਼ਮਾਨੇ 'ਚ ਅਸ਼ੋਕ ਦੇ ਜ਼ਮਾਨੇ ਦੇ ਵਿੱਚ ਸਿੰਧ ਤੇ ਪੰਜਾਬ ਦੇ ਵਿੱਚ ਤੇ ਬੁੱਧ ਮਤ ਜਿਹੜੀ ਹੈ ਉਹ ਬਹੁਤ ਪ੍ਰਫੁੱਲਿਤ ਹੋਈ ਔਰ ਚਾਰੋਂ ਪਾਸੇ ਬੁੱਧ ਮਤ ਹੀ ਮੰਨੀ ਜਾਂਦੀ ਸੀ। ਅੱਛਾ, ਇਹ ਵੀ ਸਾਨੂੰ ਪਤਾ ਲੱਗਦਾ ਹੈ ਕਿ ਮੌਰੀਆ ਦੇ ਜ਼ਮਾਨੇ ਦੇ ਵਿੱਚ ਕਾਫੀ ਜ਼ਿਆਦਾ ਤਰੱਕੀ ਹੋਈ। ਉਹਨੇ ਖੇਤੀ ਦੇ ਵਧਾ ਲਈ ਡੈਮ ਵੀ ਬਣਾਏ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੰਮ ਕੀਤੇ ਤੇ ਕਿਹਾ ਜਾਂਦਾ ਹੈ ਕਿ ਉਸ ਵੇਲੇ ਕਪਾਹ, ਚੌਲ, ਬਾਂਸ ਤੇ ਹੋਰ ਦੂਸਰੀਆਂ ਫਸਲਾਂ ਵੀ ਪੈਦਾ ਹੁੰਦੀਆਂ ਸਨ। ਅੱਛਾ, ਜਿਹੜੀ ਰਿਸਰਚ ਹੈ ਉਹਦੇ ਮੁਤਾਬਕ ਇਹ ਹੈ ਕਿ 327 BC ਦੇ ਵਿੱਚ ਗੰਨੇ ਦੀ ਫਸਲ ਜਿਹੜੀ ਹੈ ਉਹ ਬੜੀ ਆਮ ਸੀਗੀ ਇਸ ਇਲਾਕੇ ਦੇ ਵਿੱਚ। ਅੱਛਾ, ਤੁਸੀਂ ਦੇਖੋ ਕਿ ਸਾਡੇ ਜ਼ਮਾਨੇ ਤੱਕ ਇੱਕ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਗੁੜ ਛੋੜ ਬਣਾਉਣ ਲਈ ਇੱਕ ਪਤਲਾ ਜਿਹਾ ਗੰਨਾ ਹੁੰਦਾ ਸੀ ਜਿਹਨੂੰ ਕਾਠਾ ਕਮਾਲ ਕਹਿੰਦੇ ਸਨ, ਕਾਠਾ ਕਮਾਲ। ਤੇ ਉਹ ਕਾਠਾ ਕਮਾਲ ਜਿਹੜਾ ਹੈ ਉਹ ਐਵੇਂ ਸਾਡੇ ਘਰ 'ਚ ਵੀ ਕੋਈ ਦੋ ਇੱਕ ਚਾਰ ਇੱਕ ਨਾਲਾਂ ਬੀਜਿਆ ਜਾਂਦਾ ਸੀ ਉਹਦੇ ਨਾਲ ਜਿਹੜਾ ਰੋਹ ਨਿਕਲਦੀ ਸੀ, ਰਸ ਜਿਹੜਾ ਨਿਕਲਦਾ ਸੀ ਉਹਦੇ ਨਾਲ ਘਰ ਵਾਸਤੇ ਗੁੜ ਬਣਾਇਆ ਜਾਂਦਾ। ਅੱਛਾ, ਤੁਸੀਂ ਕਿਸੇ ਨੇ ਕਾਠੇ ਕਮਾਦ ਦਾ ਸੁਣਿਆ? ਬਿਲਕੁਲ, ਸਾਡੇ ਬਚਪਨ ਵਿੱਚ ਹੁੰਦਾ ਸੀ ਜੀ ਕਾਠਾ ਕਮਾਦ, ਸਾਡੇ ਸਾਹਮਣੇ ਸੁਣਿਆ, ਬਿਲਕੁਲ ਸੁਣਿਆ। ਬੜਾ ਪਤਲਾ ਗੰਨਾ ਹੁੰਦਾ ਸੀ, ਉਹਨੂੰ ਦੇਸੀ ਕਮਾਦ ਵੀ ਕਹਿੰਦੇ। ਉਸ ਤੋਂ ਬਾਅਦ ਪੋਨੀ ਆਇਆ ਸੀ, ਪੋਨੀ ਨੇ ਫਿਰ ਹਰ ਚੀਜ਼ ਕਵਰ ਕਰ ਲਏ। ਉਸ ਤੋਂ ਪਹਿਲੇ ਉਹ
ਮੇਰਾ ਖਿਆਲ ਹੈ ਕਿ ਇਹ ਇਹ ਆਰੀ ਮੋਰੀਆ ਦੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕਮਾਦ ਹੋਏਗਾ। ਅੱਛਾ, ਹੁਣ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਹੋਰ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਜਿਹੜੀ ਗੰਨੇ ਤੇ ਕਪਾਹ ਦੀ ਫਸਲ ਹੈ ਇਹ ਬਹੁਤ ਲੇਬਰ ਇੰਟੈਂਸਿਵ ਹੈ, ਇਹ ਬਹੁਤ ਸਾਰੀ ਜਿਹੜੀ ਲੇਬਰ ਫੋਰਸ ਹੈ ਉਹ ਤੋਂ ਬਗੈਰ ਹੋ ਨਹੀਂ ਸਕਦੀ। ਜਿਹੜੀ ਕਪਾਹ ਹੈ ਉਹਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਚੁਣਨ ਦਾ ਅਮਲ ਹੈ ਹੁਣ ਸਾਡੇ ਹਾਂ ਤੇ ਪਿੰਡਾਂ ਦੀਆਂ ਔਰਤਾਂ ਕਰਦੀਆਂ ਸਨ, ਲੇਕਿਨ ਅਗਰ ਕਮਰਸ਼ਲ ਲੈਵਲ ਤੇ ਤੁਸੀਂ ਕਪਾਹ ਜਿਹੜੀ ਆ ਉਹ ਬੀਜ ਰਹੇ ਹੋਵੋ ਤੇ ਉਹਦੀ ਚੁਣਾਈ ਕਰ ਰਹੇ ਹੋਵੋ ਤੇ ਉਹਦੇ ਲਈ ਤੇ ਬਹੁਤ ਜ਼ਿਆਦਾ ਜਿਹੜੀ ਆ ਉਹ ਲੇਬਰ ਚਾਹੀਦੀ ਹੈ। ਔਰ ਇਹ ਕਿਉਂਕਿ ਕੱਪੜਾ ਜਿਹੜਾ ਬਹੁਤ ਮੁਨਾਫਾ ਬਖਸ਼ ਕੰਮ ਵੀ ਸੀਗਾ, ਇਸ ਵਾਸਤੇ ਸਾਰੇ ਜਿਹੜੀ ਲੰਡਨ ਆਪਣਾ ਬਰਤਾਨੀਆ ਉਹਦੇ ਵਿੱਚ ਸ਼ੁਰੂ ਦੇ ਵਿੱਚ ਜਿਹੜੀ ਸਨਅਤ ਲੱਗੀ ਉਹ ਤੇ ਲੱਗੀ ਕੱਪੜੇ ਦੀ ਸੀਗੀ। ਅੱਛਾ, ਹੁਣ ਤੁਸੀਂ ਇਹ ਵੇਖੋ ਕਿ ਇਹਦੀ ਇੱਕ ਮੈਂ ਤੁਹਾਨੂੰ ਹੋਰ ਦਿਲਚਸਪ ਗੱਲ ਦੱਸਦਾ ਕਿ ਇਹ ਲੇਬਰ ਇੰਟੈਂਸਿਵ ਇੰਨੀ ਸੀ ਕਿ ਜਦੋਂ ਅਮਰੀਕਾ ਦੇ ਵਿੱਚ ਗੁਲਾਮਾਂ ਨੂੰ ਆਜ਼ਾਦੀ ਦੇ ਦਿੱਤੀ ਗਈ ਕਾਲਿਆਂ ਨੂੰ ਅਮਰੀਕਾ ਦੇ ਵਿੱਚ ਜਿਨ੍ਹਾਂ ਉੱਤੇ ਕਪਾਹ ਦੀ ਸਾਰੀ ਸਨਅਤ ਚੱਲਦੀ ਸੀ ਤੇ ਉਹਦੇ ਨਤੀਜੇ ਦੇ ਵਿੱਚ ਜਿਹੜਾ ਜਿਹੜਾ ਬਰਤਾਨੀਆ ਸੀ ਉਹਦੀ ਜਿਹੜੀ ਰਸਦ ਸੀ ਕਪਾਹ ਦੀ ਅਮਰੀਕਾ ਤੋਂ ਬੰਦ ਹੋ ਗਈ। ਔਰ ਇਹ ਉਹ ਹੀ ਜ਼ਮਾਨਾ ਸੀ ਜਦੋਂ ਉਹਨੇ ਹਿੰਦੁਸਤਾਨ ਦੇ ਵਿੱਚ ਕਪਾਹ ਉਗਾ ਕੇ ਤੇ ਉਹਦੇ ਤੋਂ ਕਪਾਹ ਉਗਾਉਣ ਦੀ ਜਿਹੜੀ ਸਨਅਤ ਹੈ ਉਹਨੂੰ ਵਧਾਇਆ। ਔਰ ਜਿਹੜਾ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਕਪਾਹ ਅੰਗਰੇਜ਼ਾਂ ਜ਼ਮਾਨੇ ਤੋਂ ਉਗਾਉਣ ਤੋਂ ਬਾਅਦ ਹੋਈ ਤੇ ਉਹਦੀ ਵਜ੍ਹਾ ਇਹੋ ਹੀ ਸੀ ਕਿ ਇੱਥੇ ਅਮਰੀਕਾ ਤੋਂ ਕਪਾਹ ਜਿਹੜੀ ਹੈ ਉਹਦੀ ਸਪਲਾਈ ਜਿਹੜੀ ਹੈ ਉਹ ਬੰਦ ਹੋ ਗਈ ਸੀ। ਅੱਛਾ, ਇਸੇ ਤਰ੍ਹਾਂ ਤੁਸੀਂ ਦੇਖੋ ਗੰਨਾ ਜਿਹੜਾ ਹੈ ਨਾ, ਗੰਨੇ ਦੀ ਜਿਹੜੀ ਇੰਡਸਟਰੀ ਹੈ ਉਹਦੇ ਵਿੱਚ ਵੀ ਬਹੁਤ ਲੇਬਰ ਚਾਹੀਦੀ ਹੈ, ਬਹੁਤ ਜ਼ਿਆਦਾ ਲੇਬਰ ਚਾਹੀਦੀ ਹੈ। ਲੇਕਿਨ ਇਹ ਹੈ ਕਿ ਜਿਹੜਾ ਗੰਨਾ ਸੀ ਜਿਹੜਾ ਗੁੜ ਸੀ ਜਾਂ ਖੰਡ ਸੀ ਉਹ ਬਹੁਤ ਹੀ ਮੁਨਾਫਾ ਬਖਸ਼ ਕਾਰੋਬਾਰ ਸੀ। ਯਾਨੀ ਯੂਰਪ ਦੇ ਵਿੱਚ ਸਭ ਤੋਂ ਮਹਿੰਗੀ ਚੀਜ਼ ਖਾਣ ਵਾਲੀਆਂ ਚੀਜ਼ਾਂ ਚੋਂ ਜਿਹੜੀ ਵਿਕਦੀ ਸੀ ਉਹ ਸ਼ੂਗਰ ਸੀ, ਗੰਨੇ ਤੋਂ ਬਣੀ ਹੋਈ। ਅੱਛਾ, ਇਹ ਇੰਨੀ ਜ਼ਿਆਦਾ ਸੀ ਕਿ ਇਹਦੀ ਡਿਮਾਂਡ ਇੰਨੀ ਸੀ ਤੇ ਸਪਲਾਈ ਨਹੀਂ ਸੀ ਇੰਨੀ ਵੱਧ ਰਹੀ। ਚੁਨਾਚੇ ਅੰਗਰੇਜ਼ਾਂ ਨੇ ਅਫਰੀਕਾ ਤੇ ਹਿੰਦੁਸਤਾਨ ਦੇ ਵਿੱਚੋਂ ਗੁਲਾਮ ਲੋਕਾਂ ਨੂੰ ਫੜ ਕੇ ਲਿਆ ਕੇ ਤੇ ਵੈਸਟ ਇੰਡੀਜ਼ 'ਚ ਆਬਾਦ ਕੀਤਾ। ਔਰ ਵੈਸਟ ਇੰਡੀਜ਼ ਦੇ ਵਿੱਚ ਸ਼ੁਰੂ ਜਿਹੜੀ ਹੋਈ ਉਹ ਗੰਨੇ ਦੀ ਫਸਲ ਤਿਆਰ ਕਰਨ ਲਈ ਸ਼ੁਰੂ ਹੋਈ ਸੀ। ਇਹ ਇੱਕ ਬਹੁਤ ਲੰਮਾ ਚੌੜਾ ਸਿਲਸਿਲਾ ਸੀ, ਇਹਦੇ ਬਾਰੇ 'ਚ ਅਗਰ ਤੁਸੀਂ ਕਦੀ ਤਫਸੀਲ ਪੜ੍ਹੋ ਨਾ ਤਾਂ ਤੁਹਾਨੂੰ ਬਹੁਤ ਪਤਾ ਲੱਗੇਗਾ ਕਿ ਇਹ ਜਿਹੜੀ ਗੰਨੇ ਦੀ ਇੰਡਸਟਰੀ ਹੈ ਵੈਸਟ ਇੰਡੀਜ਼ ਦੇ ਵਿੱਚ ਲੱਗੀ ਉਹ ਬਹੁਤ ਵੱਡੀ ਵਜ੍ਹਾ ਸੀ ਅਫਰੀਕਾ ਤੋਂ ਗੁਲਾਮੀ ਦੇ ਸ਼ੁਰੂ ਹੋਣ ਦੀ। ਔਰ ਉਹਦੇ 'ਚ ਤਾਂ ਹਿੰਦੁਸਤਾਨ ਤੋਂ ਵੀ ਜਿਹੜੇ ਸਨ ਉਹ ਲੋਕ ਬਹੁਤ ਸਾਰੇ ਲਿਆ ਕੇ ਵਸਾਏ ਗਏ, ਉਹ ਵੀ ਤਕਰੀਬਨ ਗੁਲਾਮ ਹੀ ਸਨ। ਅੱਛਾ ਜੀ, ਪੰਜਾਬ ਦੇ ਵਿੱਚ ਜਿਹੜੀਆਂ ਸਨਅਤਾਂ ਲੱਗੀਆਂ ਉਹਨਾਂ ਦੇ ਵਿੱਚ ਵੀ ਇਹ ਸਨਅਤਾਂ ਲੱਗ ਚੁੱਕੀਆਂ ਸਨ। ਸਵਾਲ ਇਹ ਹੈ ਕਿ ਇਹਦੇ ਵਿੱਚ ਜੇ ਇੰਨੀ ਲੇਬਰ ਚਾਹੀਦੀ ਸੀ ਤਾਂ ਇਹ ਲੇਬਰ ਕੌਣ ਕਰਦਾ ਹੋਵੇਗਾ? ਹੜੱਪਾ ਦੇ ਲੋਕ ਕਰਦੇ ਹੋਣਗੇ ਕਿ ਜਾਂ ਉਹ ਆਰੀਆ ਜਿਹੜੇ ਬਾਹਰੋਂ ਆ ਕੇ ਜਿਹੜੇ ਹਾਕਮ ਬਣ ਗਏ ਸਨ ਉਹ ਕਰਦੇ ਹੋਣਗੇ। ਤੇ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਅੰਗਰੇਜ਼ਾਂ ਨੇ ਗੁਲਾਮਾਂ ਨੂੰ ਫੜ ਕੇ ਲਿਆ ਕੇ ਤੇ ਗੰਨੇ ਦੀ ਫਸਲ ਤਿਆਰ ਕੀਤੀ, ਇਸੇ ਤਰ੍ਹਾਂ ਉਸ ਵੇਲੇ ਜਿਹੜੇ ਆਰੀਆ ਸਨ ਉਹਨਾਂ ਨੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਹੜੱਪੇ ਦੇ ਮਜ਼ਦੂਰ ਹੜੱਪੇ ਦੇ ਜਿਹੜੇ ਥੱਲੜੇ ਤਬਕੇ ਦੇ ਲੋਕ ਸਨ ਉਹਨਾਂ ਨੂੰ ਗੁਲਾਮ ਬਣਾ ਕੇ ਤੇ ਉਹਨਾਂ ਦੇ ਨਾਲ ਕਪਾਹ ਤੇ ਗੰਨੇ ਦੀ ਜਿਹੜੀ ਇੰਡਸਟਰੀ ਹੈ ਉਹਨੂੰ ਚਲਾਇਆ ਹੋਏਗਾ। ਅੱਛਾ, ਇਹ ਜਿਹੜੀ ਹੋਰ ਤੁਹਾਨੂੰ ਗੱਲ ਦੱਸਦੇ ਹਾਂ ਕਿ ਜਿਹੜਾ ਗੰਨਾ ਹੈ ਨਾ ਇਹਨੂੰ ਜਿਵੇਂ ਪੀੜ ਕੇ ਅਸੀਂ ਰਸ ਜਾਂ ਰੋਹ ਕੱਢਦੇ ਹਾਂ ਹੁਣ ਇਹ ਇੰਜ ਨਹੀਂ ਸੀ ਹੁੰਦਾ। ਗੰਨਾ ਜਿਹੜਾ ਉਹਨੂੰ ਚਿੱਥ ਕੇ
ਤੇ ਉਹਦਾ ਜਿਹੜਾ 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 ਰਸ ਹੈ ਉਹ ਕੱਢਿਆ ਜਾਂਦਾ ਸੀ ਚਿਥਕੇ, ਬੰਦਾ ਚਿਥਦਾ ਸੀ ਉਹਨੂੰ, ਫਿਰ ਉਹਦੇ ਚ ਪਾਣੀ ਪਾ ਕੇ ਤੇ ਉਹ ਉਹ ਰਸ ਬਣਦਾ ਸੀ। ਇਹ ਏਡਾ ਮੁਸ਼ਕਿਲ ਕੰਮ ਸੀਗਾ। ਅੱਛਾ ਜੀ, ਹੁਣ ਇੱਥੇ ਦੇਖੋ ਕਿ ਆਪਣਾ ਜਿਹੜਾ ਮੋਰੀਆਵਾਂ ਦੀ ਮਤਲਬ ਇਹ ਹੈ ਕਿ ਇਹ ਜਿਹੜੀ ਮੋਰੀਆਵਾਂ ਦੀ ਦੌਰ ਸੀ ਉਹਦੇ ਵਿੱਚ ਸਾਨੂੰ ਉਹਦੇ ਉੱਤੇ ਅਗਰ ਅਸੀਂ ਹੁਣ ਉਹਨੂੰ ਉਹਨੂੰ ਸਬਮਿਟ ਕਰੀਏ ਸਮੇਟੀਏ ਤੇ ਉਹਦੇ ਵਿੱਚ ਲੱਗਦਾ ਹੈ ਕਿ ਜਿਹੜੀ ਚਾਰ ਜ਼ਾਤਾਂ ਦੀ ਤਕਸੀਮ ਹੈ ਜਿਹਨੂੰ ਵਰਨਾ ਕਹਿੰਦੇ ਨੇ ਉਹ ਨਹੀਂ ਸੀ ਹੈ, ਤੇ ਜਿਹੜੀ ਪਛਾਣ ਸੀਗੀ ਲੋਕਾਂ ਦੀ ਉੱਚੇ ਤੇ ਥੱਲੇ ਦੇ ਲੋਕਾਂ ਦੀ ਉਹ ਰੰਗ ਦੀ ਬੇਸ ਦੇ ਉੱਤੇ ਹੁੰਦੀ ਸੀ। ਅੱਛਾ, ਤੇ ਜਿਹੜੇ ਜਿਹੜੇ ਮੁਖਤਲਿਫ ਪੇਸ਼ੇ ਨੇ ਜਿਹੜੇ ਮੁਖਤਲਿਫ ਤਰ੍ਹਾਂ ਦੇ ਲੋਕ ਨੇ ਉਹ ਪੇਸ਼ਿਆਂ ਦੇ ਲਿਹਾਜ਼ ਨਾਲ ਵੰਡੇ ਹੋਏ ਸਨ, ਜਿਵੇਂ ਕਿ ਮੈਗਾਥੀਨਸ ਨੇ ਚੰਦਰਗੁਪਤ ਮੌਰੀਆ ਦੇ ਦੀ ਸਲਤਨਤ ਵਿੱਚ ਸੱਤ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕੀਤਾ ਹੈ। ਅੱਛਾ, ਇਹ ਜਿਹੜੀ ਪੇਸ਼ਿਆਂ ਦੇ ਨਾਲ ਜਿਹੜੀ ਪਛਾਣ ਹੈ ਇਹ ਇੰਨੀ ਡੂੰਘੀ ਹੈ ਕਿ ਤੁਸੀਂ ਦੇਖੋ ਕਿ ਵਾਰਿਸ਼ਾਹ ਦਾ ਇੱਕ ਬੰਦ ਹੈ, ਵਾਰਿਸ਼ਾਹ ਦਾ ਇੱਕ ਬੰਦ ਹੈ ਜਿਹਦੇ ਵਿੱਚ ਉਹਨੇ ਮੁਖਤਲਿਫ ਪੇਸ਼ਿਆਂ ਦੇ ਪੀਰਾਂ ਦਾ ਜ਼ਿਕਰ ਕੀਤਾ ਹੈ। ਮਤਲਬ ਉਹਦੇ 'ਚ ਉਹਨੇ ਦੱਸਿਆ ਕਿ ਹਰ ਪੇਸ਼ਾ ਜਿਹੜਾ ਹੈ ਪੰਜਾਬ ਦੇ ਵਿੱਚ ਉਹਦਾ ਵੱਖਰਾ ਪੀਰ ਹੈ, ਯਾਨੀ ਪੀਰ ਵੀ ਵੰਡੇ ਹੋਏ ਨੇ, ਪੂਰੀ ਉਹ ਪੇਸ਼ੇ ਵਾਲਿਆਂ ਦਾ ਪੀਰ ਹੁੰਦਾ। ਮਿਸਾਲ ਦੇ ਤੌਰ 'ਤੇ ਉਹ ਕਹਿੰਦਾ ਹੈ ਕਿ ਮਹਾਦੇਵ ਤੋਂ ਯੋਗ ਦਾ ਪੰਥ ਬਣਿਆ, ਦੇਵ ਦੱਸ ਹੈ ਗੁਰੂ ਸੰਡਾਸੀਆਂ ਦਾ, ਰਾਮਾਨੰਦ ਤੋਂ ਉੱਥੋਂ ਸਭ ਬੈਰਾਗ ਹੋਇਆ, ਪਰਮ ਜੋਤ ਹੈ ਗੁਰੂ ਉਦਾਸੀਆਂ ਦਾ। ਫਿਰ ਉਹ ਕਹਿੰਦਾ ਜੁਰਾਹਿਆਂ ਦਾ ਕਿਹੜਾ ਹੈ, ਈਸਾਈਆਂ ਦਾ ਕਿਹੜਾ, ਨਾਈਆਂ ਦਾ ਕਿਹੜਾ, ਸਾਰਿਆਂ 'ਚ ਉਹ ਦੱਸਦਾ ਹੈ। ਇਹਦਾ ਮਤਲਬ ਹੈ ਕਿ ਇਹ ਬਹੁਤ ਪੁਰਾਣੀ ਰੀਤ ਜਿਹੜੀ ਹੈ ਇਹ ਆ ਰਹੀ ਸੀਗੀ ਜ਼ਾਤਾਂ ਪੇਸ਼ਿਆਂ ਦੇ ਪੇਸ਼ਿਆਂ ਦੀ ਦੇ ਹਿਸਾਬ ਨਾਲ ਵੰਡੇ ਜਾਣ ਦੀ। ਤੇ ਲੇਕਿਨ ਤੁਸੀਂ ਅਗਰ ਪੰਜਾਬ ਦੀ ਸਾਡੇ ਜ਼ਮਾਨੇ ਦੀ ਅਗਰ ਤੁਸੀਂ ਗੱਲ ਕਰੋ ਤੇ ਸਾਡੀ ਜ਼ਮਾਨੇ ਤੱਕ ਵੀ ਪਿੰਡ ਜਿਹੜਾ ਉਹ ਪੇਸ਼ਿਆਂ ਦੇ ਹਿਸਾਬ ਨਾਲ ਤੇ ਨਹੀਂ ਸੀ ਵੰਡਿਆ, ਪਰ ਜ਼ਾਤਾਂ ਤੇ ਗੋਤਾਂ ਦੇ ਰਾਹ ਰਾਹੀਂ ਵੰਡਿਆ ਜ਼ਰੂਰ ਸੀ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਜੱਟ ਰਾਜਪੂਤ ਤੇ ਅਰਾਈ ਜਿਹੜੇ ਨੇ ਉਹ ਮੇਨ ਜ਼ਾਤਾਂ ਨੇ, ਤੇ ਇਹਨਾਂ ਦੀ ਜਿਹੜੀ ਮੁਆਸ਼ੀ ਹਸੀਅਤ ਹੈ ਇਹਨਾਂ ਤਿੰਨਾਂ ਜ਼ਾਤਾਂ ਦੀ ਉਹ ਕੋਈ ਪੱਕੀ ਨਹੀਂ ਹੈਗੀ। ਮਿਸਾਲ ਦੇ ਤੌਰ ਦੇ ਉੱਤੇ ਅਗਰ ਤੁਸੀਂ ਸਾਹਿਵਾਲ 'ਚ ਸਾਡੇ ਇਲਾਕੇ 'ਚ ਆਓ ਜਾਂ ਲਾਹੌਰ 'ਚ ਆਓ ਤੇ ਰਾਈ ਜ਼ਿਮੀਦਾਰ ਨੇ ਔਰ ਪ੍ਰਾਪਰਟੀ ਓਨਰਸ ਨੇ, ਲੇਕਿਨ ਅਗਰ ਤੁਸੀਂ ਗੁਜਰਾਤ ਔਰ ਉਸ ਪਾਸੇ ਚਲੇ ਜਾਓ ਤਾਂ ਉੱਥੇ ਰਾਈ ਜਿਹੜੇ ਨੇ ਉਹ ਕਮੀ ਹੈ। ਉਹ ਆਪਣਾ ਮੇਰਾ ਪਿਓ ਕਹਿੰਦਾ ਹੁੰਦਾ ਸੀ ਕਿ ਗੁਜਰਾਤ ਨਹੀਂ ਜਾਣਾ ਕਿਸੇ ਵੀ ਵਿਆਹ 'ਤੇ, ਕਿਉਂਕਿ ਉੱਥੇ ਜਦੋਂ ਵਿਆਹ ਸ਼ੁਰੂ ਹੁੰਦਾ ਹੈ ਤਾਂ ਕਹਿੰਦੇ ਨੇ ਜੀ ਹੁਣ ਰਹਿਣਾ ਫੁੱਲ ਲੈ ਕੇ ਆਉਣਗੀਆਂ, ਅਤੇ ਉਹ ਮੈਂ ਇੰਨੀ ਬੇਇੱਜ਼ਤੀ ਨਹੀਂ ਸਹਿ ਸਕਦਾ ਅਤੇ ਉਹ ਗੁਜਰਾਤ ਨਹੀਂ ਸੀ ਜਾਂਦਾ। ਅੱਛਾ, ਹੁਣ ਤੁਸੀਂ ਮੈਂ ਤੁਹਾਨੂੰ ਸਮਝਾਉਂਦਾ ਕਿ ਇਹ ਕਿਵੇਂ ਪਿੰਡ ਜਿਹੜੇ ਨੇ ਉਹ ਜ਼ਾਤਾਂ ਗੋਤਾਂ ਦੇ ਵਿੱਚ ਕਿਵੇਂ ਤਕਸੀਮ ਸਨ। ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਦੋ ਹਿੱਸੇ ਬਣਾਏ ਗਏ ਸਨ, ਦੋ ਹਿੱਸੇ ਮੰਨੇ ਜਾਂਦੇ ਸਨ, ਔਰ ਜਿਹੜੇ ਖਾਤੇ ਨੇ ਆਪਣਾ ਜਿਹੜੇ ਖਾਤੇ ਨੇ ਬਾਕਾਇਦਾ ਮਾਲਕੀ ਦੇ ਉਹਦੇ ਵਿੱਚ ਹੁਣ ਤੱਕ ਉਹੀ ਹੈ ਕਿ ਦੋ ਹਿੱਸੇ ਸਨ। ਇੱਕ ਹਿੱਸਾ ਜਿਹੜਾ ਸੀ ਪਿੰਡ ਦਾ ਅੱਧਾ ਉਹਨੂੰ ਆਪਣਾ ਵਛਲ ਕਹਿੰਦੇ ਸਨ ਅਤੇ ਦੂਜੇ ਹਿੱਸੇ ਨੂੰ ਢੀਂਗਾ ਕਹਿੰਦੇ ਸਨ। ਅਤੇ ਉਹ ਜਦੋਂ ਮੈਂ ਆਪਣੀ ਜ਼ਮੀਨ ਵੇਚੀ ਕੋਈ ਸਾਲ ਪਹਿਲੇ ਤੇ ਉਹ ਖਾਤੇ ਵਿੱਚ ਲਿਖਿਆ ਸੀ ਕਿ ਮਨਜ਼ੂਰ ਹੁਸੈਨ ਢੀਂਗਾ ਵਗੈਰਾ ਵਗੈਰਾ, ਇਸ ਤਰ੍ਹਾਂ ਦਾ ਉਹ ਲਿਖਿਆ ਸੀ, ਮੈਨੂੰ ਐਗਜੈਕਟ ਯਾਦ ਨਹੀਂ ਲੇਕਿਨ ਢੀਂਗੇ ਦਾ ਜ਼ਿਕਰ ਸੀਗਾ। ਅੱਛਾ, ਫਿਰ ਹੁਣ ਜਿਹੜੇ ਵਛਲ ਦੇ ਢੀਂਗੇ ਨੇ ਉਹ ਫਿਰ ਆਪੋ ਆਪ ਫਿਰ ਅੱਗੇ ਫਰਦਰ ਬਰਾਦਰੀਆਂ 'ਚ ਵੰਡੇ ਹੁੰਦੇ ਸਨ ਅਤੇ ਉਹ ਹਰ ਬਰਾਦਰੀ ਦੇ ਵਿੱਚ ਹਰ ਜਿਹੜਾ ਘਰ ਹੁੰਦਾ ਸੀ ਉਹਦਾ ਹਰ ਜਿਹੜਾ ਫੈਮਿਲੀ ਸੀ ਉਹਦਾ ਇੱਕ ਨਾਂ ਹੁੰਦਾ ਸੀ। ਮਸਲਨ ਜਿਹੜੀ ਸਾਡੀ ਬਰਾਦਰੀ ਸੀ ਉਹਦੇ ਵਿੱਚ 6-7 ਤਰ੍ਹਾਂ ਦੀਆਂ 6-7 ਫੈਮਿਲੀਆਂ ਸਨ, ਭਾਊ ਸੁੱਕੂ
ਗੱਪੀ ਸਿੱਪੀ ਸੈਣੀ ਕੋਟ ਫਰਿਸ਼ਤੇ ਇਹ ਉਹਨਾਂ ਦੇ ਨਾਂ ਸਨ ਜਿਹੜੀ ਸਾਡੀ ਬਰਾਦਰੀ ਸੀ। ਤੇ ਮਤਲਬ ਇਹ ਹੈ ਕਿ ਜਿਹੜੀ ਆਈਡੈਂਟੀਫਿਕੇਸ਼ਨ ਹੈ ਉਹ ਬਿਲਕੁਲ ਤੁਹਾਡੀ ਗੋਤ ਔਰ ਸਭ ਗੋਤ ਦੇ ਲੈਵਲ ਤੇ ਹੁੰਦੀ ਸੀ। ਮਤਲਬ ਤੁਸੀਂ ਅਗਰ ਮੇਰੇ ਪਿੰਡ ਗਏ ਔਰ ਤੁਸੀਂ ਕਿਹਾ ਕਿ ਜੀ ਮੈਂ ਮਨਜ਼ੂਰ ਨੂੰ ਮਿਲਣਾ, ਤਾਂ ਕਹਿਣ ਜੀ ਨੂੰ ਪੁੱਛਣਗੇ ਜੀ ਮਨਜ਼ੂਰ ਕਿਹੜਾ, ਕਿਉਂਕਿ ਮਨਜ਼ੂਰ ਤੇ ਕਈ ਨੇ, 5-6 ਮਨਜ਼ੂਰ ਨੇ। ਤੁਸੀਂ ਕਹੋਗੇ ਜੀ ਮਨਜ਼ੂਰ ਸੈਣੀਆਂ ਦਾ, ਫਿਰ ਉਹ ਤੁਹਾਨੂੰ ਐਗਜੈਕਟਲੀ ਸਾਡੇ ਘਰ ਜਿਹੜਾ ਉਹ ਭੇਜ ਦੇਣਗੇ। ਪਰ ਜਨਰਲੀ ਸਪੀਕਿੰਗ ਜਿਹੜੀ ਰੰਗ ਦੇ ਪੱਖ ਤੇ ਵੀ ਜਿਹੜੀ ਵੰਡ ਸੀਗੀ ਮੇਰੇ ਖਿਆਲ ਦੇ ਵਿੱਚ ਉਹ ਕੋਈ ਐਡੀ ਬਹੁਤ ਪੱਕੀ ਨਹੀਂ ਸੀ ਹੈਗੀ, ਕਿਉਂਕਿ ਆਰੀਆਵਾਂ ਚਿੱਟੇ ਰੰਗ ਦਿਆਂ ਬੰਦਿਆਂ ਤੇ ਲੋਕਲ ਜਿਹੜੀਆਂ ਜਨਾਨੀਆਂ ਸਨ ਜਿਹੜੀਆਂ ਹੜੱਪਾ ਦੀ ਤਹਿਜ਼ੀਬ ਤੋਂ ਆਈਆਂ ਸਨ ਤੇ ਉਹ ਕਾਲੀਆਂ ਸਨ, ਉਹ ਜਿਹੜੇ ਬਾਹਰੋਂ ਆਏ ਸਨ ਉਹ ਚਿੱਟੇ ਰੰਗ ਦੇ ਸਨ। ਇਸ ਲਈ ਜਿਹੜੀ ਹਰ ਘਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰੰਗ ਜਿਹੜਾ ਹੈ ਉਹ ਦੋ ਭਰਾਵਾਂ ਦਾ ਜਾਂ ਦੋ ਭੈਣਾਂ ਦਾ ਕਾਲਾ ਹੋਏਗਾ ਤੇ ਇੱਕ ਸਾਂਵਲਾ ਹੋਏਗਾ ਤੇ ਕੋਈ ਇੱਕ ਬਹੁਤ ਹੀ ਚਿੱਟਾ ਹੋਏਗਾ। ਇਹ ਮਤਲਬ ਰੰਗ ਦੀ ਇੰਨੀ ਵੇਰੀਏਸ਼ਨ ਹੈ ਪੰਜਾਬ ਦੇ ਵਿੱਚ ਕਿ ਉਸ ਤੋਂ ਪਤਾ ਲੱਗਦਾ ਹੈ ਕਿ ਇਹ ਮਿਕਸਡ, ਤਕਰੀਬਨ ਇਹ ਮਿਕਸਡ ਰੇਸ ਹੈ। ਮਿਸਾਲ ਦੇ ਤੌਰ 'ਤੇ ਮੇਰਾ ਪਿਓ ਸੀ ਅਤੇ ਉਹ ਬਿਲਕੁਲ ਜਿਵੇਂ ਰੈੱਡ ਨੈੱਕ ਗੋਰੇ ਹੁੰਦੇ ਨੇ ਉਸ ਤਰ੍ਹਾਂ ਦਾ ਉਹਦਾ ਰੰਗ ਸੀਗਾ। ਅਤੇ ਮੇਰੇ ਦੋ ਭਰਾ ਜਿਹੜੇ ਸਨ ਅਤੇ ਇੱਕ ਭੈਣ ਜਿਹੜੀ ਸੀ ਉਹਨਾਂ ਦਾ ਵੀ ਰੰਗ ਉਹਦੇ ਵਗਲਾ ਸੀ, ਲੇਕਿਨ ਮੇਰਾ ਅਤੇ ਮੇਰੇ ਇੱਕ ਹੋਰ ਭਰਾ ਹੈ ਸਾਡਾ ਰੰਗ ਤੁਸੀਂ ਕਹਿ ਸਕਦੇ ਹੋ ਸਾਂਵਲਾ ਸੀਗਾ। ਅਤੇ ਉਹ ਬਲਕਿ ਮੇਰੇ ਦੂਜੇ ਭਰਾ ਦਾ ਰੰਗ ਸਾਂਵਲੇ ਤੋਂ ਵੀ ਜ਼ਿਆਦਾ ਗੂੜਾ ਸੀ, ਕਾਲੇ ਵਾਲੇ ਪਾਸੇ ਸੀਗਾ। ਅਤੇ ਉਹ ਇੱਕ ਹੀ ਪਿਓ ਦੇ ਇੱਕ ਹੀ ਮਾਂ ਦੇ ਧੀ ਪੁੱਤਰ ਜਿਹੜੇ ਨੇ ਉਹਨਾਂ ਦੇ ਰੰਗ ਜਿਹੜੇ ਨੇ ਉਹ ਜਿਹੜੇ ਨੇ ਉਹ ਵੱਖਰੇ ਹੋ ਜਾਂਦੇ ਸਨ। ਅੱਛਾ, ਇਹ ਵੀ ਦਿਲਚਸਪ ਗੱਲ ਹੈ ਕਿ ਉਸ ਵੇਲੇ ਜਿਹੜੀ ਬ੍ਰਾਹਮਣ ਜਿਹੜੇ ਨੇ ਉਹ ਖੇਤੀਬਾੜੀ ਵੀ ਕਰਦੇ ਸਨ, ਫੌਜ 'ਚ ਵੀ ਜਾਂਦੇ ਸਨ, ਕਾਰੋਬਾਰ ਵੀ ਕਰਦੇ ਸਨ ਅਤੇ ਆਰਟੀਜ਼ਨਸ ਵੀ ਸਨ ਬ੍ਰਾਹਮਣ ਜਿਹੜੇ ਨੇ ਉਸ ਵੇਲੇ। ਮਿਸਾਲ ਦੇ ਤੌਰ 'ਤੇ ਪਰਮਾਨੰਦ ਜੀ ਜਿਹੜੇ ਹਿਸਟੋਰੀਅਨ ਦਾ ਪਹਿਲੇ ਵੀ ਕਈ ਵਾਰੀ ਜ਼ਿਕਰ ਕਰ ਚੁੱਕੇ ਹਾਂ, ਉਹ ਕਹਿੰਦੇ ਨੇ ਕਿ ਪੰਜਾਬ ਦੇ ਜਿਹੜੇ ਖਸਤਰੀ ਨੇ ਉਹਨਾਂ ਦੀ ਇੱਕ ਵੱਡੀ ਖਸੂਸੀਅਤ ਇਹ ਹੈ, ਵੱਡਾ ਕਰੈਕਟਰਿਸਟਿਕ ਇਹ ਹੈ ਕਿ ਉਹ ਵਕਤ ਦੀ ਲੋੜ ਦੇ ਮੁਤਾਬਕ ਉਹ ਬ੍ਰਾਹਮਣ ਬਣ ਜਾਂਦੇ ਨੇ, ਖੱਤਰੀ ਬਣ ਜਾਂਦੇ ਨੇ, ਵੇਸ਼ਾਂ ਵਾਲਾ ਵੀ ਕੰਮ ਕਰ ਲੈਂਦੇ ਨੇ ਅਤੇ ਸ਼ੂਦਰਾਂ ਵਾਲਾ ਵੀ। ਅੱਛਾ, ਇਹ ਹੁਣ ਇਹ ਵੀ ਇੱਥੋਂ ਇੱਕ ਹੋਰ ਇੱਕ ਮੈਂ ਇਹਨੂੰ ਬੈਕਅਪ ਮੈਂ ਕਰਨਾ ਇੱਕ ਹੋਰ ਗੱਲ ਨਾ ਵੀ ਕਿ ਜਿਹੜਾ ਅਸ਼ੋਕ ਚੰਦਰਗੁਪਤ ਮੌਰੀਆ ਤੋਂ ਲੈ ਕੇ ਅਸ਼ੋਕ ਮੌਰੀਆ ਸਲਤਨਤ ਦੇ ਕਿਸੇ ਵੀ ਬਾਦਸ਼ਾਹ ਨੇ ਬ੍ਰਾਹਮਣਾਂ ਨੂੰ ਨਾ ਤਾਂ ਰੈਕਗਨਾਈਜ਼ ਕੀਤਾ ਅਤੇ ਨਾ ਉਹਨਾਂ ਦੀ ਕੋਈ ਖਾਸ ਅਹਿਮੀਅਤ ਨੂੰ ਜਾਣਿਆ। ਔਰ ਕਿਹਾ ਜਾਂਦਾ ਹੈ ਕਿ ਇਸੇ ਵਾਸਤੇ ਉਹ ਜਿਹੜੇ ਬ੍ਰਾਹਮਣ ਸਨ ਉਹਨਾਂ ਦੀ ਜਦੋਂ ਚੜ੍ਹਤ ਹੋਈ ਤਾਂ ਉਹ ਮੌਰੀਆਵਾਂ ਦੇ ਬਾਰੇ 'ਚ ਬਹੁਤ ਨੈਗੇਟਿਵ ਗੱਲਾਂ ਕਰਦੇ ਸਨ। ਅੱਛਾ, ਚਾਰ ਜਾਤਾਂ ਦੇ ਤਸ਼ਕੀਲ ਜਿਹੜੀ ਜੋ ਚਾਰ ਜਾਤਾਂ ਬਣੀਆਂ ਉਹਦੇ ਬਾਰੇ 'ਚ ਸਾਡੇ ਜਿਹੜੇ ਇੱਥੋਂ ਦੇ ਆਪਣਾ ਰਿਸਰਚਰ ਸਨ ਆਪਣਾ ਫੌਤ ਹੋ ਗਏ ਮੁਹੰਮਦ ਆਸਫ ਖਾਂ, ਉਹਨਾਂ ਨੇ ਕਿਹਾ ਕਿ ਮਹਾਭਾਰਤ ਦੇ ਜੁਜ਼ 8 ਬਾਬ 45 ਸ਼ਲੋਕ 6-7 ਵਿੱਚ ਇਹ ਕਿਹਾ ਗਿਆ ਕਿ ਵਾਹਿਕਾ ਯਾਨੀ ਪੰਜਾਬ ਦੇ ਵਿੱਚ ਜ਼ਾਤਾਂ ਦੀ ਵੰਡ ਪੱਕੀ ਨਹੀਂ ਸੀ ਹੈ। ਇੱਕ ਹੀ ਵਕਤ 'ਚ ਇੱਕ ਬੰਦਾ ਜਿਹੜਾ ਉਹ ਬ੍ਰਾਹਮਣ ਹੁੰਦਾ ਸੀ, ਦੂਜੇ ਵਿੱਚ ਖੱਤਰੀ ਬਣ ਜਾਂਦਾ ਸੀ, ਫਿਰ ਉਹ ਵੇਸ਼ ਬਣ ਜਾਂਦਾ ਸੀ ਤੇ ਉਹ ਸ਼ੂਦਰ ਵੀ ਬਣ ਜਾਂਦਾ ਸੀ। ਇਹ ਜਿਹੜੀ ਹੈ ਇਹ ਇਸ ਦੀ ਵਜ੍ਹਾ ਤੋਂ ਜਿਹੜੇ ਗੰਗਾ ਜਮਨਾ ਵਾਲੇ ਸਨ ਉਹ ਪੰਜਾਬ ਨੂੰ ਬੇਮਜ਼ਬਾ ਮੰਨਦੇ ਸਨ ਕਿ ਇਹਨਾਂ ਦਾ ਕੋਈ ਮਜ਼ਹਬ ਸ਼ਜ਼ਮ ਨਹੀਂ ਹੈਗਾ, ਇਹਨਾਂ ਨੂੰ ਬੁਨਿਆਦੀ ਜ਼ਾਤਾਂ ਦਾ ਹੀ ਨਹੀਂ ਪਤਾ ਹੈਗਾ। ਤੇ ਉਹ ਵੀ ਕਹਿੰਦੇ ਸਨ ਕਿ ਇਹ ਜਿਹੜੇ ਵਾਹਿਕਾ ਲੋਕ ਨੇ ਪੰਜਾਬ ਦੇ ਲੋਕ ਨੇ ਇਹ ਜੋ ਕੁਰਬਾਨੀਆਂ ਵੀ ਕਰਦੇ ਨੇ ਉਹ ਵੀ ਕਬੂਲ ਨਹੀਂ ਹੁੰਦੀਆਂ ਤੇ ਉਹ ਵੀ ਜ਼ਾਇਆ ਹੀ ਜਾਂਦੀਆਂ। ਅੱਛਾ, ਇਹਦੇ ਤੋਂ ਸਾਰੇ ਤੋਂ ਤੁਹਾਨੂੰ ਲੇਕਿਨ ਇੱਕ ਗੱਲ ਜਿਹੜੀ ਹੈ ਉਹ ਜਿਹੜੀ ਤੁਹਾਨੂੰ ਪੱਕੀ ਪਤਾ ਲੱਗਦੀ ਹੈ ਉਹ ਇਹ ਹੈ ਕਿ ਤੁਹਾਨੂੰ ਇਹ ਪਤਾ ਲੱਗਦਾ ਕਿ ਸਿਕੰਦਰ ਦੇ ਜ਼ਮਾਨੇ ਤੋਂ ਅੱਗੇ ਤੱਕ ਪਹਿਲੀ ਸੈਂਚਰੀ ਤੱਕ ਜਿਹੜੀ ਲੱਗਦਾ ਹੈ ਕਿ ਪੈਦਾਵਾਰੀ ਤਰੱਕੀ ਜਿਹੜੀ ਹੈ ਉਹ ਹੋ ਰਹੀ ਸੀ।
लेकिन पहली सदी तो लैके तो फिर दसवीं सदी तक पूरे हिंदुस्तान दे विच जिहड़ी तरक्की दी रफ्तार है वह जीरो है और यह स्टैगनेशन का दौर है जिस तो असी फिर गल करांगे। अच्छा, मेरा अपना यह ख्याल है कि जो ये पैदावार वधी सारी तो ये जिहड़ी आइडियालॉजी सी उस वधी हुई पैदावार दे नाल वो नहीं सी मौजूद हैगी, वो एक वैक्यूम पैदा हो गया सी पैदावारी निज़ाम और आइडियालॉजी के दरम्यान। तो मेरा अपना यह ख्याल है कि उसकी वजह तो ही ईरानी तो फिर उस तो बाद यूनानिया ने हमले किए, पंजाब दे विच बुद्ध मत जैन मत ने इस फिक्री जरा आइडियोलॉजिकल वैक्यूम से पूरन की कोशिश की। लेकिन यह कि पंजाब दे विच जिहड़ी एक हुण इस जमाने की होर भी गल कर दई इस पीरियड दे विच पंजाब दे विच जिहड़ी है वह सब तो ज़्यादा जिहड़ा मज़हब मन्निया जांदा सी पहले भी कहा गया वह बुद्ध मत सी। तो बुद्ध मत इस वास्ते अपील करता सी, एक तो बुद्ध मत दे विच जातां नहीं सी हैगियां, तो दूजा बुद्ध मत दे विच जिहड़ी सांझे रहण दी जिहड़ी जिहड़ी जिहड़ा होका दित्ता जांदा सी उह सांझा रहण असल दे विच कबायली जदों कबीले सन तो उहनां विच सांझा रहण हुंदा सी। वह जदों मौरिया सल्तनत दे आउण दे नाल जदों कबीले टुट गए तो शाही बन गई वड्डी, लेकिन लोगों के जी कबीलदारी निज़ाम कबीलदारी दौर की जी सी लिविंग सी वो अजे बड़ी बड़ी वो खाश सी। तो ये बुद्ध मत जड़ा है ये उन्हू जड़ा है वो उस गल पूरा करता सी। ये भी कहा जाता कि जो बुद्ध है वो जी जरा कबीला सी वो सामने तबाह होया सी कतल होया सी, ते बुद्ध ने भी जिहड़ी अपनी सारी आइडियालॉजी बनाई वो असल दे विच अपने जिहड़ा कबीला सी जिहड़ा उहदे विच सिस्टम सी उहनू बहाल करन दे उत्ते बनाई सी और वो कोई नवी आइडियालॉजी क्रिएट करके नहीं सी लिया। इस वास्ते कहा जाता है कि जिहड़ी बुद्ध मत है उहने जो आइडियालॉजी दित्ती वह वक्ती तौर के उत्ते बहुत पापूलर हुई, मतलब कोई 600-700 साल वो पापूलर रही, शायद इस तो थोड़ा ज़्यादा हो गया होगा। लेकिन चूंकि वो नवे जमाने उस दे हिसाब नवे जमानिया की जिहड़ियां लोड़ां ने उन्होंने पूरी नहीं सी करती तो इस वास्ते वो फेड आउट हो गए ते अपना। लेकिन यदि मन्नता जिहड़ी सी वह बहुत वधी, जैन की नहीं वधी क्योंकि मैं तुहानूं दस्सिया सी कि जैन जिहड़े ने वह तो किसी भी चीज़ की जे जान नहीं लैना चाहते तो गाही बीजन वाले होन या दूजे होन वह तो उन्होंने तिहाड़वा के बूटियां पुटनिया पैंदियां ने तो वह तो जैन नहीं हो सकते। इस वास्ते सिर्फ जिहड़े 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 खांदे पींदे ट्रेडर ने उह ही जैन हुंदे ने। अच्छा, ये तुसी ये भी देखो कि जड़ा जड़ा जिहड़े बाहरों मर्द आए होंगे तो जिन्होंने लोकल औरतों नाल रहना शुरू किया होगा तो वो ये जड़ा सबूत है तुहानू मिलता है कि जड़ा ऋग्वेद है ऋग्वेद के शुरू के विच ते मर्द देवताओं का जिक्र है, लेकिन वो अगलिया हिस्सों से जो मेल मिलाप शुरू हो गया उन्होंने अपना मुकामी औरतों शादियां शुरू कर दतियाँ तो फिर वो देवियां भी आनिया शुरू हो गई। वैसे भी तुम देखो कि जी बारों मर्द आए सन पशुपाल उन्होंने तो खेतीबाड़ी आती नहीं सी, लेकिन जड़िया औरतं सन उन्होंने तो खेत जड़िया हड़प्पा दी औरतं सन उन्होंने तो खेतीबाड़ी आती सी, लिहाजा जी बुनियादी नो हाओ है फैमिली दे विच वो औरतों को हुंदी सी। ते लेकिन यह है कि जी बड़ी औरतों की बड़ी बदनसीबी है कि उन्हां कोले जानकारी भी सी और जदों जिवें जिवें पैदावार दे विच वाधा होया
ਤੇਵੇਂ ਤੇਵੇਂ ਹੀ ਔਰਤਾਂ ਵੀ ਬਹੁਤੀਆਂ ਗੁਲਾਮ ਹੁੰਦੀਆਂ ਗਈਆਂ। ਇਹ ਤੁਸੀਂ ਗੌਰ ਫਰਮਾਓ ਕਿ ਜਦੋਂ ਪੁਰਾਣਾ ਜ਼ਮਾਨਾ ਸੀ, ਕਬਾਇਲੀ ਜ਼ਮਾਨਾ ਸੀ, ਤੇ ਉਹਦੇ ਵਿੱਚ ਔਰਤ ਜਿਹੜੀ ਹੈ ਉਹ ਤਕਰੀਬਨ ਬਰਾਬਰ ਸੀਗੀ। ਲੇਕਿਨ ਜਿਵੇਂ ਜਿਵੇਂ ਵੱਧਦਾ ਗਿਆ, ਮਸਲਨ ਗੰਗਾ ਜਮਨਾ ਦੇ ਵਿੱਚ ਜਿਵੇਂ ਜਿਵੇਂ ਵਾਫਰ ਪੈਦਾਵਾਰ ਵੱਧਦੀ ਗਈ ਵੱਧਦੀ ਗਈ, ਉੱਥੇ ਜਿਹੜਾ ਜਿਹੜਾ ਬ੍ਰਾਹਮਣਵਾਦ ਹੈ ਉਹ ਵੀ ਵੱਧਦਾ ਗਿਆ, ਤੇ ਬ੍ਰਾਹਮਣਵਾਦ ਨੇ ਔਰਤ ਨੂੰ ਤੇ ਬਿਲਕੁਲ ਹੀ ਕੈਦ ਕਰ ਦਿੱਤਾ। ਕਿ ਤਰੱਕੀ ਹੋਈ, ਮੁਆਸ਼ੀ ਤਰੱਕੀ ਹੋਈ ਜਿਹ 'ਚ ਔਰਤਾਂ ਨੇ ਹਿੱਸਾ ਲਿਆ, ਪਰ ਔਰਤਾਂ ਨੂੰ ਹੀ ਗੁਲਾਮ ਉਹਦੇ ਨਾਲ ਬਣਾਇਆ ਗਿਆ। ਇਸੇ ਤੋਂ ਮੈਂ ਕਹਿੰਦਾ ਕਿ ਜਿਹੜੀ ਵਾਫਰ ਪੈਦਾਵਾਰ ਹੁੰਦੀ ਹੈ, ਜੇ ਉੱਥੇ ਵੰਡ ਦਾ ਨਿਜ਼ਾਮ ਅੱਛਾ ਨਾ ਹੋਵੇ ਤੇ ਉਹ ਉਹਦੇ ਵਿੱਚ ਜਿਹੜੀ ਜਿਹੜੇ ਮਾੜੇ ਲੋਕ ਪੈਦਾ ਕਰਦੇ ਨੇ, ਬਹੁਤੀ ਪੈਦਾਵਾਰ ਉਹਨਾਂ ਦੀ ਹੋਰ ਗੁਲਾਮੀ ਦਾ ਜਿਹੜੀ ਆ ਵਜ੍ਹਾ ਬਣਦੀ ਹੈ। ਅੱਛਾ ਜੀ, ਇਹ ਹੁਣ ਜਿਹੜੀ ਜ਼ਬਾਨ ਦੇ ਅਗਰ ਮਸਲੇ 'ਤੇ ਗੱਲ ਕੀਤੀ ਜਾਵੇ ਤੇ ਬੁੱਧਾਂ ਦੇ ਪੀਰੀਅਡ ਦੇ ਵਿੱਚ ਤੇ ਸੰਸਕ੍ਰਿਤ ਨਹੀਂ ਸੀ ਵਰਤੀ ਜਾਂਦੀ। ਬੁੱਧਾਂ ਦੇ ਪੀਰੀਅਡ ਦੇ ਵਿੱਚ ਤੇ ਜਿਹੜੀ ਲੋਕਲ ਜਿਹੜੀ ਭਾਸ਼ਾ ਹੈ, ਜ਼ਬਾਨ ਹੈ, ਜਿਹਨੂੰ ਉਪ ਭਾਸ਼ਾ ਕਹਿੰਦੇ ਨੇ, ਮਤਲਬ ਇਹ ਪੋਲੂਟਡ ਭਾਸ਼ਾ, ਉਹ ਜਿਹੜੀ ਹੈ ਉਹ ਵਰਤੀ ਜਾਂਦੀ ਸੀ। ਤੇ ਬੁੱਧ ਮੱਤ ਦੇ ਜਿਹੜੇ ਸਾਰੇ ਭਿਕਸ਼ੂ ਹੁੰਦੇ ਸਨ ਉਹ ਉਸੇ ਜ਼ਬਾਨ ਵਿੱਚ ਹੀ ਲਿਖਦੇ ਸਨ ਤੇ ਉਹ ਉਸੇ ਜ਼ਬਾਨ ਦੇ ਵਿੱਚ ਹੀ ਤਾਲੀਮ ਦਿੰਦੇ ਸਨ। ਮਤਲਬ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਉਹ ਭਿਕਸ਼ੂ ਨੇ ਤੇ ਉਹ ਜਿਹੜੀ ਇੱਥੋਂ ਦੇ ਲੋਕਾਂ ਦੀ ਜ਼ਬਾਨ ਹੈ ਉਹ ਵਰਤਦੇ ਸਨ, ਉਹ ਸੰਸਕ੍ਰਿਤ ਨਹੀਂ ਸੀ ਵਰਤਦੇ। ਅੱਛਾ, ਇਸ ਤੋਂ ਇਲਾਵਾ ਜਿਹੜੇ ਯੋਗੀ ਸਨ ਜਾਂ ਸਾਧ ਸਨ, ਦਰਵੇਸ਼ ਸਨ, ਉਹਨੂੰ ਉਹ ਵੀ ਸੰਸਕ੍ਰਿਤ ਨਹੀਂ ਸੀ ਵਰਤਦੇ, ਉਹ ਵੀ ਮੁਕਾਮੀ ਜ਼ਬਾਨ ਨੂੰ ਵਰਤਦੇ ਸਨ। ਮੈਂ ਇਹਦੇ 'ਚ ਐਵੇਂ ਇੱਕ ਸ਼ੋਸ਼ਾ ਛੱਡਿਆ ਆਪਣੀ ਕਿਤਾਬ ਦੇ ਵਿੱਚ ਕਿ ਮੈਨੂੰ ਇਹ ਲੱਗਦਾ ਕਿ ਜਿਹੜੀ ਬਾਬੇ ਗੁਰੂ ਨਾਨਕ ਦੀ ਜ਼ਬਾਨ ਹੈ, ਬਾਬੇ ਗੁਰੂ ਨਾਨਕ ਹੋਰਾਂ ਦੀ ਜਿਹੜੀ ਜ਼ਬਾਨ ਹੈ, ਉਹ ਜਿਹੜੀ ਹੈ ਮੈਨੂੰ ਲੱਗਦਾ ਕਿ ਉਹ ਇੱਥੋਂ ਦੇ ਜਿਹੜੀ ਚਲੀ ਆਈ ਸਾਧੂਆਂ ਸੰਤਾਂ ਦੀ ਹਜ਼ਾਰਾਂ ਸਾਲ ਤੋਂ ਜਿਹੜੀ ਜ਼ਬਾਨ ਬੁੱਧਾਂ ਨੇ ਵੀ ਵਰਤੀ, ਜਿਹੜੀ ਵਰਤੀ ਜਾ ਰਹੀ ਸੀ, ਉਹਨਾਂ ਨੇ ਉਹਨੂੰ ਹੀ ਵਰਤਿਆ। ਇਹਦੇ ਉੱਤੇ ਮੇਰਾ ਖਿਆਲ ਹੈ ਕਿ ਕਿਸੇ ਨੂੰ ਜਿਹੜਾ ਹੈ ਉਹ ਰਿਸਰਚ ਕਰਨੀ ਚਾਹੀਦੀ ਹੈ। ਇਹਦੇ ਉੱਤੇ ਮੈਂ ਤੇ ਹੁਣ ਇਹ ਇਹ ਗੱਲ ਜਿਹੜੀ ਹੈ ਇਹ ਮੈਨੂੰ ਲੱਗਦਾ ਕਿ ਸਹੀ ਹੈ, ਲੇਕਿਨ ਹੁਣ ਕਿੰਨੀ ਕਿਹੜੀ ਕਿਹੜੀ ਗੱਲ 'ਤੇ ਰਿਸਰਚ ਕੀਤੀ ਜਾਏ। ਤਾਂ ਸਾਡੇ ਦੋਸਤ ਜਿਹੜੇ ਇਸ ਗਰੁੱਪ ਦੇ ਵਿੱਚ ਹੈ ਨੇ, ਉਹਨਾਂ 'ਚੋਂ ਕਿਸੇ ਨੂੰ ਜਿਹੜੀ ਹੈ ਉਹ ਇੱਥੇ ਰਿਸਰਚ ਕਰਨੀ ਚਾਹੀਦੀ ਹੈ। ਫਿਰ ਤੁਸੀਂ ਇਹ ਵੀ ਦੇਖੋ ਕਿ ਜਦੋਂ ਬੁੱਧ ਮੱਤ ਆਇਆ ਉਦੋਂ ਸ਼ਰੋਖਤੀ ਜਿਹੜਾ ਲਿਪੀ ਹੈ, ਜਿਹੜੀ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਸੀ, ਉਹ ਵੀ ਉਦੋਂ ਡੋਮੀਨੈਂਟ ਸੀ। ਤੇ ਜਦੋਂ ਚੌਥੀ ਪੰਜਵੀਂ ਸਦੀ ਤੋਂ ਬਾਅਦ ਬੁੱਧ ਮੱਤ ਜਿਹੜਾ ਹੈ ਉਹਦਾ ਡਿਕਲਾਈਨ ਹੋ ਗਿਆ, ਉਹਦੇ ਤਾਂ ਬ੍ਰਾਹਮਣਵਾਦੀਆਂ ਨੇ ਲੈਣੀ ਸ਼ੁਰੂ ਕਰਤੀ, ਤੇ ਸ਼ਰੋਖਤੀ ਜਿਹੜਾ ਸਕ੍ਰਿਪਟ ਸੀ ਉਹ ਵੀ ਜਿਹੜਾ ਉਹ ਖਤਮ ਹੋ ਗਿਆ। ਅੱਛਾ ਜੀ, ਹੁਣ ਮੈਂ ਇੱਥੇ ਰੋਕਣਾ ਹੈ ਤੇ ਹੁਣ ਤੁਸੀਂ ਸਵਾਲ ਜਵਾਬ ਕਰੋ ਜਿਹੜੇ ਕਰਨੇ। ਅੱਛਾ, ਉਹ ਮੈਂ ਇੱਕ ਗੱਲ ਦੱਸਦਿਆ ਕਿ ਸ਼ਰਾਈ ਸਾਹਿਬ ਨੇ ਪੁਆਇੰਟ ਆਊਟ ਕੀਤਾ ਕਿ ਮੈਂ ਕਿਤੇ ਕਿਤੇ 3000 ਸਾਲ ਕਹਿ ਜਾਣਾ, ਜਿਹੜਾ ਉਹਨੂੰ ਤੁਸੀਂ ਠੀਕ ਕਰ ਲਿਓ, ਕਿਉਂਕਿ ਜਿਹੜੀ ਸਿਕੰਦਰ ਦੇ ਜ਼ਮਾਨੇ ਤੋਂ ਮੋਰੀਆ ਦੇ ਜ਼ਮਾਨਾ ਉਹ ਜਿਹੜਾ 326 ਤੋਂ ਲੈ ਕੇ ਤੇ ਫਿਰ ਅੱਗੇ ਦਾ ਜ਼ਮਾਨਾ ਹੈ ਉਹ 3000 ਤੋਂ ਨਹੀਂ ਹੈ, ਮੇਰੇ ਮੂੰਹੋਂ ਨਿਕਲ ਜਾਂਦਾ ਹੁਣ। ਤੇ ਉਹਨੂੰ ਤੁਸੀਂ ਆਪਣੇ ਰਿਕਾਰਡਿੰਗ ਦੇ ਵਿੱਚ ਸਹੀ ਕਰ ਲਿਓ। ਹਾਂਜੀ, ਤੁਸੀਂ ਹਲੇ ਕਿਹਾ ਕਿ ਜਿਸ ਤਰ੍ਹਾਂ ਇਕਨੋਮਿਕ ਵੈਲਬੀਇੰਗ ਵੱਧਦਾ ਜਾਂਦਾ ਹੈ ਤੇ ਅਸੀਂ ਵੇਖਿਆ ਹਿਸਟਰੀ ਵਿੱਚ ਕਿ ਫੀਮੇਲ ਦੀ ਸਪਰੈਸ਼ਨ ਜ਼ਿਆਦਾ ਹੁੰਦੀ ਜਾਂਦੀ ਹੈ, ਤੇ ਮੇਰਾ ਕੁਐਸਚਨ ਇਹ ਹੈ ਕਿ ਅਸੀਂ ਜਦੋਂ ਹੜੱਪਾ ਸਿਵਿਲਾਈਜੇਸ਼ਨ ਨੂੰ ਵੇਖੀਏ ਤੇ ਉੱਥੇ ਵੀ ਤੇ ਆਖਰ ਇੱਕ ਸਿਟੀ ਸੀ, ਉੱਥੇ ਵੀ ਇਕਨੋਮਿਕ ਵੈਲਬੀਇੰਗ ਸੀ, ਪ੍ਰੋਸਪੈਰਿਟੀ ਸੀ, ਲੇਕਿਨ ਉਹ ਮੈਨੂੰ ਪੁਰਾਣੇ ਲੈਕਚਰਾਂ ਤੋਂ ਇਸ ਤਰ੍ਹਾਂ ਮਤਲਬ ਸਮਝ ਆਉਂਦੀ ਹੈ ਕਿ ਸ਼ਾਇਦ ਉੱਥੇ ਇਕੁਐਲਿਟੀ ਜਿਹੜੀ ਜੈਂਡਰ ਇਕੁਐਲਿਟੀ ਜਿਹੜੀ ਉਹ ਜ਼ਿਆਦਾ ਸੀ, ਤੇ ਉੱਥੇ ਕਿਉਂ ਨਹੀਂ ਇਸ ਕਿਸਮ ਦੀ ਫੀਮੇਲ ਸਪਰੈਸ਼ਨ ਹੋਈ?
अजे तक कोई मुनासिब जिहड़ी है वो इंटरप्रिटेशन नहीं हो सकी कि एक पासे ते लगता है कि जिहड़ा हड़प्पा दी जिहड़ी सिविलाइजेशन है उहदे विच ना कोई वड्डा महल है ना कोई मंदिर है ना कोई वड्डे हथियार ने ते जिहड़े मकान ने वह भी तकरीबन इको जिहे ही लगते ने ते उत्तों ते लगता है कि और फिर मा उत्थे मैट्रियार्कल सिस्टम नज़र आउंदा है उतो ये लगता है कि उत्थे तरक्की तो हुई शहर भी आबाद हुए लेकिन क्लासेस का सिस्टम उवे नहीं बनिया जिमें कि बाद असी देखने हैं हड़प्पा सिविलाइजेशन तो बाद जिन्ने भी तहजीबा दे विच लैके हुण तक जिहड़ी तरक्की हुई है उहदे विच तरक्की दे नाल नाल जिहड़े ने क्लासेस बनिया ने तबके बने ने और जिहड़े उस तरक्की की वजह बनते हैं उन्हां दी बहुती गुलामी होंदी है ते दौर है ना ये दो तरह का जिहड़ा सिस्टम इहदी मेरे कोल जवाब नहीं हैगा इहदे उत्ते जवाब लभण दी लोड़ है कि उहदे विच की है सी जिहड़ा बाद विच नहीं सी हैगा निजाम नहीं होगा उदो जो मार नहीं सकते थे, फिर इस करके कोई पोजेशन वाला सिस्टम नहीं शुरू होया मुमकिन है चूंकि ओपरेशन दे इंस्ट्रूमेंट्स नहीं है लिहाजा ओपरेशन हो नहीं सकती ये मैं तुहाडी गल जिहड़ी है वो ये गल सुटन योग नहीं है इस गल ते भी गौर होना चाहिए लेकिन ये गल अगर देखी जाए कि असी ये किवें पक्के पैरी कह सकने हैं कि जनाब जिहड़ियां औरतां जेंडर इक्वलिटी उस वेले मौजूद सी इहदे की शवाहिद ने साडे कोल नज़र ते नहीं आंदे महाभारत जो औरतां दी पावर और औरतां दी हैसियत जिहड़ी है उहदा जिहड़ा जिक्र आउंदा है ते उहदे तो सब तो पहले तो उत्तों पता लगदा है कि जिहड़ी औरत सी वो बिल्कुल आजाद और बराबर ते सी बेसिकली तो उत्थे सानू पता लगदा है ते क्योंकि होर सबूत जिहड़े ने वो ये भी है ने कि भई तुसी अपने घरां च वेखो साडे साडे वेड़ियां तक कम अज कम साडे साडे साडी मेरी सोसाइटी दे विच ते औरतां तकरीबन थोड़ी जी दबिया सन लेकिन बराबर ही सन मतलब कोई एडी को पाबंदी बल्कि मैनू पता है कि साडे घर का सारा कारोबार मेरी मां पैसे वैसे का सारा वो आप ही रखती सी ते वो वाल साहब नू जदों थोड़ हुंदी सी ते वो रौला डंगरां दे उत्ते गाला कढ़दे सन ते वो फिर मेरी मां कहिंदी सी इहनूं पैसे दे के आओ इहदे पैसे मुक गए ने ते एनीवेज ते तुसी ये भी देखिया होना कि जिहड़ी जांगली ने जटके लोग ने उन्हां विच औरत जिहड़ी है वह उन्नी दबी हुई नहीं है जिवें कि आबादकारां दे विच है ते तुसी लिटरेचर दे विच पढ़ लो दमोदरदास दी हीर है ते जिहड़ी 16वीं सदी च लिखी गई ते दमोदरदास दी हीर दे विच ते जिहड़ी हीर है वारियर है बड़ा फर्क वह मर्दां दे नाल जंग लड़दी है और उन्हां नूं शिकस्त दिंदी है ते अगर तुसी उस तो बाद भी देख लो कि वारिस शाह दी वाली हीर जिहड़ी है वह हालांकि बहुत डोमेस्टिकेटेड है मतलब वह दमोदरदास वाली नहीं है लेकिन वह भी तुसी देखो कि वह भी जिहड़ियां जिहड़ी जिहड़ी डिमांड्स करदी है सोसाइटी कोलों वह भी जिहड़ी है वह पुरानी बराबरी नूं हासिल करन दी कोशिश कर रही है सो लिहाजा इहदे कई सबूत ने कि पंजाब विच
ਜਿਹੜਾ ਜੈਂਡਰ ਇਕੁਐਲਿਟੀ ਸੀ ਉਹਦਾ ਨਿਜ਼ਾਮ ਮੌਜੂਦ ਸੀ। ਅੱਛਾ, ਵੈਸੇ ਬਾਕੀ ਰਿਸਰਚ ਦੀ ਜ਼ਰੂਰਤ ਹੈ ਇਹਦੇ ਵਿੱਚ, ਕਿਉਂਕਿ ਇੱਕ ਬੜਾ ਵੱਡਾ ਸ਼ਹਿਰ ਆਬਾਦ ਹੋ ਗਿਆ ਔਰ ਸ਼ਹਿਰ ਦੇ ਵਿੱਚ ਯਕੀਨਨ ਤਾਜਰ ਰਹਿੰਦੇ ਹੋਣਗੇ, ਵਾਈ ਬੀਜੀ ਵਾਲੇ ਹੋਰ ਨੇ, ਤਾਜਰ ਹੋਰ ਨੇ, ਇੱਕ ਤਬਕਾਤੀ ਨਿਜ਼ਾਮ ਲਾਜ਼ਮੀ ਹੋਣਾ ਚਾਹੀਦਾ ਹੈ। ਠੀਕ ਹੈ, ਅਗਰ ਨਹੀਂ ਹੈ ਤਾਂ ਬੜੀ ਹੈਰਤ। ਇਹ ਜਿਹੜਾ ਡੁਐਲਿਟੀ ਹੈ ਨਾ, ਇਹਨੂੰ ਹੱਲ ਹੋਣਾ ਚਾਹੀਦਾ, ਇਹ ਤੇ ਰਿਸਰਚ ਹੋਣੀ ਚਾਹੀਦੀ ਹੈ। ਅਸਲ ਦੇ ਵਿੱਚ ਪ੍ਰੋਬਲਮ ਇਹ ਹੈਗੀ ਆ ਕਿ ਲੋਕਾਂ ਨੇ ਜਿਹੜੀ ਤਾਰੀਖਦਾਰਾਂ ਨੇ ਲਿਖੀਆਂ ਨੇ ਨਾ ਤਾਰੀਖਾਂ, ਉਹਨਾਂ 'ਚ ਉਹਨਾਂ ਨੇ ਕਿਸੇ ਨੇ ਪੀਪਲਸ ਹਿਸਟਰੀ ਤੇ ਲਿਖੀ ਨਹੀਂ ਹੈ, ਔਰ ਨਾ ਹੀ ਉਹਨਾਂ ਨੇ ਉਹ ਮੈਥਡ ਯੂਜ਼ ਕੀਤੇ ਨੇ ਜਿਹੜੇ ਪੀਪਲ ਹਿਸਟਰੀ ਲਈ ਜ਼ਰੂਰੀ ਹੁੰਦੇ ਨੇ। ਇਸ ਵਾਸਤੇ ਉਹ ਉੱਤੇ ਉੱਤੇ ਦੀਆਂ ਗੱਲਾਂ ਕਰਦੇ ਨੇ, ਲੇਕਿਨ ਉਹ ਅਸਲ ਦੇ ਵਿੱਚ ਸੋਸਾਇਟੀ ਦੀ ਜਿਹੜੀ ਸਟਰਕਚਰਸ ਨੇ ਉਹ ਕਿਵੇਂ ਸਨ, ਕਿਵੇਂ ਬਦਲੇ, ਕਿਵੇਂ ਅੱਗੇ ਵਧੇ, ਉਹਦੇ ਬਾਰੇ 'ਚ ਬਹੁਤੀ ਜਾਣਕਾਰੀ ਨਹੀਂ ਦਿੰਦੇ ਸਨ। ਮੈਂ ਇਸੇ ਕਮੀ ਨੂੰ ਪੂਰਾ ਕਰਨ ਲਈ ਕਿਤਾਬ ਲਿਖੀ ਸੀ। ਇਸੇ ਨਾਲੇ ਮੇਰਾ ਖਿਆਲ ਹੈ ਕਿ ਮਜ਼ਹਬ ਦੀ ਛਾਪ ਜ਼ਰਾ ਜ਼ਿਆਦਾ ਹੈ, ਮਜ਼ਹਬ ਦਾ ਤਸੱਬ ਵੀ ਆ ਗਿਆ ਲਿਖਣ 'ਚ ਨਾ ਬਹੁਤ ਹਰ ਜਗ੍ਹਾ, ਔਰ ਇਸ ਕਰਕੇ ਸਾਡੇ ਤੱਕ ਗੱਲ ਸਹੀ ਪਹੁੰਚੀ ਵੀ ਨਹੀਂ। ਬਹਰਹਾਲ ਜਿਹੜੀ ਗੱਲ ਲਿਖੀ ਹੈ ਅਸੀਂ ਉਹਦੀ ਪਰਖ ਪੜਚੋਲ ਤੇ ਕੀਤੀ ਹੈ ਨਾ ਜੀ, ਮੈਂ ਤੇ ਜਾਂ ਮੇਰੇ ਅਗਰੇ ਕੁਛ ਬੰਦਿਆਂ ਨੇ ਤੇ ਕੀਤੀ ਹੋਏਗੀ ਨਾ, ਉਹ ਲਿਖੀ ਨੀ, ਮੇਰੇ ਖਿਆਲ ਦੇ ਵਿੱਚ ਉਸ ਪੱਖ ਤੋਂ ਲਿਖਿਆ ਨੀ ਗਿਆ। ਅੱਛਾ ਡਾਕਟਰ ਸਾਹਿਬ, ਅੱਛਾ ਤਾਂ ਤੂੰ ਵੈਸੇ ਜਿਹੜੇ ਇਨਡਾਇਰੈਕਟ ਮੈਥਡਸ ਨੇ ਨਾ, ਉਹਨਾਂ ਦੇ ਵਿੱਚ ਬਹੁਤ ਕਿਤਾਬਾਂ ਨੇ ਜਿਹਨਾਂ ਵਿੱਚ ਉਹ ਸੋਸ਼ਲ ਸਿਸਟਮ ਦਾ ਜ਼ਿਕਰ ਜਿਹੜਾ ਹੈ ਉਹ ਆਉਂਦਾ ਹੈ। ਮਿਸਾਲ ਦੇ ਤੌਰ ਤੇ ਇੱਕ ਜਿਹੜੀ ਕਿਤਾਬ ਹੈਗੀ ਹੈ ਬੜੀ ਮਸ਼ਹੂਰ ਹੈ, ਉਹਦੀ ਮੈਨੂੰ ਆਥਰ ਜਿਹੜੀ ਆ ਉਹ ਨਾਮ ਯਾਦ ਨਹੀਂ ਆ ਰਿਹਾ, ਉਹ ਹੈਗੀ ਹੈ ਡਰੈਗਨਸ ਆਫ ਹੜੱਪਾ ਸਿਵਿਲਾਈਜੇਸ਼ਨ। ਕਿ ਜਿਹੜੇ ਹੜੱਪਾ ਸਿਵਿਲਾਈਜੇਸ਼ਨ ਦੇ ਵਿੱਚ ਜਿਹੜੇ ਵੇਦਾਂ ਦੇ ਵਿੱਚ ਜਿਨ੍ਹਾਂ ਨੂੰ ਆਪਣਾ ਸ਼ੈਤਾਨ ਕਿਹਾ ਗਿਆ, ਉਹਨਾਂ ਦੀਆਂ ਕੀ ਕਰੈਕਟਰਿਸਟਿਕਸ ਸਨ, ਕਿਉਂਕਿ ਉਹ ਜਿਹੜੇ ਰਿਗਵੇਦ ਤੇ ਬਾਕੀ ਵੇਦਾਂ ਦੇ ਜਿਹੜੇ ਸ਼ੈਤਾਨ ਨੇ ਉਹ ਤੇ ਹੜੱਪਾ ਦੇ ਲੋਕਾਂ ਦਾ ਜ਼ਿਕਰ ਕਰ ਰਹੇ ਨੇ ਨਾ। ਸੋ ਲਿਹਾਜ਼ਾ ਉਹ ਇੱਕ ਪੂਰੀ ਕਿਤਾਬ ਹੈਗੀ ਹੈ ਜਿਹੜੀ ਮੈਂ ਦੇਖੀ ਪੜ੍ਹੀ ਹੈ, ਉਹਦੇ ਵਿੱਚ ਸਾਰਾ ਜ਼ਿਕਰ ਹੈਗਾ ਕਿ ਕਿਵੇਂ ਕਿਵੇਂ ਉਹਨਾਂ ਦੇ ਆਈਡੀਆ ਸਨ ਔਰ ਕਿਵੇਂ ਕਿਵੇਂ ਮਟੀਰੀਅਲਿਜ਼ਮ ਤੇ ਉਹ ਚੱਲਦੇ ਸਨ ਔਰ ਉਹਨਾਂ ਦਾ ਕੀ ਆਪਣਾ ਹੈ ਸੀ ਪਾੜ ਇਹਨਾਂ ਦੇ ਨਾਲ। ਅੱਛਾ ਡਾਕਟਰ ਸਾਹਿਬ ਇਹ ਇੱਕ ਸਵਾਲ ਹੈ ਮੇਰਾ, ਉਹ ਤੁਸੀਂ ਕਹਿ ਰਹੇ ਸੀ ਕਿ ਜਦੋਂ ਇਹ ਚੰਦਰਗੁਪਤ ਮੌਰੀਆ ਦੀ ਸਲਤਨਤ ਦੇ ਬਾਅਦ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਮਜ਼ਹਬ ਜਿਹੜਾ ਹੈ ਨਾ ਉਹ ਬਾਹਰ ਦੇ ਹਮਲੇ ਇਸ ਲਈ ਸ਼ੁਰੂ ਹੋ ਗਏ ਕਿ ਪੈਦਾਵਾਰੀ ਨਿਜ਼ਾਮ ਤੇ ਆਈਡੀਓਲੋਜੀ ਵਿੱਚ ਗੈਪ ਸੀ, ਯਾਨੀ ਕਿ ਆਈਡੀਓਲੋਜੀ ਤੋਂ ਮੈਂ ਇਹ ਸਮਝਾਂ ਕਿ ਜਿਹੜਾ ਰਿਲੀਜੀਅਸ ਜਾਂ ਸਪਿਰਿਚੁਅਲ ਆਈਡੀਓਲੋਜੀ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਇਸਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਜਿਹੜਾ ਮਜ਼ਹਬ ਹੈ ਇੱਥੇ ਯਾਨੀ ਜੈਨ ਮਤ ਜਾਂ ਬੁੱਧ ਮਤ, ਉਸ ਤੋਂ ਬਾਅਦ ਇੱਥੇ ਕੋਈ ਨਵੀਂ ਆਈਡੀਓਲੋਜੀ ਯਾਨੀ ਰਿਲੀਜਨ ਬਹੁਤ ਦੇਰ ਤੱਕ ਨਹੀਂ ਆਇਆ, ਤੁਸੀਂ ਇਹ ਕਹਿਣਾ ਚਾਹ ਰਹੇ ਸੀ? ਜਿਹੜੀ ਇਹ ਤੁਸੀਂ ਗੱਲ ਜਿਹੜੀ ਕਹੀ ਹੈ, ਮੈਂ ਇਹ ਵੀ ਕਹਿਣਾ ਚਾਹ ਰਿਹਾ ਕਿ ਜਿਹੜਾ ਉਹਦੇ ਵਿੱਚ ਜਿਹੜਾ ਬਾਅਦ ਦਾ ਪੀਰੀਅਡ ਹੈ ਜੈਨ ਬੁੱਧ ਮਤ ਤੋਂ ਬਾਅਦ ਦਾ ਪੀਰੀਅਡ ਜਿਹੜਾ ਹੈ ਉਹ ਹਿੰਦੂਇਜ਼ਮ ਦੀ ਜਿਹੜੀ ਬਹੁਤ ਹੀ ਡਿਗਰੈਸਿਵ ਸ਼ਕਲ ਸੀ ਉਹ ਆਈ ਇੱਥੇ, ਔਰ ਜਿਵੇਂ ਕਿ ਆਈਡੀਆਲੋਜੀ ਔਰ ਜਿਹੜਾ ਪ੍ਰੋਡਕਟਿਵ ਸਿਸਟਮ ਹੁੰਦਾ ਹੈ ਉਹ ਇੱਕ ਦੂਜੇ ਨੂੰ ਮੁਤਾਸਰ ਕਰਦੇ ਨੇ, ਇੱਕ ਦੂਜੇ ਨੂੰ ਇਫੈਕਟ ਕਰਦੇ ਨੇ, ਆਈਡੀਆਲੋਜੀ ਵੀ ਪ੍ਰੋਡਕਸ਼ਨ ਨੂੰ ਇਫੈਕਟ ਕਰ ਸਕਦੀ ਹੈ। ਅਤੇ ਇੱਥੇ ਫਿਰ ਜਦੋਂ ਬੁੱਧ ਮਤ ਮੁੱਕ ਗਿਆ ਅਤੇ ਇੱਥੇ ਤਕਰੀਬਨ 10-100 ਸਾਲਾਂ ਤੀਕਰ ਕੋਈ ਮੁਆਸ਼ੀ ਤਰੱਕੀ ਨਹੀਂ ਹੋਈ, ਅਤੇ ਜਿਹੜਾ ਰਿਗਰੈਸਿਵ ਸਿਸਟਮ ਸੀਗਾ ਹਿੰਦੂਇਜ਼ਮ ਦਾ ਹੋਰ ਪੱਕੇ ਤੋਂ ਪੱਕਾ ਹੁੰਦਾ। ਉਹਦੀ ਵਜੂਹਾਤ ਕੀ ਸਨ ਡਾਕਟਰ ਸਾਹਿਬ ਕਿ ਸਡਨਲੀ ਕਿਉਂ ਰਿਗਰੈਸਿਵ ਸਿਸਟਮ ਇੰਨਾ ਹਾਵੀ ਹੋ, ਮਤਲਬ ਇੱਕ ਤਰੱਕੀ ਤੇ ਹੋ ਰਹੀ ਸੀ ਫਸਟ ਏਡੀ ਯਾਨੀ ਫਸਟ ਸੈਂਚਰੀ ਤੱਕ, ਉਸ ਤੋਂ ਬਾਅਦ ਸਡਨਲੀ ਕੀ ਹੋਇਆ ਕਿ ਇੱਕ ਰਿਗਰੈਸਿਵ ਆਈਡੀਓਲੋਜੀ ਨੇ ਓਵਰਕਮ ਕਰ ਲਿਆ? ਉਹਦੀ ਜਿਹੜੀ ਹੈ ਨਾ ਆਮ ਤੌਰ ਤੇ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਇੱਕ ਤੇ ਜਿਹੜਾ ਸਿਸਟਮ ਹੈ ਉਹਦੇ ਵਿੱਚ ਜਿਹੜਾ ਪ੍ਰੋਡਕਸ਼ਨ ਦੇ ਜਿਹੜੇ ਹਥਿਆਰ ਹੁੰਦੇ ਨੇ ਉਹ ਪੁਰਾਣੇ ਹੋ ਜਾਂਦੇ ਨੇ, ਉਹਨਾਂ ਤੋਂ ਜਿੰਨਾ ਕੰਮ ਲਿਆ ਜਾ ਸਕਦਾ ਉਹ ਕੰਮ ਲਿਆ ਜਾ ਚੁੱਕਿਆ ਹੁੰਦਾ, ਤੇ ਫਿਰ ਫਰਦਰ ਉਹ 'ਚ ਐਕਸਪੈਂਸ਼ਨ ਨਹੀਂ ਹੁੰਦੀ।
ਤੇ ਦੂਜੀ ਵਜ੍ਹਾ ਇਹ ਹੈਗੀ ਹੈ ਕਿ ਜਿਹੜੀ ਦੁਬਾਰਾ ਜਿਹੜੀ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਛੋਟੀਆਂ ਛੋਟੀਆਂ ਰਾਜੇ ਬਣਨੇ ਸ਼ੁਰੂ ਹੋ ਗਏ, ਰਾਜਧਾਨੀਆਂ ਬਣਨੀਆਂ ਸ਼ੁਰੂ ਹੋ ਗਈਆਂ, ਤੇ ਉਹ ਜਿਹੜਾ ਹੈ ਉਹਨਾਂ ਰਾਜਧਾਨੀਆਂ ਦੀ ਆਪਸ ਦੇ ਵਿੱਚ ਲੜਾਈਆਂ ਰਹੀਆਂ 10-100 ਸਾਲ ਤੋਂ, ਇੱਕ ਦੂਜੇ ਨਾਲ ਹੀ ਲੜਦੇ ਰਹੇ। ਔਰ ਇਹ ਉਂਝ ਹੈ ਜਿਵੇਂ ਯੂਰਪ 'ਚ ਵੀ ਪਹਿਲੀ ਸਦੀ ਤੋਂ ਲੈ ਕੇ ਤੇ 10ਵੀਂ 11ਵੀਂ ਸਦੀ ਤੱਕ ਯੂਰਪ ਵਿੱਚ ਵੀ ਇਹ ਹੁੰਦਾ ਰਿਹਾ ਔਰ ਉੱਥੇ ਵੀ ਕੋਈ ਤਰੱਕੀ ਨਹੀਂ ਹੋਈ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਦੀ ਜਿਹੜੀ ਹੈ ਉਹ ਵਜ੍ਹਾ ਇਹ ਹੈ ਕਿ ਪੈਦਾਵਾਰੀ ਸਿਸਟਮ ਸਟੈਗਨੇਟ ਹੋ ਗਿਆ ਔਰ ਉਹਦੇ ਨਾਲ ਆਈਡੀਆਲੋਜੀ ਵੀ ਸਟੈਗਨੇਟ ਹੋ ਗਈ, ਬਲਕਿ ਉਹ ਰਿਵਰਸ ਹੋ ਗਈ। ਤੇ ਇਹ ਪੀਰੀਅਡ ਜਿਹੜੇ ਨੇ ਤਾਰੀਖ ਵਿੱਚ ਆਉਂਦੇ ਨੇ। ਮਿਸਾਲ ਦੇ ਤੌਰ ਤੇ ਤੁਸੀਂ, ਮੈਂ ਬਹੁਤ ਛੋਟੀ ਜਿਹੀ ਮਿਸਾਲ ਤੁਸੀਂ ਦੇਖੋ ਕਿ 60s ਦੇ ਐਂਡ ਦੇ ਉੱਤੇ ਭੁੱਟੋ ਦੀ ਜਿਹੜੀ ਪੀਪਲਸ ਪਾਰਟੀ ਹੈ ਉਹਦਾ ਉਹਨੇ ਜਿੱਤਿਆ ਤੇ ਉਹ ਲੱਗਾ ਜੀ ਰੋਟੀ ਕੱਪੜਾ ਤੇ ਮਕਾਨ ਜਿਹੜਾ ਉਹ ਆਈਡੀਆਲੋਜੀ ਜਿੱਤ ਗਈ ਹੈ। ਫਿਰ ਉਸ ਤੋਂ ਬਾਅਦ ਜ਼ਿਆ ਆ ਗਿਆ ਤੇ ਜ਼ਿਆ ਤੋਂ ਬਾਅਦ ਦੂਜੇ ਆ ਗਏ ਤੇ ਉਹ ਭੁੱਟੋ ਵਾਲੀ ਜਿਹੜੀ ਸੀ ਉਹ ਲੋਕਾਂ ਦੇ ਵਿੱਚ ਤੇ ਰਹੀ ਤੇ ਬਾਕੀ ਉਹ ਸਟੇਟ ਦਾ ਸਿਸਟਮ ਤੇ ਨਹੀਂ ਬਣ ਸਕੀ। ਤੇ ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਇਹ ਜਿਹੜੀ ਆਈਡੀਆਲੋਜੀ ਦੀ ਟਰਾਂਸਫਰਮੇਸ਼ਨ ਹੈ ਜਾਂ ਸਟੈਗਨੇਸ਼ਨ ਹੈ ਉਹ ਜਿਹੜੀ ਹੈ ਉਹ ਆਪਣੇ ਥਾਂ ਤੇ ਹੁੰਦੀ ਹੈ। ਜਿਹੜਾ ਮੈਂ ਕਹਿੰਦਾ ਨਾ ਕਿ ਆਪਣਾ ਜਿਹੜੀ ਤਰੱਕੀ ਹੋਈ ਤੇ ਉਹਦੇ ਨਾਲ ਆਈਡੀਆਲੋਜੀ ਆਈਡੀਆਲੋਜੀਕਲ ਸਿਸਟਮ ਜਿਹੜਾ ਹੈ ਉਹ ਉਹਦੇ ਨਾਲ ਨਹੀਂ ਚੱਲਦਾ, ਉਹਦੀ ਵਜ੍ਹਾ ਤੁਸੀਂ ਇਹ ਦੇਖੋ ਪਾਕਿਸਤਾਨ ਉਹਦੀ ਬਹੁਤ ਇੱਕ ਮਿੰਟ ਮੈਨੂੰ ਦੇਣਾ ਜੀ, ਚੱਲ ਤੋ ਹੈ ਇੱਕ ਗੱਲ ਮੈਂ ਦੱਸਣਾ ਦੇਖਾ ਕਰਨਾ ਚਾਹੁੰਦਾ ਸੀਗਾ ਕਿ ਜਿਹੜੀ ਜਦੋਂ ਵੈਸੇ ਦੇਖਿਆ ਜੋ ਲੋਕਾਂ ਚ ਜਿਹੜਾ ਲੋਕ ਜਿਹੜਾ ਆਪਣਾ ਘਰ ਵਿੱਚ ਬਹਿ ਕੇ ਕੰਮ ਕਰਨ ਦੇ ਕੁਛ ਨੁਕਸਾਨ ਵੀ ਹੈਗੇ ਨੇ। ਹਾਂਜੀ ਹਾਂਜੀ ਤੇ ਦਿਸ ਇਜ਼ ਯਕੀ ਐਸ ਦੋਸ। ਅੱਛਾ ਮੈਂ ਸਰ ਇੱਕ ਲਾਊਡ ਥਿੰਕਿੰਗ ਥੋੜੀ ਜੀ ਮੈਂ ਇਹਦੇ ਸਿਲਸਿਲੇ ਚ ਜਿਹੜੀ ਹੈ ਨਾ ਉਹਨੂੰ ਦੇਖਣਾ ਚਾਹਨਾ ਮੈਂ। ਇਹ ਜਿਹੜਾ ਅਸੀਂ ਗੱਲ ਕਰ ਰਹੇ ਸਾਂ ਕਿ ਇੱਕ ਪਹਿਲੀ ਸਦੀ ਤੋਂ 10ਵੀਂ ਤੱਕ ਰਿਗਰੈਸਿਵ ਜਿਹੜੀ ਡਿਵੈਲਪਮੈਂਟ ਹੈ ਇਹਦੇ ਤੇ ਮੇਰੀ ਜ਼ਾਤੀ ਜਿਹੜੀ ਹੈ ਨਾ ਇੱਕ ਝਾਤ ਜਿਹੀ ਹਲਕੀ ਜਿਹੀ ਜ਼ਾਤੀ ਇੱਕ ਸੋਚ ਹੈ ਕਿ ਸ਼ਾਇਦ ਉਸ ਵੇਲੇ ਜ਼ਾਤ ਪਾਤ ਦਾ ਨਿਜ਼ਾਮ ਇਤਨਾ ਸਖ਼ਤ ਔਰ ਇਤਨਾ ਜ਼ਿਆਦਾ ਹੋ ਗਿਆ ਹੋਵੇ ਕਿ ਮੁਆਸ਼ਰੇ ਦਾ ਜਿਹੜਾ ਜਿੰਨੀ ਵੀ ਪੈਦਾਵਾਰ ਹੁੰਦੀ ਔਰ ਲੋਕਾਂ ਦੀ ਸਾਰੀ ਸੀ ਉਹ ਉਤਲੇ ਤਬਕੇ ਕੋਲ ਜਮ੍ਹਾਂ ਹੁੰਦੀ ਸੀ ਤੇ ਪੂਰੀ ਸੋਸਾਇਟੀ ਜਿਹੜੀ ਹੈ ਐਜ਼ ਏ ਹੋਲ ਉਹ ਇੰਟਰਸਟਿਡ ਨਹੀਂ ਰਹੀ ਕਿਉਂਕਿ ਇੱਕ ਤਬਕੇ ਕੋਲ ਜਾ ਰਹੀ ਸੀ। ਇਹੋ ਵਜ੍ਹਾ ਸੀ ਕਿਉਂਕਿ ਬਾਅਦ ਦੇ ਵਿੱਚ ਉਹ ਨਿਜ਼ਾਮ ਜਿਹੜਾ ਇੱਥੇ ਜਿਹੜਾ ਬਣਿਆ ਸੀਗਾ ਉਹ ਜਿਹੜਾ ਸਾਰੀ ਪੈਦਾਵਾਰ ਉੱਤੇ ਵਾਲੇ ਲੈ ਜਾਂਦੇ ਨੇ ਤੇ ਥੱਲੇ ਵਾਲਿਆਂ ਨੂੰ ਕੁਛ ਨਹੀਂ ਮਿਲਦਾ। ਇਹੋ ਵਜ੍ਹਾ ਕਿ ਚੰਦ ਹਜ਼ਾਰ ਫੌਜੀ ਲੈ ਕੇ ਤੇ ਅਫਗਾਨ ਆਏ ਤੇ ਉਹਨਾਂ ਨੇ ਪੰਜਾਬ 'ਚ ਕਬਜ਼ਾ ਕਰ ਲਿਆ ਕਿਉਂਕਿ ਕੋਈ ਬੰਦਾ ਉਹੋ ਜਿਹੀ ਕਿਉਂਕਿ ਕੋਈ ਬੰਦਾ ਇਹੋ ਜਿਹੇ ਰੱਦੀ ਨਿਜ਼ਾਮ ਲਈ ਲੜਨਾ ਹੀ ਨਹੀਂ ਚਾਹੁੰਦਾ। ਨਹੀਂ ਪਰ ਅਸੀਂ ਤੇ ਇਹ ਸਵਾਲ ਨਹੀਂ ਕਰ ਰਹੇ ਸਾ, ਸਾਡਾ ਸਵਾਲ ਇਹ ਸੀ ਕਿ ਆਈਡੀਓਲੋਜੀ ਦੇ ਅੰਦਰ ਡਿਕਲਾਈਨ ਕਿਉਂ ਹੈ। ਮੈਂ ਤੁਹਾਨੂੰ ਦੱਸ ਰਿਹਾ ਸਾਂ ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਦੇਖੋ ਪਾਕਿਸਤਾਨ ਦੇ ਵਿੱਚ ਸਨ 70 ਤੋਂ ਬਾਅਦ ਜਿਹੜਾ ਪੈਦਾਵਾਰੀ ਨਿਜ਼ਾਮ ਹੈ ਉਹਦੇ ਵਿੱਚ ਮੈਕਾਨਾਈਜੇਸ਼ਨ ਆਈ ਹੈ ਔਰ ਮਸ਼ੀਨੀ ਪੈਦਾਵਾਰ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਜਿਹੜੀ ਕਿ ਬੇਸਿਕਲੀ ਇੱਕ ਅੱਗੇ ਦੀ ਮੰਜ਼ਿਲ ਹੈ। ਲੇਕਿਨ ਜਿਹੜਾ ਆਈਡੀਓਲੋਜੀਕਲ ਸਿਸਟਮ ਹੈ ਪੰਜਾਬ ਦੇ ਵਿੱਚ ਉਹ ਮੁਲਾਸ਼ਾਹੀ ਹੋ ਗਿਆ। ਮਤਲਬ ਹੋਣਾ ਤੇ ਇਹ ਚਾਹੀਦਾ ਸੀ ਕਿ ਮਸ਼ੀਨੀ ਦੌਰ ਦੇ ਆਉਣ ਨਾਲ ਲਿਬਰਲਿਜ਼ਮ ਵੱਧਦੀ। ਅੱਛਾ ਤੇ ਹੁਣ ਜਿਹੜਾ ਪਾਕਿਸਤਾਨ ਦੇ ਵਿੱਚ ਮਿਸਾਲ ਦੇ ਤੌਰ ਦੇ ਉੱਤੇ ਜਿਹੜੀ ਆਈਡੀਆਲੋਜੀ ਹੈ ਉਹ ਇੰਨੀ ਰਿਗਰੈਸਿਵ ਹੈ ਕਿ ਭਾਵੇਂ ਛੋਟੇ ਮੋਟੇ ਜਿਹੜੇ ਔਜ਼ਾਰ ਨੇ ਉਹ ਮਸ਼ੀਨੀ ਹੋ ਵੀ ਗਏ ਨੇ ਲੇਕਿਨ ਉਹ ਇਕਾਨਮੀ ਨੂੰ ਕਿਤੇ ਜਾਣ ਨਹੀਂ ਦਿੰਦੀ। ਆਈਡੀਆਲੋਜੀ ਜਿਹੜੀ ਹੈ ਉਹਨੇ ਉੱਤੇ ਰੋਕ ਲਾਈ ਹੋਈ ਹੈ। ਮਤਲਬ ਉਹਦੇ ਮੁਕਾਬਲੇ 'ਚ ਤੁਸੀਂ ਦੇਖੋ ਬੰਗਲਾਦੇਸ਼ ਜਿੱਥੇ ਹੈ ਵਾ ਮਤਲਬ ਜਿਹੜੀ ਇਸਲਾਮੀਅਤ ਲੇਕਿਨ ਸਾਡੇ ਵਗਰੀ ਨਹੀਂ ਹੈਗੀ ਤੇ ਬੰਗਲਾਦੇਸ਼ ਸਾਡੇ ਤੋਂ ਬਹੁਤ ਅੱਗੇ ਵੱਧ ਗਿਆ। ਜਿਨ੍ਹਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਹਿੰਦੁਸਤਾਨ 'ਚ ਵੀ ਸਾਊਥ ਇੰਡੀਆ ਵਗੈਰਾ 'ਚ ਜਿਨ੍ਹਾਂ 'ਚ ਆਜ਼ਾਦੀ ਆਜ਼ਾਦ ਖਿਆਲੀ ਜ਼ਿਆਦਾ ਹੈ ਉਹਨਾਂ ਨੇ ਜ਼ਿਆਦਾ ਤਰੱਕੀ ਕੀਤੀ ਹੈ।
मेरा कहने का मतलब है कि यह कोई फार्मूला एग्जैक्ट फार्मूला नहीं है का। लेकिन यह जनरल करैक्टरिस्टिक्स जो दसे जा सकते हैं कि जिवें पाकिस्तान दे विच पहले भुट्टो साहब की जी तहरीक है रोटी कपड़े मकान की हर बंदा बराबर हो जाए वह आई, फिर वो रिएक्शन दे विच रिग्रेसिव आइडियालॉजी आई और हालांकि मशीनी निज़ाम भी शुरू हो गया लेकिन उस रिग्रेसिव आइडियालॉजी तो बाहर नहीं निकल सकिया, हूँ तक नहीं निकल सकिया। लेकिन यह है कि वह निकल जाएगा क्योंकि वो वजह है कि तारीख दे विच 30-40 साल कोई वड्डा पीरियड नहीं होंगे। तुसी देख लिया कि असं हजारों साल गल्ला कर रहे हैं, 7000 कबल मसीह दी गल्ला कर रहे हैं, तो यह कोई वड्डा पीरियड नहीं है 30-40 साल, तो यह तब्दील हो जाएगा। हाँ जी, मेरा ख्याल है सर इन्हूं जदों मास्टर्स का कोई थीसिस लिखे ना तो यह जी 10 सदियां ने जिते तरक्की नहीं हुई ਇਹ ਥੀਸਿਸ ਦਾ ਰਿਸਰਚ ਦਾ ਕੋਈ ਪੇਪਰ ਬਣਾ ਦੇਣਾ ਕਿਸੇ ਵਾਸਤੇ ਕਿਸੇ ਸਟੂਡੈਂਟ ਵਾਸਤੇ ਤੁਸੀਂ ਸੁਭਈਆ ਸਾਹਿਬ ਵਾਸਤੇ ਬਣਾ ਦੇਣਾ, ਸੁਭਈਆ ਸਾਹਿਬ ਸਾਹਿਬਾਂ ਨੂੰ ਦੇ ਦੇਣਾ ਜਿਹੜਾ ਬੋਲੇ ਉਹੋ ਹੀ ਕੁੰਡਾ ਖੋਲੇ। ਨਹੀਂ ਫਿਰ ਜਿਹੜਾ ਨਾ ਕਰੋ ਲੋਕੀ ਬੋਲਣਾ ਬੰਦ ਕਰ ਦੇਣ। ਨਹੀਂ ਨਹੀਂ ਬੋਲਣਾ ਨਾ ਬੰਦ ਕਰਨਾ ਖੋਲੋ ਤੇ ਕੀ ਰਾਣਾ ਸਾਹਿਬ। ਅੱਛਾ ਦੂਜੀ ਗੱਲ ਇਹ ਹੈਗੀ ਹੈ ਕਿ ਦੋਸਤਾਂ ਨੇ ਤੇ ਕਿਹਾ ਹੈ ਕਿ ਮਿਰਜ਼ਾ ਸਾਹਿਬਾਂ ਨੇ ਵੀ ਕਿਹਾ ਕਿ ਵੇਲਾ ਘੱਟ ਹੈ ਇਮਤਿਹਾਨ ਦੇ ਜਵਾਬ ਲਿਖਣ ਲਈ, ਤੇ ਮੈਂ ਉਹਨੂੰ ਹੁਣ ਅਗਲੇ ਸੰਡੇ ਤੱਕ ਐਕਸਟੈਂਡ ਕਰਤਾ ਹੈ। ਅੱਛਾ ਅਗਲੇ ਸੰਡੇ ਕਲਾਸ ਤੋਂ ਆਉਣ ਤੋਂ ਪਹਿਲੇ ਤੁਹਾਡੇ ਜਵਾਬ ਮੇਰੇ ਕੋਲ ਹੋਣੇ ਚਾਹੀਦੇ ਨੇ। ਜ਼ਬਰਦਸਤ ਜ਼ਬਰਦਸਤ, ਠੀਕ ਹੈ ਜੀ, ਬਿਲਕੁਲ। ਅਸਲਾਮ ਅਲੈਕੁਮ ਸਰ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜੀ। ਸਰ ਮੈਂ ਨਾ ਰਹਿਨਮਈ ਲੈਣਾ ਚਾਹ ਰਿਹਾ ਤੁਹਾਡੇ ਕੋਲੋਂ ਕਿ ਅਗਰ ਅਸੀਂ ਮਤਲਬ ਪਿਛਲੇ 40-50 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੀ ਮਤਲਬ ਲੋਅਰ ਕਲਾਸ ਕਮਿਊਨਿਟੀਜ਼ ਨੇ ਅਗਰ ਉਹਨਾਂ ਦੀ ਤਾਰੀਖ 'ਤੇ ਮਤਲਬ ਕੰਮ ਕਰਨਾ ਚਾਹੀਦਾ, ਉਹਦੇ ਵਾਸਤੇ ਸਾਨੂੰ ਫਿਰ ਕਿਹੜੇ ਕਿਹੜੇ ਸੋਰਸਿਸ ਜਾਂ ਕਿਸ ਤਰ੍ਹਾਂ ਜਿਹੜਾ ਨਾ ਉਹ ਕੰਮ ਕਰਨਾ ਚਾਹੀਦਾ ਵਾ? ਉਹਦੇ ਲਈ ਬਥੇਰੇ ਸੋਰਸ ਨੇ, ਉਹ ਤੁਸੀਂ ਅਗਰ ਲਿਖੋਗੇ ਤਾਂ ਮੈਂ ਤੁਹਾਨੂੰ ਮੈਟੀਰੀਅਲ ਆਈਡੈਂਟੀਫਾਈ ਕਰਕੇ ਦਿਆਂਗਾ। ਚਲੋ ਠੀਕ ਠੀਕ ਸਰ। ਕਿਉਂਕਿ ਮੇਰਾ ਮੈਂ ਕਦੀ ਇਹਦੇ ਚ ਕੀਤਾ ਨੀ ਗਾ, ਤੋ ਮੈਨੂੰ ਥੋੜਾ ਗਾਈਡ ਕਰ ਦੋ ਵੀ ਕਿੰਨਾ ਕੁ ਆਂਸਰ ਵੱਡਾ ਹੋਣਾ ਚਾਹੀਦਾ। ਨਹੀਂ ਜੀ, ਤੁਸੀਂ ਬੁਨਿਆਦੀ, ਮੈਂ ਤੇ ਕਿਹਾ, ਮੈਂ ਉਹਦੇ ਚ ਇੰਸਟਰਕਸ਼ਨ ਦੇ ਵਿੱਚ ਲਿਖਿਆ ਹੈ ਕਿ ਜਵਾਬ ਸ਼ਾਰਟ ਔਰ ਟੂ ਦਾ ਪੁਆਇੰਟ ਹੋਣਾ ਚਾਹੀਦਾ। ਇਹ ਤੁਸੀਂ ਫੁੱਟੇ ਨਾਲ ਨਾਪ ਕੇ ਨਹੀਂ ਦੇਣਾ ਨੰਬਰ? ਹਾਂਜੀ, ਫੁੱਟੇ ਨਾਲ ਨਾਪ ਕੇ ਨੰਬਰ ਨਹੀਂ ਦੇਣਾ ਤੁਸੀਂ? ਆਹੋ ਉਹ ਨਹੀਂ ਮੈਂ ਦੇਣੇ, ਮੈਨੂੰ ਦੇਖ ਲੈਣਾ ਕਿੱਥੇ ਤੁਸੀਂ ਐਗਜ਼ੈਕਟ ਉਸ ਪੁਆਇੰਟ ਦੇ ਉੱਤੇ ਕਿਹਾ ਉਹ ਕਿ ਜਿਹੜਾ ਹੈ ਸਹੀ ਕਿ ਨਹੀਂ ਕਿਹਾ। ਠੀਕ ਸਹੀ, ਤੁਹਾਡਾ ਜਵਾਬ ਇੱਕ ਪੈਰਾਗ੍ਰਾਫ ਵੀ ਹੋ ਸਕਦਾ, ਤੁਹਾਡਾ ਜਵਾਬ ਇੱਕ ਸਫਾ ਵੀ ਹੋ ਸਕਦਾ। ਅੱਛਾ, ਮੇਰਾ ਇੱਕ ਸਵਾਲ ਹੈ ਕਿ ਪੰਜਾਬ ਦੇ ਵਿੱਚ ਲੋਹਰੀਆਂ ਕਾਨਾਂ ਕਿੱਥੇ ਹੈਗੀਆਂ ਅੱਜ ਕੱਲ੍ਹ? ਕਿੱਥੇ ਨੇ ਅੱਜ ਕੱਲ੍ਹ ਜਾਂ ਹਿਸਟਰੀ ਵਿੱਚ ਆਇਆ ਲੋਹਿਆ ਪੰਜਾਬ 'ਚ ਕਿਤੇ ਹੈ ਵਾ? ਮੇਰਾ ਨਹੀਂ ਖਿਆਲ, ਮੇਰਾ ਨਹੀਂ ਖਿਆਲ। ਉਹ ਲੋਹਾ ਸ਼ਬਾਸ਼ ਚਕਵਾਲ ਦੇ ਏਰੀਏ ਤੱਕ ਮਾਰੀ ਸੀ, ਚਕਵਾਲ ਦੇ ਏਰੀਏ 'ਚ ਹੈ ਸ਼ਾਇਦ। ਮਤਲਬ ਉੱਥੇ ਪੁਰਾਣਾ ਕਿੱਥੋਂ ਆਇਆ? ਮਿਨਰਲ ਉੱਥੋਂ ਹੀ ਨਿਕਲਦੀਆਂ ਨੇ, ਕੋਈ ਹੋਏਗੀ ਵੀ ਤੇ ਉੱਥੇ ਹੀ ਹੋਏਗੀ ਵੈਸੇ ਮੇਰੇ ਨਹੀਂ ਨਜ਼ਰ ਦੇ ਵਿੱਚ। ਹੋ ਸਕਦਾ ਕਿ ਲੋਹਾ ਹਮੇਸ਼ਾ ਤੋਂ ਬਾਹਰੋਂ ਮੰਗਵਾਇਆ ਜਾਂਦਾ ਰਿਹਾ, ਕਿਉਂਕਿ ਜਿਹੜਾ ਕੁਟਲੀਆ ਸੀ ਚਾਣਕੀਆ ਜਿਹਨੇ ਚੰਦਰ ਗੁਪਤ ਮੌਰੀਆ ਨੂੰ ਪੜ੍ਹਾਇਆ ਸੀ ਤੇ ਉਹਨੂੰ ਬਾਦਸ਼ਾਹ ਬਣਾਇਆ ਸੀ, ਉਹ ਆਪ ਲੋਹੇ ਦਾ ਵਪਾਰੀ ਸੀਗਾ, ਉਹਨੇ ਲੋਹੇ ਦੇ ਵਪਾਰ ਵਿੱਚ ਪੈਸਾ ਬਣਾਇਆ ਸੀ ਜਿਹਦੇ ਨਾਲ ਉਹਨੇ ਸਿਪਾਹੀ ਭਰਤੀ ਕੀਤੇ ਸਨ। ਲੋਹੇ ਦੇ ਵਪਾਰ ਚੋਂ ਬਣਿਆ ਨੇ ਪੈਸਾ ਬਣਾਇਆ ਜੀ, ਅੱਜ ਕੱਲ ਰੀਸੈਂਟ ਹਿਸਟਰੀ ਕਿਹੜਾ ਨਹੀਂ ਹੈ? ਹਾਂਜੀ ਹਾਂਜੀ, ਹੁਣ ਤੇ ਜੀ ਇੱਟਾਂ ਦੇ ਕਾਰੋਬਾਰ ਤੋਂ ਕਈਆਂ ਨੇ ਬਣਾ ਲਿਆ। ਸਹੀ ਗੱਲ ਹੈ। ਇੱਕ ਡਾਕਟਰ ਸਾਹਿਬ, ਜਿਹੜੇ ਇੱਕ ਮੈਂ ਬੁੱਕ ਪੜ੍ਹੀ ਸੀ ਉਹਦੇ 'ਚ ਰੈਫਰੈਂਸ ਸੀਗਾ ਕਿ ਸਿਕੰਦਰ ਨੇ ਜਿਹੜਾ ਅਟੈਕ ਕੀਤਾ ਸੀਗਾ ਉਹਦੇ 'ਚ ਜਿਹੜੀ ਪੋਰਸ ਕੋਲ ਫੌਜ ਸੀ ਉਹਦੇ 'ਚ ਹਾਥੀ ਸੀਗੇ ਤੇ ਉਹਨਾਂ ਨੇ ਹਾਥੀਆਂ ਦੇ ਪੈਰਾਂ ਵਿੱਚ ਭਾਲੇ ਮਾਰ ਕੇ ਉਹਨਾਂ ਨੂੰ ਮਤਲਬ ਡਿਸਟਰਬ ਕਰਕੇ ਇੱਦਾਂ ਜਿੱਤਿਆ ਸੀ ਉਹਨੇ ਵਾਰ। ਨਹੀਂ, ਉਹਦੇ ਉਸ ਜੰਗ ਦੇ ਵਿੱਚ ਉਸ ਵੇਲੇ ਤੱਕ ਹਾਥੀ ਹੈ ਹੀ ਨਹੀਂ ਸਨ, ਪੋਰਸ ਕੋਲ ਕੋਈ ਹਾਥੀ ਨਹੀਂ ਸੀ ਹੈਗਾ,
पुरस दियां रथां सन और जिहड़ी उहने गलती कीती कि बरसात दे मौसम दे विच जदों मीह पै रहे सन ते उहने रथां यूज कीतियां जिहड़ी रथ हुंदी सी उहदे विच छे बंदे हुंदे सन दो दो दा जोटा हुंदा सी एक ढाल नाल ढाल वाला हुंदा सी एक हथ नाल लड़न वाला हुंदा सी एक तीरां तीर मारन वाला हुंदा सी ते उह जिहड़ियां रथां सन उह उच्चे नीवे इलाके दे विच ते बारिश दे नाल जिहड़ी तिलकण होई ਉਹਦੇ ਨਾਲ ਉਹ ਆਪਣਾ ਫਿਸਲ ਜਾਂਦੀਆਂ ਸਨ ਤੇ ਉਹਦੇ ਨਾਲ ਉਹ ਜਿਹੜੀ ਉਹਦੀ ਰੱਥਾਂ ਵਾਲਾ ਸਿਸਟਮ ਸੀ ਉਹ ਨਾਕਾਮ ਹੋ ਗਿਆ। ਇਹ ਬਹੁਤ ਸਾਰੇ ਤਾਰੀਖਦਾਨਾਂ ਨੇ ਇਹਦੇ ਉੱਤੇ ਗੱਲ ਕੀਤੀ ਹੈ ਕਿ ਜਿਹੜਾ ਇਹ ਪੁਰਸ਼ ਦਾ ਰੱਥ ਯੂਜ ਕਰਨ ਦਾ ਜਿਹੜਾ ਵੱਡਾ ਉਹਦਾ ਜਿਹੜਾ ਕੀ ਕਹਿੰਦੇ ਨੇ ਵਾਰ ਚੈਸਟ ਸੀ ਉਹ ਫੇਲ ਹੋ ਗਈ ਉੱਥੇ ਕੰਪਲੀਟਲੀ ਫੇਲ ਹੋ ਗਈ। ठीक है जी फिर चलो ठीक सर सर थैंक यू वेरी मच बहुत शुक्रिया थैंक यू सर रब रखा सर जी रब रखा। हाँ जी रब रखा ही कह रही है सर जी तानू। अच्छा 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 थैंक यू सुखी बसो जी। Good.